ਹਾਂਜੀ ਜੇ ਆਵਾਜ਼ ਆ ਰਹੀ ਹੈ ਤੇ ਬਾਈ ਕਮੈਂਟ ਕਰ ਦਿਓ ਕੋਈ ਜਣਾ ਫਿਰ ਆਪਾਂ ਉਸ ਰਾਜੀਵਾਲ ਦੀ ਗੱਲ ਕਰਦੇ ਸੀ ਕਿ ਜਦੋਂ ਇਹਨਾਂ ਨੇ ਨਿਸ਼ਾਨ ਸਾਹਿਬ ਲਾਉਣ ਦੀ ਗੱਲ ਕਰ ਦਿੱਤੀ ਮਗਰੋਂ ਦਿੱਲੀ ਦੇ ਤਿੰਨ ਰਸਤੇ ਖੁੱਲੇ ਸਨ ਤਿੰਨ ਰਸਤੇ ਬੰਦ ਸਨ ਠੀਕ ਹੈ ਤੇ ਦਿੱਲੀ ਦੇ ਲੋਕਾਂ ਨੂੰ ਕੋਈ ਆਵਾਜਾਈ ਦੇ ਵਿੱਚ ਏਡੀ ਕੋਈ ਮੁਸ਼ਕਲ ਨਹੀਂ ਸੀ ਆ ਰਹੀ ਜਿਹੜੀ ਇਹ ਕਹਿਣ ਨਾ ਵੀ ਅਸੀਂ ਦਿੱਲੀ ਨੂੰ ਲੌਕ ਕਰ ਦਿੱਤਾ ਤੇ ਦਿੱਲੀ ਦੇ ਅਸੀਂ ਉੱਤੇ ਚੜ ਕੇ ਬਹਿ ਗਏ ਇਦਾਂ ਦੀ ਕੋਈ ਗੱਲ ਨਹੀਂ ਹੌਲੀ ਹੌਲੀ ਉੱਥੇ ਲੰਗਰ ਸਾਰਾ ਕੁਝ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਹੋ ਗਿਆ ਤੇ ਜਥੇਬੰਦੀਆਂ ਸਟੇਜ ਤੇ ਬਹਿ ਗਈਆਂ ਇਹਨਾਂ ਨੇ ਸਰਕਾਰ ਦੇ ਨਾਲ ਮੀਟਿੰਗਾਂ ਸ਼ੁਰੂ ਕਰਤੀਆਂ ਜਿਹੜੀ ਕੋਈ ਵੀ ਮੀਟਿੰਗ ਇਹਨਾਂ ਦੀ ਇੱਕ ਵੀ ਪੋਜ਼ਿਟਿਵ ਖਬਰ ਨਹੀਂ ਲੈ ਗਈ ਸਾਰੀਆਂ ਮੀਟਿੰਗਾਂ ਬੇਸਟ ਆ ਰਹੀਆਂ ਮੀਟਿੰਗਾਂ ਤੋਂ ਬਾਅਦ ਜਾਣ ਕੇ ਤੁਸੀਂ ਕਿਸੇ ਵੀ ਆਗੂ ਦੀ ਇੰਟਰਵਿਊ ਸੁਣ ਲਓ ਇਹ ਕਹਿੰਦੇ ਸੀ ਵੀ ਸਰਕਾਰ ਬਹੁਤ ਅੜੀਲ ਰਵਈਆ ਲਈ ਬੈਠੀ ਆ ਠੀਕ ਹੈ ਕਿ ਸਰਕਾਰ ਮੰਨਣੇ ਨਹੀਂ ਚਾਹੁੰਦੀ ਤੇ ਇਹ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਫਿਰ ਇਹਨਾਂ ਨੇ ਬਾਅਦ ਦੇ ਵਿੱਚ ਕੀ ਕੀਤਾ ਵੀ ਰੋਜ਼ ਸਾਡੀਆਂ ਉਥੋਂ 5-7 5-7 ਜਿਹੜੀਆਂ ਲਾਸ਼ਾਂ ਅਸੀਂ ਪੰਜਾਬ ਨੂੰ ਆਉਣ ਲੱਗ ਪਈਆਂ ਤੇ ਉਹਦੇ ਬਾਰੇ ਮੈਂ ਜਦੋਂ ਇੱਕ ਬੰਦੇ ਨਾਲ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਉਹ ਬਜ਼ੁਰਗ ਬੰਦੇ ਸੀ ਤੇ ਉਹ ਤੇ ਨੈਚੁਰਲ ਮੌਤ ਮਰੇ ਆ ਹਨਾ ਮਤਲਬ ਇਹੋ ਜੀਆਂ ਦਲੀਲਾਂ ਘੜੀਆਂ ਦੇਗੇ ਜਿਹੜੇ ਬੰਦੇ ਉਥੇ ਜ਼ਹਿਰ ਖਾ ਕੇ ਵੀ ਮਰ ਗਏ ਹਨਾ ਉਥੇ ਕਈਆਂ ਨੇ ਆਤਮ ਹੱਤਿਆ ਕਰ ਲਈ ਇਹ ਮਤਲਬ ਮੋਰਚਾ ਇੱਕ ਕਹਿੰਦੇ ਨੇ ਚੜ੍ਹਦੀ ਕਲਾ ਦਾ ਆਪਣਾ ਉਥੇ ਉਥੇ ਪਹਿਰਾ ਵਾ ਪਰ ਚੜ੍ਹਦੀ ਕਲਾ ਦਾ ਇੱਕ ਵਾਤਾਵਰਨ ਬਣਿਆ ਪਿਆ ਵਾ ਤੇ ਇੱਕ ਪਾਸੇ ਇਹ ਵੀ ਸਚਾਈ ਹੈ ਵੀ ਲੋਕ ਉਥੇ ਸੁਸਾਈਡ ਕਰ ਰਹੇ ਉਹ ਉਥੇ ਆਤਮ ਹੱਤਿਆ ਕਰ ਰਹੇ ਆ ਮਤਲਬ ਇਹ ਜਿਹੜਾ ਨਾ ਇਹ ਜਿਹੜਾ ਇੱਕ ਨੈਰੇਟਿਵ ਆ ਨਾ ਵੀ ਉਥੇ ਚੜ੍ਹਦੀ ਕਲਾ ਬਹੁਤ ਸੀ ਚੜ੍ਹਦੀ ਕਲਾ ਜਰੂਰ ਉਥੇ ਹੈਗੀ ਸੀ ਇੱਕ ਸਿੱਖਾਂ ਦੇ ਵਿੱਚ ਬਹੁਤ ਚੜ੍ਹਦੀ ਕਲਾ ਸੀ ਪਰ ਉਥੇ ਨਾਲ ਦੀ ਨਾਲ ਇੱਕ ਆਗੂਆਂ ਨੇ ਜਿਹੜਾ ਮੋਰਚੇ ਨੂੰ ਬਹੁਤ ਲੰਮਾ ਖਿੱਚ ਦਿੱਤਾ ਇਹਦੀ ਨਿਰਾਸ਼ਾ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਹੁਣ ਇਹ ਮਸਲਾ ਬਾਅਦ ਦੇ ਵਿੱਚ ਇੱਥੋਂ ਤੱਕ ਵੱਧ ਗਿਆ ਕਿ ਉੱਥੋਂ ਰੋਜ਼ ਅਸੀਂ 5-7 5-7 ਲਾਸ਼ਾਂ ਸਾਡੀਆਂ ਘਰ ਆਉਂਦੀਆਂ ਸਨ ਤੇ ਇਹ ਆਗੂਆਂ ਦੇ ਕੰਨ ਤੇ ਕੋਈ ਜونی ਸਰਕਦੀ ਸ਼ਾਮ ਨੂੰ ਇਹ ਹੋਟਲ 'ਚ ਜਾ ਕੇ ਬੈਠ ਜਾਂਦੇ ਸੀ ਆਪਣੇ ਚਸਵیرے ਆਉਂਦੇ ਸੀ 10-11 ਵਜੇ ਪਗ ਪਗ ਬੰਨ ਕੇ ਤੇ ਆਣ ਕੇ ਇੱਕ ਦੋ ਪ੍ਰੈਸ ਕਾਨਫਰੰਸ ਕੀਤੀਆਂ ਨਾ ਅੱਜ ਤੱਕ ਕੋਈ ਆਗੂ ਜਿਹੜਾ ਸੀ ਇਹ ਕਿਸੇ ਦੀ ਟਰਾਲੀ 'ਚ ਆਇਆ ਨਾ ਕੋਈ ਆਗੂ ਜਿਹੜਾ ਸੀ ਆ ਰਹੀ ਆਵਾਜ਼ ਬਾਈ ਜੀ ਬੱਲੇ ਆਵਾਜ਼ ਆ ਰਹੀ ਹੈ ਤਾਂ ਦੱਸਿਓ ਕੋਈ ਲਿਖ ਕੇ ਦੱਸਿਓ ਵੀ ਆ ਰਹੀ ਹੈ ਕਿਉਂਕਿ ਵਿੱਚੇ ਮੈਸੇਜ ਆਈ ਜਾਂਦੇ ਆਵਾਜ਼ ਨਹੀਂ ਆ ਰਹੀ ਅ ਫਿਰਨਾ ਆਗੂਆਂ ਨੇ ਆਗੂ ਲਈ ਇੱਕ ਜਦੋਂ ਨਾ ਰੁਟੀਨ ਪ੍ਰੈਕਟਿਸ ਬਣ ਗਈ ਵੀ ਜਿਵੇਂ ਉਹਨਾਂ ਨੂੰ ਕਿਉਂਕਿ ਫਾਇਦਾ ਹੋ ਰਿਹਾ ਸੀ ਪੈਸਾ ਜਥੇ ਬੰਦਿਆਂ ਕੋਲ ਬਥੇਰਾ ਆ ਰਿਹਾ ਸੀ ਲੰਗਰ ਕੋਈ ਇਹਨਾਂ ਨੇ ਲਾਇਆ ਨਹੀਂ ਖਰਚਾ ਕੋਈ ਇਹਨਾਂ ਨੇ ਕੀਤਾ ਨਹੀਂ ਤੇ ਪੈਸਾ ਇੱਕ ਕਿਸਮ ਦਾ ਬਹੁਤ ਜ਼ਿਆਦਾ ਪੈਸਾ ਆ ਰਿਹਾ ਸੀ ਤੇ ਜਿਹੜੇ ਆਗੂ ਸਨ ਵੈਸੇ ਵੀ ਇਹਨਾਂ ਕੋਲ ਏਡੇ ਵੱਡੇ ਸੰਘਰਸ਼ ਨੂੰ ਮੈਨੇਜ ਕਰਨ ਦਾ ਜਾਂ ਲੀਡ ਕਰਨ ਦਾ ਕੋਈ ਖਾਸ ਤਜਰਬਾ ਨਹੀਂ ਸੀ ਹੈਗਾ ਹੂੰ ਮੈਂ ਨਹੀਂ ਕਹਿੰਦਾ ਵੀ ਦੂਜੀਆਂ ਧਰਾਂ ਕੋ ਦੀਪ ਸਿੱਧੂ ਹਣਾ ਕੋ ਜਾਂ ਲੱਖੇ ਹਣਾ ਕੋ ਤਜਰਬਾ ਹੈ ਪਰ ਲੱਖੇ ਹਣਾ ਦੇ ਵਿੱਚ ਜਾਂ ਦੀਪ ਸਿੱਧੂ ਹਣਾ ਦੀ ਜਿਹੜੀ ਸਪਿਰਿਟ ਸੀ ਉਹ ਆਗੂਆਂ ਦੇ ਵਿੱਚ ਸਪਿਰਿਟ ਉਹ ਨਹੀਂ ਸੀ ਹੈਗੀ ਇਹਨਾਂ ਕੋਲ ਤਜਰਬਾ ਵੀ ਨਹੀਂ ਸੀ ਹੈਗਾ ਤਜਰਬਾ ਇਹ ਕਹੀ ਜਾਂਦੇ ਨੇ ਸਾਡੇ ਕੋਲ 40 ਸਾਲ ਦਾ ਤਜਰਬਾ ਹੈ 50 ਸਾਲ ਦਾ ਪਿਛਲੇ 50 ਸਾਲਾਂ ਦੇ ਵਿੱਚ ਕਿਸੇ ਆਗੂ ਦੀ ਤੁਸੀਂ ਇੱਕ ਪ੍ਰਾਪਤੀ ਗਿਣਾ ਦਿਓ ਕਿ ਹਾਂ ਵੀ ਇਸ ਆਗੂ ਨੇ ਸਾਡੀ ਕੌਮ ਨੂੰ ਸਾਡੀ ਕਿਸਾਨੀ ਨੂੰ ਆਹ ਚੀਜ਼ ਲੈ ਕੇ ਦਿੱਤੀ ਹੈ ਤੇ ਅਸੀਂ ਇਸ ਆਗੂ ਨੂੰ ਤਾਂ ਕਰਕੇ ਵੀ ਤਕਰੀਬਨ ਬੰਦੇ ਕਦੇ ਬਾਦਲਾਂ ਦੇ ਨਾਲ ਤੁਰੇ ਫਿਰਦੇ ਸੀ ਕੋਈ ਕੈਪਟਨ ਦੇ ਨਾਲ ਤੁਰੇ ਫਿਰਦਾ ਸੀ ਰਾਜਨੀਤਿਕ ਬੰਦੇ ਕਹਿੰਦੇ ਸੀ ਅ ਉਹਨੂੰ ਬਿਠਾ ਲਿਆ ਹੁਣ ਜਿਹੜਾ ਜਗਿੰਦਰ ਜੱਜ ਬੰਦਾ ਹੈ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਜਿਹੜੇ ਆ ਫੇਲ ਕਰਾਏ ਆ ਇਹ ਸਰਕਾਰ ਤੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਮੀਡੀਏਟਰ ਬਣ ਜਾਂਦਾ ਵਿਚੋਲਾ ਬਣ ਜਾਂਦਾ ਹੂੰ ਉਹਦੇ ਨਾਲ ਹੁੰਦਾ ਕੀ ਹੈ ਵੀ ਇਹ ਬੰਦਾ ਜਿਹੜਾ ਨਾ ਇਹ ਇਧਰਲੇ ਬੰਨੇ ਜਥੇਬੰਦੀਆਂ ਨੂੰ ਡਰਾਈ ਜਾਂਦਾ ਹੈ ਹੈ ਦੂਜੇ ਬੰਨੇ ਜਿਹੜਾ ਵਾ ਸਰਕਾਰ ਨੂੰ ਕਹੀ ਜਾਂਦਾ ਵੀ ਇੱਥੇ ਆ ਕੁਝ ਹੋ ਰਿਹਾ ਉੱਥੇ ਆ ਕੁਝ ਹੋ ਰਿਹਾ ਤੇ ਇੱਕ ਕਨਫਿਊਜ਼ਨ ਦੇ ਵਿੱਚ ਬੰਦਾ ਇਹ ਕ੍ਰੀਏਟ ਕਰਦਾ ਹਮੇਸ਼ਾ ਹੀ ਇਹ ਅੱਜ ਨਹੀਂ ਇਹਦਾ ਇਹਦਾ ਪੁਰਾਣਾ ਇਹਦੀ ਹਿਸਟਰੀ ਆ ਪੂਰੀ ਇਸ ਬੰਦੇ ਦੀ ਹੂੰ ਤੇ ਇਹਨੇ ਕੀ ਕੀਤਾ ਵੀ ਜਦੋਂ ਇੱਕ ਕਿਸਮ ਦਾ ਇਹ ਡੈਡਲੌਕ ਜਾਂ ਕ੍ਰੇਟ ਕ੍ਰੇਟ ਹੋ ਗਿਆ ਵੀ ਸਰਕਾਰ ਇੱਥੇ ਲੰਗਰ ਚਲਦੇ ਆ ਲੋਕ ਲੰਗਰ ਛਕਦੇ ਆ ਕੋਈ ਪਿੰਡੋਂ ਜਾ ਰਿਹਾ ਕੋਈ ਆ ਰਿਹਾ ਸਾਰਾ ਕੁਝ ਚੱਲ ਰਿਹਾ ਹੈ ਨਾ ਉੱਥੇ ਇੱਕ ਮੇਲੇ ਜੇ ਕਿਸਮ ਦਾ ਮਾਹੌਲ ਬਣ ਗਿਆ ਤੇ ਪੰਜ ਸੱਤ ਬੰਦੇ ਪੰਜ ਸੱਤ ਬੰਦੇ ਰੋਜ਼ ਆਪਣੇ ਕੋਈ ਐਕਸੀਡੈਂਟ ਚ ਕੋਈ ਵੈਸੇ ਠੰਡੇ ਦੇ ਨਾਲ ਹੈ ਨਾ ਕਿ ਇਹਨਾਂ ਨੇ ਇਹ ਵੀ ਦਾਵਾ ਕੀਤਾ ਬਜ਼ੁਰਗ ਸੀ ਤਾਂ ਮਰ ਗਏ ਤੇ ਮੈਂ ਕਿਹਾ ਆਗੂ ਵੀ ਬਜ਼ੁਰਗ ਹੈ ਆਗੂ ਕਿਉਂ ਨਹੀਂ ਮਰ ਕੇ ਛਾਂਡੇ ਵਿੱਚ ਫਿਰ ਆਗੂਆਂ ਨੂੰ ਵੀ ਮਰ ਜਣਾ ਚਾਹੀਦਾ ਹੈ ਕਦੇ ਨੂੰ ਵੀ ਇੰਨਿਆਂ ਇੰਨਿਆਂ ਚ ਇੱਕ ਅੱਧਾ ਤੇ ਮਰਦਾ ਜੇ ਠੰਡ ਲੱਗਦੀ ਤੇ ਇਹ ਇਹਨਾਂ ਬੰਦਿਆਂ ਨੇ ਮਤਲਬ ਕਮੀਨਗੀ ਦੇ ਹਾਦਸੇ ਤਰੀਕੇ ਤੱਕ ਹੋ ਗਈ ਵੀ ਹਰ ਚੀਜ਼ ਨੂੰ ਜਸਟੀਫਾਈ ਕਰਨ ਲੱਗ ਪਏ ਬਾਅਦ ਹੂੰ ਨੌਜਵਾਨਾਂ ਨੂੰ ਸਟੇਜ ਤੇ ਚੜਨ ਤੋਂ ਮਨਾ ਕਰ ਦਿੱਤਾ ਲੱਖੇ ਸਦਾਣੇ ਨੇ ਕੋਈ ਚਲੋ ਦੀਪ ਸਿੱਧੂ ਨੂੰ ਇਹਨਾਂ ਦੀ ਲੱਗਦੀ ਲੱਗਦੀ ਵੀ ਪਤਾ ਨਹੀਂ ਕਿਹੜੀ ਗੱਲ ਤੋਂ ਆ ਇਹ ਵੀ ਗੱਲ ਦਾ ਕੋਈ ਅਜੇ ਤੱਕ ਪਤਾ ਨਹੀਂ ਲੱਗਾ ਵੀ ਜੇ ਤੁਹਾਨੂੰ ਅਗਲਾ ਬੰਦਾ ਕੋਈ ਕ੍ਰਿਟਿਸਾਈਜ਼ ਕਰਦਾ ਹੈ ਤੇ ਤੁਹਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਤੁਸੀਂ ਹਜ਼ਾਰਾਂ ਲੱਖਾਂ ਦੇ ਕੱਠ ਨੂੰ ਲੀਡ ਕਰ ਰਹੇ ਜੋ ਤੇ ਲੱਖਾਂ ਦਾ ਕੱਠ ਤੁਹਾਡੇ ਆ ਭੇਡਾਂ ਨਹੀਂ ਨਾਗਾ ਸੀ ਉਹ ਤੁਹਾਡੀ ਉਹ ਤੁਹਾਡੀ ਮਤਲਬ ਤੁਹਾਡੇ ਹੁਕਮ ਸੁਣਦੇ ਨਹੀਂ ਆਇਆ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰੋਗੇ ਸਹੀ ਤਰੀਕੇ ਦੇ ਨਾਲ ਉਹਨਾਂ ਚਿਰ ਉਹ ਤੁਹਾਡੇ ਪਿੱਛੇ ਤੁਰੇ ਫਿਰਨਗੇ ਜਿੱਦਣ ਤੁਸੀਂ ਨਹੀਂ ਕਰੋਗੇ ਉਸ ਦਿਨ ਇਹ ਉਹ ਲੋਕ ਬਾਗੀ ਹੋਣਗੇ ਤੇ ਇਹ ਸਚਾਈ ਆ ਵੀ ਜਿੰਨਾ ਜਿਹੜਾ ਇੱਡਾ ਵੱਡਾ ਹਜੂਮ ਹੈ ਨਾ ਇਹਨੂੰ ਤੁਸੀਂ ਚੈਨਲਾਈਜ਼ ਕਰਨ ਵਾਸਤੇ ਤੁਹਾਡੇ ਕੋਲ ਤਜਰਬਾ ਵੀ ਬਹੁਤ ਚਾਹੀਦਾ ਤੇ ਤੁਹਾਡੇ ਕੋਲ ਤੁਹਾਨੂੰ ਇੱਕ ਤੁਸੀਂ ਡੋਮਿਨੈਂਟ ਧਿਰ ਹੋਵੋ ਤੇ ਇਹਨਾਂ ਜਿਹੜਾ ਜਿਹੜਾ ਇਕੱਠ ਚੈਨਲਾਈਜ਼ ਹੋ ਸਕਦਾ ਇਹਨਾਂ ਆਗੂਆਂ ਦੇ ਕੋਲ ਤਜਰਬਾ ਤੇ ਮਤਲਬ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੰਨਾ ਕੁ ਵਾ ਇਹਨਾਂ ਆਗੂਆਂ ਨੇ ਕੀ ਕੀਤਾ ਵੀ ਗਵਰਨਮੈਂਟ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਸੀ ਨਾ ਤੇ ਗਵਰਨਮੈਂਟ ਇਹਨਾਂ ਨੂੰ ਧਮਕਾ ਕੇ ਕੱਢਦੀ ਸੀ ਅੰਦਰੋਂ ਹਾਲਾਂਕਿ ਇਹਨਾਂ ਪਿੱਛੇ ਲੱਖਾਂ ਬੰਦਾ ਦਿੱਲੀ ਬੈਠਾ ਪਰ ਫਿਰ ਵੀ ਇਹ ਗਵਰਨਮੈਂਟ ਕੋ ਡਰਦੇ ਰਹੇ ਫਿਰ ਆ ਜਾ ਕੇ ਜੋ ਗੱਲਾਂ ਹੋਈਆਂ ਠੀਕ ਹੈ ਇਹਨਾਂ ਨੇ ਨਾ 26 ਜਨਵਰੀ ਦੀ ਕਾਲ ਦਿੱਤੀ ਵੀ ਅਸੀਂ 26 ਜਨਵਰੀ ਨੂੰ ਜਿਹੜਾ ਵਾ ਆਪਣਾ ਮਾਰਚ ਕਰਾਂਗੇ ਦਿੱਲੀ ਦੇ ਅੰਦਰ ਤੇ ਮਾਰਚ ਤਿਰੰਗੇ ਲਾ ਕੇ ਕਰਾਂਗੇ ਪਹਿਲੀ ਤੇ ਗੱਲ ਇਹ ਹੈ ਵੀ ਜਿਹੜਾ ਤਰੰਗਾ ਲਾਉਣਾ ਮਾਰਚ ਦੇ ਵਿੱਚ ਉਹ ਸਿੱਧਾ ਸਿੱਧਾ ਇਹਨਾਂ ਦੇ ਡਰ ਦਾ ਪ੍ਰਗਟਾਵਾ ਸੀ ਵੀ ਦੇਖੋ ਜੀ ਅਸੀਂ ਤੁਹਾਡੇ ਹੀ ਆ ਅਸੀਂ ਕੋਈ ਬਗਾਨੇ ਨਹੀਂ ਆ ਬਾਰ ਬਾਰ ਇਹਨਾਂ ਦੀ ਜਿਹਨੂੰ ਜਸਟੀਫਾਈ ਕਰੇ ਜਾਂਦੇ ਸੀ ਉਹ ਕਹਿ ਦਿੰਦੇ ਸੀ ਤੁਸੀਂ ਹੱਤਵਾਦੀਆਂ ਤੇ ਇਹ ਕਹਿੰਦੇ ਸੀ ਵੀ ਨਹੀਂ ਅਸੀਂ ਹੱਤਵਾਦੀ ਨਹੀਂ ਹੈਗੇ ਮਤਲਬ ਜਿੱਦਾਂ ਇਹਨਾਂ ਦੇ ਕਹਿਣ ਦੇ ਨਾਲ ਉਹਨਾਂ ਸੁਣ ਲੈਣਗੇ ਹਨਾ ਇਹ ਇਹ ਕੰਮ ਸੀਏ ਦੇ ਵਿੱਚ ਐਨਏਸੀ ਦੇ ਵਿੱਚ ਮੁਸਲਮਾਨਾਂ ਨੇ ਕਰਕੇ ਵੇਖ ਲਿਆ ਇਹ ਕੰਮ ਸਾਰਿਆਂ ਨੇ ਕਰਕੇ ਵੇਖ ਲਿਆ ਨੈਸ਼ਨਲਿਜ਼ਮ ਦਾ ਆਪਣੇ ਆਪ ਨੂੰ ਵਧੀਆ ਨੈਸ਼ਨਲਿਸਟ ਆਪਣੇ ਆਪ ਨੂੰ ਜਿਹੜਾ ਆਪ ਦੇਸ਼ ਭਗਤ ਸਾਬਤ ਕਰਕੇ ਕਿਸੇ ਦਾ ਕੋਈ ਇਸ ਚੱਕਰ ਚ ਬਚਾ ਨਹੀਂ ਹੋਇਆ ਸਾਰਿਆਂ ਨੂੰ ਬਰਾਬਰ ਦੇ ਛਤਰ ਪਏ ਆ ਸੋ ਇਹ ਕਰਕੇ ਇਹ ਵੀ ਇੱਕ ਇਹਨਾਂ ਦਾ ਪੈਤਰਾ ਸੀ ਵੀ ਸ਼ਾਇਦ ਸਰਕਾਰ ਇਦਾਂ ਸਾਡੇ ਤੇ ਸ਼ਕਤੀ ਨਾ ਕਰੂਗੀ ਜੇ ਅਸੀਂ ਅੱਜ ਝੰਡੇ ਲਾ ਕੇ ਤੁਰੇ ਫਿਰਾਂਗੇ ਹਨ ਇਹਨਾਂ ਨੇ ਨੌਜਵਾਨਾਂ ਨੂੰ ਉੱਥੇ ਕਨਫਿਊਜ਼ਨ ਵੀ ਕ੍ਰੀਟ ਕੀਤਾ ਇਹਨਾਂ ਨੂੰ ਪਤਾ ਸੀ ਵੀ ਜਿਹੜੇ ਪੰਜਾਬ ਤੋਂ ਬਹੁਤ ਵੱਡੀ ਪੱਧਰ ਤੇ ਕਿਸਾਨੇ ਚ ਆਏ ਆ ਨਾ ਉਹ ਕਿਸਾਨਾਂ ਦੇ ਵਿੱਚ ਇਹ ਕਨਫਲਿਕਟ ਪੈਦਾ ਕਰੂਗੀ ਚੀਜ਼ ਵੀ ਤਰੰਗੇ ਚ ਚੋਣ ਕਰਨੇ ਕੇ ਨਿਸ਼ਾਨ ਸਾਹਿਬ ਦੇ ਵਿੱਚ ਚੋਣ ਕਰਨੀ ਤੇ ਇਸ ਗੱਲ ਨੇ ਕਨਫਲਿਕਟ ਪੈਦਾ ਕੀਤਾ ਵੀ ਬਹੁਤ ਵੱਡਾ ਉਹਦੇ ਵਿੱਚ ਹੋਇਆ ਕਿ ਵੀ ਮਿਕਸਡ ਓਪੀਨੀਅਨ ਜੀ ਹੋ ਗਈ ਲੋਕਾਂ ਦੀ ਚਲੋ ਲੋਕਾਂ ਨੇ ਸੋਚਿਆ ਵੀ ਯਾਰ ਇੰਨੀ ਇਹਨਾਂ ਦੇ ਮੰਨਣ ਡੇ ਆਂ ਤਿਰੰਗਾ ਵੀ ਲਾ ਲਾਂਗੇ ਕੋਈ ਗੱਲ ਨਹੀਂ ਜਿੰਨਾ ਲਾਉਣਾ ਸੀ ਲਾ ਲਿਆ ਜਿੰਨਾ ਨਹੀਂ ਲਾਉਣਾ ਸੀ ਨਹੀਂ ਲਾਇਆ ਫਿਰ ਇਹਨਾਂ ਨੇ ਕਿਹਾ ਸਾਰੇ ਆਗੂਆਂ ਦੇ ਬਿਆਨ ਆਏ ਵੀ ਅਸੀਂ ਦਿੱਲੀ ਦੇ ਵਿੱਚ ਵੜਾਂਗੇ ਇਹ ਰਜਿੰਦਰ ਆ ਇੱਕ ਉਹ ਚੂਚਾ ਜਿਹਾ ਕੀ ਉਹ ਮਤਲਬ ਬਹੁਤ ਜ਼ਿਆਦਾ ਬਕਵਾਸ ਕਰਦਾ ਛੇੜਨ ਚੜ ਕੇ ਕਾਮਰੇਡ ਉਹ ਕਹਿੰਦਾ ਵੀ ਮੈਦ ਮੋਦ ਦੀ ਛਾਤੀ ਦੇ ਟ੍ਰੈਕਟਰ ਚੜਾਉਣਾ ਇਹ ਇਹਨਾਂ ਦੀਆਂ ਸਪੀਚਾਂ ਨੇ ਪਾਈਆਂ ਸਾਰੀਆਂ ਦੀਆਂ ਇਹਨਾਂ ਨੇ ਕਿਹਾ ਵੀ ਲਾਲ ਕਿਲੇ ਤੇ ਜਾਣਾ ਹੈ ਹੈ ਕੋਈ ਬੰਦਾ ਕਹਿੰਦਾ ਵੀ ਸਾਨੂੰ ਗੋਲੀਆਂ ਮਾਰ ਦੇਣਗੇ ਅਸੀਂ ਦਿੱਲੀ ਦੇ ਅੰਦਰ ਵਾੜਨਾ ਵਾੜਾ ਰਿੰਗ ਰੋਡ ਤੇ ਮਾਰਚ ਕਰਨਾ ਹੀ ਕਰਨਾ ਹੈ ਤੇ ਇਹ ਦਿੱਲੀ ਨੂੰ ਅਸੀਂ ਦੱਸਾਂਗੇ ਵੀ ਇੱਕ ਜਿਹੜਾ ਸਰਜੀਤ ਸਿੰਘ ਫੂਲ ਹੈ ਉਹ ਕਹਿੰਦਾ ਵੀ ਅਸੀਂ ਮੋਦੀ ਦੀ ਜਿਹੜੀ ਹੈ ਕੁਰਸੀ ਖਿੱਚ ਲੈਣੀ ਹੈ ਉਹਦੇ ਥੱਲੇ ਉਹ ਵੀ ਇਹ ਤੇ ਕਹਿੰਦਾ ਬਿੱਲ ਦੀ ਗੱਲ ਨਹੀਂ ਹੈਗੀ 26 ਨੂੰ ਕਹਿੰਦਾ ਜੇ ਬਿੱਲ ਨਾ ਨਾ ਵਾਪਸ ਕੀਤਾ 26 ਤੱਕ ਤੇ ਮੋਦੀ ਦੀ ਕੁਰਸੀ ਉਹਦੇ ਪੈਰਾਂ ਥੱਲੇੋਂ ਕਹਿੰਦਾ ਕੱਢ ਲੈਣੀ ਅਸੀਂ ਮਤਲਬ ਏਡੀਆਂ ਵੱਡੀਆਂ ਧਮਕੀਆਂ ਹਕੂਮਤ ਨੂੰ ਇਹ ਦੇ ਰਹੇ ਸੀ ਤੇ ਨੌਜਵਾਨਾਂ ਨੂੰ ਜਦੋਂ ਪਿੰਡੋਂ ਇਹ ਸੱਦ ਰਹੇ ਸੀ ਦੀ ਇਹਨਾਂ ਨੇ ਤਾਂ ਤੁਸੀਂ ਜਨਵਰ ਜੋ ਜੇ ਤੁਸੀਂ ਪੰਜਾਬ 'ਚ ਬੈਠੇ ਰਹੇ ਤਾਂ ਤੁਸੀਂ ਜਨਵਰ ਜੋ ਜੇ ਤੁਸੀਂ ਇੱਥੇ ਨਾ ਆਏ ਤੇ ਹੂੰ ਤੇ ਅਖੀਰ ਹੋਇਆ ਕਿ ਵੀ ਉੱਥੋਂ ਲੱਖਾਂ ਲੋਕ ਟਰੈਕਟਰ ਟਰਾਲੀਆਂ ਜੋ ਕੁਛ ਉਹਨਾਂ ਦਾ ਕੋਈ ਸਰਦਾ ਬਣਦਾ ਸੀ ਆਪਣੇ ਖਰਚੇ ਤੇ ਕਿਸੇ ਬੰਦੇ ਨੇ ਕਿਸੇ ਨੂੰ ਪੈਸਾ ਨਹੀਂ ਦਿੱਤਾ ਆਪਣੇ ਖਰਚੇ ਤੇ ਲੋਕ ਲੱਖਾਂ ਲੋਕ ਉੱਥੋਂ ਤੁਰ ਪਏ ਠੀਕ ਹੈ ਉਹ ਲੋਕ ਲੱਖਾਂ ਪਹੁੰਚੇ ਇੱਥੇ ਤੇ ਜਦੋਂ ਆਗੇ ਲੋਕ ਤੇ ਇਹਨਾਂ ਨੇ ਬਾਅਦ 'ਚ ਕਿਹਾ ਵੀ ਸਾਨੂੰ ਪਰਮਿਸ਼ਨ ਮਿਲੀ ਹੈ ਬਾਰ-ਬਾਰ ਦੀ ਪਿੰਡਾਂ-ਪੁੰਡਾਂ 'ਚ ਜਾਣ ਦੀ ਪਰਮਿਸ਼ਨ ਮਿਲ ਗਈ ਹਰਿਆਣੇ ਦੇ ਵਿੱਚ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਤੁਸੀਂ ਮੋਦੀ ਮੋਦੀ ਦੀ ਛਾਤੀ ਤੇ ਟਰੈਕਟਰ ਚਲਾਉਂਦੇ ਸੀ ਉਹਦੀ ਪਰਮਿਸ਼ਨ ਤੁਸੀਂ ਕਿੱਥੋਂ ਲੈ ਲਈ ਤੁਸੀਂ ਮੋਦੀ ਦੀ ਛਾਤੀ ਤੇ ਟਰੈਕਟਰ ਚਲਾਏ ਤੁਸੀਂ ਸੰਸਦ ਘੇਰ ਲਈ ਤੁਸੀਂ ਲਾਲ ਕਿਲਾ ਘੇਰ ਲਿਆ ਵੀ ਇਹ ਪਰਮਿਸ਼ਨਾਂ ਤੁਹਾਨੂੰ ਦਿੱਤੀਆਂ ਕਿੰਨੇ ਸੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਜੇ ਤੁਹਾਡੇ ਕੋਲੋਂ ਪਰਮਿਸ਼ਨ ਨਹੀਂ ਸੀ ਹੈਗੀ ਤੇ ਲੱਖਾਂ ਲੋਕ ਸੱਦ ਕੇ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਕਿ ਪੈ ਗਈ ਸੀ ਨਾਲੇ ਜਿਹੜੀ ਹਕੂਮਤ ਦੇ ਖਿਲਾਫ ਤੁਸੀਂ ਪ੍ਰੋਟੈਸਟ ਕਰ ਰਹੇ ਜੋ ਸੰਘਰਸ਼ ਕਰ ਰਹੇ ਜੋ ਉਸੇ ਹਕੂਮਤ ਕੋਲ ਤੁਸੀਂ ਪਰਮਿਸ਼ਨ ਲੈਣੀ ਹੈ ਰੂਟ ਦੀ ਮਤਲਬ ਉਸੀਂ ਗਵਰਨਮੈਂਟ ਤੇ ਕਹਿੰਦੇ ਵੀ ਗਵਰਨਮੈਂਟ ਪ੍ਰੈਸ਼ਰ ਚ ਬੜੀ ਆ ਹੈ ਕੱਲ ਦੇ ਕਈ ਰੌਲਾ ਪਈ ਜਾਂਦੇ ਵਿੱਚ ਝੰਡਾ ਲਾਲ ਕਿਲੇ ਤੇ ਚੜਾਤਾ ਤੁਸੀਂ ਸਿਖਾਣੇ ਤੇ ਗਵਰਨਮੈਂਟ ਅੱਗੇ ਬੜੀ ਪ੍ਰੈਸ਼ਰ ਚੀ ਤੇ ਹੁਣ ਗਵਰਨਮੈਂਟ ਤੇ ਪ੍ਰੈਸ਼ਰ ਲੱਤ ਗਿਆ ਸਾਰਾ ਮਤਲਬ ਗਵਰਨਮੈਂਟ ਅੱਗੇ ਇੰਨੀ ਇੱਕ ਪ੍ਰੈਸ਼ਰ ਚ ਹੀ ਵੀ ਗਵਰਨਮੈਂਟ ਨੇ ਇੱਕ ਦਬਕਾ ਮਾਰਿਆ ਤੇ ਕਿਸਾਨ ਆਗੂਆਂ ਨੇ ਮੈਂਟੋ ਮੈਂਟ ਕਿਹਾ ਵੀ ਦੱਸੋ ਜੀ ਅਸੀਂ ਤੁਹਾਡੇ ਬੜੇ ਬੀਬੇ ਪਹੁੰਚੇ ਆ ਤੁਸੀਂ ਜਿਹੜੇ ਰਾਤ ਸਾਨੂੰ ਤੋਰੋਗੇ ਅਸੀਂ ਤੁਰਨ ਨੂੰ ਤਿਆਰ ਆ ਪਹਿਲੇ ਕਹਿੰਦੇ ਉਹਨਾਂ ਨੇ ਉਹਨਾਂ ਨੇ ਨਾ ਜਲੀਲ ਬੋਤ ਕੀਤਾ ਕਿਸਾਨ ਆਗੂਆਂ ਨੇ ਪਹਿਲਾਂ ਉਹਨਾਂ ਨੇ ਕਿਹਾ ਵੀ ਦਿੱ ਇਹ ਕਹਿੰਦੇ ਠੀਕ ਐ ਉਹਨੇ ਕਿਹਾ ਵੀ ਇੰਨੀਆਂ ਨੇ ਬਧੇ ਟਰੈਕਟਰਾਂ ਦੇ ਬਣਨਗੇ ਇੰਨੀਆਂ ਟਰੈਕਟਰ 5000 5000 5000 15000 ਟਰੈਕਟਰ ਦੀ ਤੁਹਾਨੂੰ ਯਾਜਤ ਐ ਤੇ ਜੇ 15000 ਦੀ ਯਾਜਤ ਤੁਹਾਨੂੰ ਮਿਲਣੀ ਸੀ ਤੁਸੀਂ ਲੱਖ ਡੇਢ ਲੱਖ ਟਰੈਕਟਰ ਪਿੰਡੋਂ ਕੀ ਕਰਨ ਮੰਗਾਇਆ ਸੀ ਉਸ ਦਿਨ ਚਨੂਨੀ ਸਾਹਿਬ ਵੀ ਕਹਿੰਦੇ ਸੀ ਵੀ ਟਰੈਕਟਰ ਧੂਖ ਦੇਣ ਨੂੰ ਮੰਗਾਇਆ ਸੀ ਅਸੀਂ ਰੋਕਾ ਭੰਨਾਂਗੇ ਹੈ ਤੇ ਹੁਣ ਚਨੂਨੀ ਸਾਹਿਬ ਵੀ ਕਹਿੰਦੇ ਵੀ ਨਾ ਜੀ ਮਿਲ ਤੋਂ ਵੱਡਾ ਦੇਸ਼ ਭਗਤੀ ਕੋਈ ਨਹੀਂ ਹੈਗਾ ਦੁਨੀਆ ਦੇ ਉੱਤੇ ਇਸ ਕਰਕੇ ਜੇ ਤੁਹਾਡੀਆਂ ਲੱਤਾਂ ਪਹਿਲਾਂ ਨਹੀਂ ਸੀ ਭਾਰ ਚਲਦੀਆਂ ਤਾਂ ਤੁਸੀਂ ਕਮਿਟਮੈਂਟ ਲੋਕਾਂ ਦੇ ਨਾਲ ਨਹੀਂ ਕਰਦੇ ਜ ਹੁਣ ਜਿਹੜੇ ਜੋ ਤੁਸੀਂ ਹੋਰ ਕਈ ਵਾਰ ਪਤਾ ਕੀ ਹੁੰਦਾ ਹੋਰ ਐਗਜ਼ਾਮਪਲ ਤੁਸੀਂ ਸੁਣੋ ਵੀ ਮੈਂ ਮੈਂ ਕੋਈ ਚੀਜ਼ ਨੂੰ ਲੀਡ ਕਰਦਾ ਮੈਂ 20-25 ਬੰਦਿਆਂ ਨੂੰ ਕਮਾਂ ਵੀ ਆਜੋ ਪੀ ਆਪਾਂ ਫਲਾਣੀ ਥਾਂ ਤੇ ਜਾ ਕੇ ਚੜਾਈ ਕਰਨੀ ਹੈ ਤੇ ਬਾਜ ਐ ਜੋਸ਼-ਊਸ਼ ਚੰਗੀ ਤਰ੍ਹਾਂ ਭਰ ਕੇ ਤੇ ਬਾਜ ਲਾਗੇ ਜਾ ਕੇ ਜੇ ਮੇਰੀ ਲੱਤਾਂ ਕਮਣ ਡੈਪਣ ਤੇ ਉਹ ਬੰਦੇ ਕਹਿਣ ਵੀ ਨਹੀਂ ਅਹੀਂ ਤਾਂ ਚੜਾਈ ਕਰਨੀ ਅਹੀਂ ਘਰੋਂ ਐ ਵੀ ਅਹੀਂ ਇਤਨੀ ਤੇਰੇ ਵਰਗੇ ਬਗੈਰ ਤਾਂਗੇ ਤੇ ਮੈਂ ਬਾਜ ਕਹਾਂ ਵੀ ਠੀਕ ਹੈ ਤੁਸੀਂ ਗਧਾਰ ਜੋ ਗਦਾਰ ਤੇ ਤੁਸੀਂ ਜੋ ਜਿਹੜੇ ਮੌਕੇ ਤੇ ਤੁਸੀਂ ਮੁਕਰੇ ਜੋ ਗਦਾਰ ਉਹ ਲੋਕ ਕਿੱਦਾਂ ਹੋਗੇ ਜਿਹੜੇ ਜਿਨ੍ਹਾਂ ਨੇ ਤੁਹਾਡੀ ਕਈ ਗੱਲ ਦੇ ਉੱਤੇ ਮਤਲਬ ਜਿਹੜੇ ਤੁਸੀਂ ਰੂਟ ਤੈਅ ਕੀਤਾ ਸੀ ਉੱਤੇ ਮਾਰਚ ਕੀਤਾ ਉਹ 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 ਗਦਾਰ ਲੋਕ ਕਿੱਦਾਂ ਹੋਗੇ ਹੈ ਤੁਸੀਂ ਗਦਾਰ ਜੋ ਨਾ ਜਿਨ੍ਹਾਂ ਨੇ ਸਰਕਾਰੀ ਸਰਕਾਰੀ ਰੂਟ ਤੇ ਰੈਲੀ ਕੱਢਣ ਵਾਲੇ ਦੇਸ਼ ਭਗਤ ਤੇ ਜਿਹੜੇ ਇਨਕਲਾਬੀ ਹੋਗੇ ਤੇ ਜਿਹੜੇ ਜਿਹੜੇ ਦਿੱਲੀ ਦੇ ਅੰਦਰ ਜਿਹਨਾਂ ਵੜ ਗਏ ਜਿਹਨਾਂ ਬੈਰੀਕੇਡ ਭੰਨੇ ਹੈ ਜਿਹਨਾਂ ਜਿਹੜੇ ਜ਼ਖਮੀ ਹੋਏ ਜਿਹਨਾਂ ਜਿਹਨ ਨੌਜਵਾਨ ਸ਼ਹੀਦ ਹੋ ਗਿਆ ਤੇ ਇੱਕ ਮਤਲਬ ਪਤਾ ਨਹੀਂ ਕਿੰਨੇ ਕੁ ਹੋਰ ਅੰਦਰ ਕਿਸਾਂ ਕੁਸਾਂ ਚ ਤੜੇ ਗਏ ਆ ਉਹ ਬੰਦੇ ਮਤਲਬ ਸਾਰੇ ਗਦਾਰ ਹੋ ਗਏ ਤੁਸੀਂ ਸਿਆਣੇ ਬਣ ਗਏ ਹਨ ਤੇ ਉਹ ਹੁਣ ਉਸ ਤੋਂ ਬਾਅਦ ਜਦੋਂ ਲਾਲ ਕਿਲੇ ਵਾਲੀ ਘਟਨਾ ਹੋਈ ਹੈ ਨਾ ਜਿਹੜੀ ਲਾਲ ਕਿਲੇ ਦੀ ਉਥੇ ਆਪਾਂਰੇ ਲੋਕ ਚੱਲ ਗਏ ਲਾਲ ਕਿਲੇ ਜਿਹੜੇ ਜਿੱਥੇ ਬੰਦੀਆਂ ਸੀ ਮਾਜੇ ਦੀ ਉਹਨਾਂ ਨੇ ਕਿਹਾ ਵੀ ਇਕੱਠੇ ਜੋ ਲਾਲ ਕਿਲੇ ਚ ਇਕੱਠੇ ਹੋ ਰਿਹਾ ਜੀ ਉਥੇ ਜਾ ਕੇ ਆਪਾਂ ਇਕੱਠੇ ਹੋ ਕੇ ਬੈੰਨੇ ਆ ਉਥੇ ਚਲੋ ਕਿਸ ਨੂੰ ਪਤਾ ਨਹੀਂ ਸੀ ਕਿ ਕਿੰਨੇ ਝੰਡਾ ਚੜਾਉਣਾ ਹੈ ਨੌਜਵਾਨ ਇਕੱਠੇ ਹੋਏ ਆ ਤੇ ਨੌਜਵਾਨ ਜਦੋਂ ਤੁਸੀਂ ਨਾ ਨੈਰੇਟਿਵ ਸਿਰਜਿਆ ਪਿਛਲੇ 6 ਮਹੀਨੇ ਤੋਂ ਪੇ ਦਿੱਲੀ ਵਰਸਿਜ ਪੰਜਾਬ ਦਾ ਕਨਵਰ ਗਰੇਵਾਲਰ ਦੇ ਗਾਣੇ ਕਨਵਰ ਗਰੇਵਾਲਰ ਦੇ ਗਾਣੇ ਕਉਂਦੇ ਆ ਤਿੰਨ ਚਾਰ ਘੰਟਿਆਂ ਦੀ ਵਾਰਟ ਦਿੱਲੀਏ ਦੱਸਣਾ ਦੱਸ ਦਿਆਂਗੇ ਤੈਨੂੰ ਔਕਾਤ ਦਿੱਲੀਏ ਵੀ ਤੁਸੀਂ ਕਿਹੜੇ ਤਰੀਕੇ ਨਾਲ ਚਿੱਠੀ ਲਿਖ ਕੇ ਦਿੱਲੀ ਨੂੰ ਪੁੱਛਣਾ ਵੀ ਦਿੱਲੀ ਜੀ ਅ ਅਹਾਨੂੰ ਥੋੜਾ ਟਾਈਮ ਦਿਓ ਵੀ ਅਸੀਂ ਤੁਹਾਨੂੰ ਔਕਾਤ ਦੱਸਣੀ ਚਾਹੁੰਦੇ ਆ ਤੇ ਦਿੱਲੀ ਨੇ ਕਿਹਾ ਵੀ ਨਹੀਂ ਤੁਸੀਂ ਅੰਦਰ ਨਹੀਂ ਆ ਸਕਦੇ ਤੇ ਫਿਰ ਤੁਸੀਂ ਦੂਜੇ ਰੂਟ ਨੂੰ ਪੈ ਗਏ ਤੇ ਜਿਹੜੇ ਅੰਦਰ ਕਾਦ ਦੱਸਣ ਗਏ ਦਿੱਲੀ ਨੂੰ ਉਹ ਗਦਾਰ ਹੋ ਗਏ ਤੇ ਤੁਸੀਂ ਸਣੇ ਹੋ ਗਏ ਵੀ ਲੋਕਾਂ ਦਾ ਵੀ ਦਿਮਾਗ ਐਡਾ ਮੰਦਬੁੱਧੀ ਲੋਕ ਆ ਪੀ ਤੁਸੀਂ ਉੱਥੇ ਕੀ ਉਮੀਦ ਕਰਦੇ ਜੋ ਵੀ ਤੁਸੀਂ ਉੱਥੇ ਸਾਲ 1.5 ਸਾਲ ਬੈਠੇ ਰਹੋਗੇ ਤੇ ਗਵਰਨਮੈਂਟ ਜਿਹੜੀ ਹੈ ਕੁਝ ਨਹੀਂ ਕਰੂਗੀ ਉੱਥੇ ਤੁਸੀਂ ਕੀ ਇਹ ਇਹ ਆਪਣੇ ਮੂੰਹ ਨੇ ਕਿਹਾ ਵੀ ਮਰਾਂਗੇ ਜਾਂ ਜਿੱਤਾਂਗੇ ਤੇ ਰਾਜੀਵਾਲ ਸਾਹਿਬ ਸਪੀਚ ਦੇ ਰਹੇ ਆ ਬਾਹਰੋਂ ਆਣ ਕੇ ਵੀ ਅਸੀਂ ਕੋਹਲ ਵੀ ਜਿੱਤਣਾ ਹੈ ਤੇ ਅਸੀਂ ਤੁਹਾਨੂੰ ਚ ਰੇਟ ਵੀ ਨਹੀਂ ਆਉਣ ਦੇਣੀ ਮਤਲਬ 200 ਬੰਦਾ ਮਰ ਜਵੇ ਤੇ ਉਹ ਰਾਜੀਵਾਲ ਸਾਹਿਬ ਦੀ ਉਹ ਚ ਰੇਟ ਨਹੀਂ ਹੈਗੀ 3 ਰੇਟ ਕਿੱਦਾਂ ਆਉਣੀ ਹੈ ਪੀ ਜੇ ਤੁਸੀਂ ਰੋਜ਼ ਦੀਆਂ ਪੰਜ ਸੌ ਤਲਾਸ਼ਾਂ ਨੂੰ ਗਿਣਦੇ ਨਹੀਂ ਕਿ ਸਾਡੇ ਤੇ ਛਰੀਟ ਆ ਰਹੀ ਕੋਈ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਕਿ ਕਿ ਕੀ ਕਰਾਉਣਾ ਚਾਹੁੰਦੇ ਜ ਤੁਸੀਂ ਤੇ ਫਿਰ ਤੁਹਾਨੂੰ ਲੱਗਿਆ ਵੀ ਕੌਮ ਦੇ ਉੱਤੇ ਛਰੀਟ ਆਈ ਹੁਣ ਤੇ ਹੁਣ ਸਾਨੂੰ ਜਿਹੜਾ ਵਾ ਅ ਕੀ ਨਾ ਲਈਦਾ ਵਾ ਇਹ ਇਹ ਹੁਣ ਕੋਈ ਨਵਾਂ ਐਕਸ਼ਨ ਸਾਨੂੰ ਕਰਨਾ ਚਾਹੀਦਾ 25 26 ਤੋਂ ਪਹਿਲਾਂ ਤਕਰੀਬਨ ਤਕਰੀਬਨ ਲੋਕ ਜਿਹੜੇ ਸੀ ਕਿਸਾਨ ਜਥੇਬੰਦੀਆਂ ਤੋਂ ਬਾਗੀ ਹੋ ਗਏ ਸੀ ਸਾਰੇ ਹੂੰ ਫਿਰ ਇਹਨਾਂ ਨੇ ਇਹਨਾਂ ਲੋਕਾਂ ਨੂੰ ਉਤਿਆਉਣ ਦਾ ਕਰਕੇ ਕੀ ਕੀਤਾ ਵੀ ਇਹਨਾਂ ਕਹਿੰਦਾ ਵੀ ਅਸੀਂ 1 ਫਰਵਰੀ ਨੂੰ ਮਾਰਚ ਕਰਨਾ ਹੈ ਸੰਸਦ ਦਾ ਉਹ ਵੀ ਹੁਣ ਕੈਨਸਲ ਕਰ ਚੁੱਕੇ ਵੇ ਵੀ ਇੱਕ ਗੱਲ ਸੁਣੋ ਵੀ ਸੰਸਦ ਦੇ ਸਿੰਘੂ ਬਾਰਡਰ ਤੋਂ ਕੁਝ 30-35 ਕਿਲੋਮੀਟਰ ਦੀ ਵਾਟ ਹੈ ਜਿੱਥੇ ਪਾਰਟੀਮੈਂਟ ਜਿਹਨੂੰ ਘਰਨ ਜਾਣਾ ਚਾਹੁੰਦੇ ਸੀ ਪੈਦਲ ਮਾਰਚ ਕਹਿੰਦੇ ਕਰਨਾ ਹੈ 7 ਘੰਟੇ ਦਾ ਸਫ਼ਰ ਹੈ ਹੈ ਪੈਦਲ ਮਾਰਚ 7 ਜਿੱਥੇ ਟਰੈਕਟਰ ਨਹੀਂ ਜਾ ਸਕਦੇ ਰੋਕਾਂ ਦੇ ਨਾਲ ਪੀਨੀਆਂ ਰੋਕਾਂ ਦੇ ਟਰੈਕਟਰ ਨੇ ਮਸਾਂ ਧੋਤੋ ਕੇ ਲੋਕਾਂ ਨੂੰ ਰੋਕਾਂ ਪਾਸੇ ਕੀਤੀਆਂ ਹੈ ਉਹ ਉਹ ਜਿਹੜੇ ਮਤਲਬ ਕੀ ਨਾ ਲਈਦਾ ਵਾ ਉਥੇ ਤੁਸੀਂ ਪੈਦਲ ਮਾਰਚ ਕਰਨਾ ਤੇ ਉਹ ਦਿਨ ਜੇ ਕੋਈ ਨੁਕਸਾਨ ਹੋ ਜਾਂਦਾ ਤੇ ਫਿਰ ਕੌਣ ਜ਼ਿੰਮੇਵਾਰ ਹੁੰਦਾ ਹੁਣ ਤਾਂ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਦੇ ਉੱਤੇ ਸਾਰਾ ਇਲਜ਼ਾਮ ਸੁੱਟਣ ਦੇਜੋ ਦੀਪ ਸੁੱਧੂ ਦਾ ਸੁੱਟਣ ਦੇਜੋ ਹਾਲਾਂਕਿ ਦੀਪ ਸੁੱਧੂ ਦਾ ਝੰਡਾ ਝਰਉਣ ਚ ਉਹਨਾਂ ਕੀ ਰੋਲ ਆ ਜਿਨ੍ਹਾਂ ਕਿ ਤੁਹਾਡਾ ਇਹ ਇਨਕਲਾਬ ਨੂੰ ਲੀਡ ਕਰਨ ਚ ਰੋਲ ਆ ਕਿ ਜਿਨ੍ਹਾਂ ਤੁਸੀਂ ਲੋਕਾਂ ਨੂੰ ਦੱਸਦੇ ਜੋ ਵੀ ਮੈਂ ਇਨਕਲਾਬ ਲੀਡ ਕਰ ਰਿਹਾ ਜੀ ਅਸੀਂ ਇਹ ਸਿਰਜ ਰਹੇ ਹਾਂ ਨਵਾਂ ਇਤਿਹਾਸ ਸਿਰਜ ਰਹੇ ਹਾਂ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਤੁਹਾਡੇ ਪਿਛੇ ਲੱਖਾਂ ਕਰੋੜਾਂ ਲੋਕ ਤੁਰੇ ਫਿਰਦੇ ਹੋਣ ਤੇ ਤੁਸੀਂ ਸਰਕਾਰ ਦੇ ਬਾਅਦ ਇਹਨਾਂ ਨੇ ਇੱਕ ਵਾਰ ਕੀ ਰਿਕਵੈਸਟ ਆਈ ਅ ਬਾਈ ਮੈਂ ਲੈ ਲਈ ਨਾ ਤੁਹਾਨੂੰ ਇੱਕ ਮਿੰਟ ਅਪਰੂਵ ਕਰ ਲਈਆ ਬਾਈ ਇੰਦਰਜੀਤ ਸਿੰਘ ਚੀਮਾ ਆ ਉਹਨਾਂ ਦੀ ਕਾਫੀ ਸਮੇਂ ਦੀ ਰਿਕਵੈਸਟ ਸੀ ਤੇ ਉਹ ਮੈਂ ਹੁਣ ਅਪਰੂਵ ਕੀਤੀ ਮੇਰੇ ਕਰਨ ਹੋ ਨਹੀਂ ਰਹੀ ਐ ਬਾਅਦ ਇਹਨਾਂ ਨੇ ਕੀ ਕੀਤਾ ਵੀ ਹੁਣ ਸਾਰਾ ਜਿਹੜਾ ਇਲਜ਼ਾਮ ਸੀ ਦੀਪਸ਼ੁਕਰ ਦੇ ਸੁੱਟਦਾ ਜਦੋਂ ਝੰਡਾ ਚੜ੍ਹ ਗਿਆ ਨਾ ਚਾਮਾ ਤੱਕ ਕਿਸੇ ਨੂੰ ਕੋਈ ਇਦਾਂ ਦੀ ਗੱਲ ਨਹੀਂ ਲੱਗੀ ਵੀ ਇਹ ਬੜਾ ਵੱਡਾ ਗਨਾਹ ਹੋ ਗਿਆ ਜੀ ਉੱਥੇ ਦੇ ਲੋਕਾਂ ਨੇ ਵੀ ਸੈਲੀਬ੍ਰੇਟ ਕੀਤਾ ਤੇ ਮੀਡੀਆ ਨੇ ਤੇ ਜਿਹੜਾ ਰੌਲਾ ਅੱਗੇ ਜਿਹੜਾ ਮੀਡੀਆ ਤੁਹਾਨੂੰ ਮਤਲਬ ਨਕਸਲਵਾਦੀ ਕਹਿੰਦਾ ਸੀ ਤੁਹਾਨੂੰ ਫਲਾਣਾ ਕਹਿੰਦਾ ਸੀ ਢਿੰਗੜਾ ਕਹਿੰਦਾ ਸੀ ਜਦੋਂ ਤੁਸੀਂ ਜਿਹੜੇ ਮੁੰਡੇ ਸੀ ਜਿਹੜੇ ਨਕਸਲੀ ਸੀ ਜਾਂ ਦੂਜੇ ਜਿਹੜੇ ਤੁਸੀਂ ਕਹਿੰਨੇ ਇੰਟੈਲੈਕਚੁਅਲ ਆ ਜਿਨ੍ਹਾਂ ਨੂੰ ਛਡਾਉਣਾ ਹੈ ਉਹਨਾਂ ਦੀ ਫੋਟੋਆਂ ਬੀਬੀਆਂ ਨੂੰ ਫੜਾ ਕੇ ਅਗਰਾਹਾਂ ਦੀ ਸਟੇਜ ਦੇ ਸਾਹਮਣੇ ਬਿਠਾਇਆ ਸੀ ਉਦੋਂ ਮੀਡੀਆ ਨਾਲ ਤੁਹਾਨੂੰ ਨਕਸ਼ਲੀ ਗਿਆ ਸੀ ਨਾ ਫਿਰ ਤੁਹਾਡੀ ਕਿਹੜੀ ਜਥੇਬੰਦੀ ਨੇ ਕਿਹਾ ਸੀ ਵੀ ਅਗਰਾਹਾਂ ਨੂੰ ਵੀ ਭਾਈ ਚਗਰਾਹ ਜੀ ਤੁਸੀਂ ਪਿੰਡ ਜਾਓ ਸਾਨੂੰ ਤਾਂ ਨਕਸ਼ਲੀ ਬਣਾਤਾ ਮਤਲਬ ਇਹ ਗੱਲ ਇਹ ਮੰਨਦੇ ਆ ਕਿ ਕੋਈ ਵੀ ਗੱਲ ਅਸੀਂ ਕਰ ਲਈਏ ਤੇ ਸਰਕਾਰ ਸਾਨੂੰ ਛੱਡ ਦੋਗੀ ਪਰ ਜੇ ਅਸੀਂ ਸਿੱਖੀ ਦੀ ਗੱਲ ਕਰ ਲਈ ਜਾਂ ਖਾਲਸੇ ਦੀ ਗੱਲ ਕਰ ਲਈ ਜਾਂ ਸਿੱਖ ਹਿੱਤਾਂ ਦੀ ਗੱਲ ਕੀਤੀ ਫਿਰ ਸਰਕਾਰ ਸਾਡੇ ਤੇ ਬੜਾ ਜ਼ੁਲਮ ਕਰੂਗੀ ਉਹ ਅੱਜ ਇੱਕ ਜਿਹੜੀ ਮੈਂ ਪੋਸਟ ਲੀਕੀ ਸੀ ਨਾ ਵੀ ਉਹ ਜਿਹੜਾ ਤਿੰਨ ਬਾਂਦਰਾਂ ਦੇ ਤਜਰਬਾ ਕੀਤਾ ਉਹਨਾਂ ਨੇ ਚਾਰ ਤੇ ਹਨਾ ਉਹ ਉਹ ਸਿਸਟਮ ਸਾਡੀ ਕੌਮ ਮੇਂ ਨਹੀਂ ਡਰ ਚੁੱਕੀ ਆ ਵੀ ਉਹਨਾਂ ਨੇ ਕੀ ਕੀਤਾ ਵਿਗਿਆਨੀਆਂ ਨੇ ਸੋਚਿਆ ਵੀ ਗੁਲਾਮੀ ਕਿੱਦਾਂ ਕੰਮ ਕਰਦੀ ਆ ਉਹਨਾਂ ਨੇ ਨਾ ਇਹਨਾਂ ਇੱਕ ਬਾਂਦਰ ਪਿੰਜਰੇ ਚ ਤਾੜ ਦਿੱਤਾ ਹੁਣ ਬਾਂਦਰ ਜਦੋਂ ਪਿੰਜਰੇ ਦਾ ਕੁੰਡਾ ਕੋਲਣ ਲੱਗਦਾ ਸੀ ਇਹਨੂੰ ਬਾਹਰ ਖੜ ਕੇ ਕੁੱਟਦੇ ਬਹੁਤ ਜ਼ਿਆਦਾ ਸੀ ਹੂੰ ਜਦੋਂ ਉਹਨੂੰ ਕੁੱਟਦੇ ਸੀ ਤੇ ਉਹਦੇ ਮਨ ਚ ਨਾ ਦੋ ਇੱਕ ਦੋ ਤਿੰਨ ਹਫ਼ਤੇ ਉਹਦੇ ਨਾਲ ਇਦਾਂ ਹੋਇਆ ਤੇ ਉਹਦੇ ਮਨ ਚ ਡਰ ਬੈਠ ਗਿਆ ਵੀ ਪਿੰਜਰਾ ਖੋਲਣ ਨਾਲ ਸ਼ਾਇਦ ਮੈਨੂੰ ਕੁੱਟ ਪੈਂਦੀ ਹੈ ਵੀ ਇਹ ਇਹ ਵਜਾ ਆਇਆ ਜਿਹੜੀ ਕੁੱਟ ਪੈਂਦੀ ਵਜਾ ਇਹ ਆ ਹੂੰ ਉਹ ਬਾਅਦ ਚ ਉਹਨਾਂ ਨੇ ਇੱਕ ਦੂਜਾ ਨਵਾਂ ਬਾਂਦਰ ਚਵਾੜਿਆ ਉਹ ਜਿਹੜਾ ਨਵਾਂ ਬਾਂਦਰ ਸੀ ਉਹਨੂੰ ਕੀ ਪਤਾ ਸੀ ਵਿਚਾਰੇ ਨੂੰ ਵੀ ਇੱਥੇ ਇੱਕ ਪਿੰਜਰਾ ਖੋਲਣਾ ਕੁੱਟ ਪੈਂਦੀ ਐ ਉਹ ਜਦੋਂ ਉਹ ਵੀ ਖੋਲਣ ਲੱਗਾ ਤੇ ਦੂਜਾ ਚੀਕਿਆ ਦੇ ਬਥੇਰਾ ਉਹਨੇ ਰੋਕਿਆ ਨਹੀਂ ਉਹ ਤਾਂ ਉਹ ਤੇ ਉਹਨਾਂ ਦੋਵਾਂ ਨੇ ਕੁੱਟ ਪਈ ਫਿਰ ਜਦੋਂ ਉਹਨਾਂ ਦੋਵਾਂ ਨੇ ਕੋਸ਼ਿਸ਼ ਕੀਤੀ ਤੇ ਇੱਕ ਹਫ਼ਤਾ ਫਿਰ ਲਗਾਤਾਰ ਉਹਨਾਂ ਨੂੰ ਪਈ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਦੋਵਾਂ ਬਾਂਦਰਾਂ ਦੇ ਮਨ 'ਚ ਪੂਰਾ ਖੌਫ ਬਹਿ ਗਿਆ ਵੀ ਪਿੰਜਰਾ ਜਿਹੜਾ ਖੋਲਿਆ ਨਾ ਇਹ ਇਹਦੇ ਨਾਲ ਸਾਨੂੰ ਕੁੱਟ ਪੈਂਦੀ ਐ ਫਿਰ ਵਿਗਿਆਨੀਆਂ ਨੇ ਤੀਜਾ ਬਾਂਦਰ ਉਹਦੇ ਚ ਐਡ ਕੀਤਾ ਪਿੰਜਰੇ 'ਚ ਵੜਿਆ ਬਿੱਜਾ ਵਿਚਾਰਾ ਹੁਣ ਨਵਾਂ ਆਇਆ ਉਹ ਨੂੰ ਕੀ ਪਤਾ ਵੀ ਇਹ ਇਥੇ ਆ ਕੇ ਚੱਲਣ ਡਿਆ ਵੀ ਗੁਲਾਮੀ ਇਦਾਂ ਦੀ ਹੈ ਹੁਣ ਸਾਡੇ ਜਿੱਦਾ ਪਰਿਵਾਰ ਕੋਈ ਨਵਾਂ ਬੱਚਾ ਪੈਦਾ ਹੁੰਦਾ ਹੈ ਜਾਂ ਕੋਈ ਆਜ਼ਾਦ ਸਪਿਰਿਟ ਦਾ ਬੰਦਾ ਆ ਜਾਂਦਾ ਹੈ ਨਾ ਉਹ ਉਹ ਜਦੋਂ ਉਹਨੇ ਪਿੰਜਰਾ ਖੋਲਣ ਦੀ ਕੋਸ਼ਿਸ਼ ਕੀਤੀ ਸਰਕਾਰ ਉਹਨੂੰ ਵਿਗਿਆਨੀਆਂ ਨੇ ਕੁਝ ਨਹੀਂ ਕੀਤਾ ਉਹਨੂੰ ਬੰਦਰ ਨਾਲ ਲਮਾ ਪਾ ਲਿਆ ਉਹ ਕਹਿੰਦਾ ਵੀ ਮਤਲਬ ਕੌਮ ਆਪਣੀ ਇਦਾਂ ਦੀ ਹੋ ਗਈ ਆ ਇਹ ਇੰਨੀ ਡਰ ਗਈ ਆ ਤਸ਼ੱਦਦ ਤੋਂ ਵੀ ਜਦੋਂ ਕਿਤੇ ਕੋਈ ਇਹਨਾਂ ਨੂੰ ਲੱਗਦਾ ਨਾ ਵੀ ਇਹ ਪਿੰਜਰਾ ਖੋਲਣ ਦਾ ਗੁਲਾਮੀ ਦਾ ਪਿੰਜਰਾ ਤੋੜਨ ਦੀ ਕੋਈ ਕੋਸ਼ਿਸ਼ ਕਰਦਾ ਜਾਂ ਖੋਲਣ ਦੀ ਕੋਸ਼ਿਸ਼ ਕਰਦਾ ਹੈ ਉਹ ਉਹ ਕੰਮ ਇਹ ਇਹ ਉਸੇ ਬੰਦੇ ਨੂੰ ਆਪਟਾ ਲੈਂਦੇ ਨੇ ਹਕੂਮਤ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਕਿਸੇ ਨੈਸ਼ਨਲ ਮੀਡੀਆ ਮੀਡੀਆ ਨੂੰ ਤੇ ਤੁਸੀਂ ਮੀਡੀਆ 137ਵਾਂ ਨੰਬਰ ਹੈ ਉਹਨਾਂ ਦੇ ਦੁਨੀਆ ਦੇ ਉੱਤੇ ਉਹਨਾਂ ਦੀ ਏਡੀ ਪ੍ਰਭਾਵ ਕਰਨ ਦੀ ਸਾਨੂੰ ਕੀ ਲੋੜ ਸੀ ਜੇ ਆਪਾਂ 6 ਮਹੀਨੇ ਤੋਂ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਬਹੁਤ ਕੁਛ ਆਖਿਆ ਸਾਨੂੰ ਹਨਾ ਤੇ ਤੁਸੀਂ ਹੁਣ ਉਹਦੀ ਏਡੀ ਪ੍ਰਵਾਹ ਕਰਨੀ ਸੀ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਜਨਾਨੀਆਂ ਜਿਹੜੀਆਂ ਅਸੀਂ 200 200 ਰੁਪਏ ਤੇ ਲੈਂਦੀਆਂ ਹਨਾ ਉਹ ਉਹ ਕੁਝ ਕੀਤਾ ਇਹ ਉਹਨਾਂ ਨੇ ਕਿਹਾ ਸੀ ਵੀ ਇਹ ਕਾਸਾਨ ਹੈ ਹੀ ਨਹੀਂ ਬਚੋਲੀ ਇਹ ਆਪਾਂ ਉਹਨਾਂ ਦੀ ਸਾਰੀ ਗੱਲਾਂ ਸੋੜਦਿਆਂ ਤੇ ਆਪਾਂ ਫੇਰ ਇੱਥੇ ਆਉਂਦੇ ਕਿੱਦਾਂ ਦਿੱਲੀ ਪਰ ਉਸੇ মিডিਆ ਦੀ ਕਹਿੰਦੇ ਵੀ ਉਸ মিডিਆ ਨੇ ਸਾਡੀ ਬੇਇੱਜ਼ਤੀ ਕਰਦੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਵੀ ਸਾਡੇ ਲਾਦਗਿਲੇ ਦੀ ਬੇਦਬੀ ਹੋ ਗਈ ਆ ਕਿਸੇ ਸਰਕਾਰ ਨੇ ਬਿਆਨ ਨਹੀਂ ਦਿੱਤਾ ਜਥੇਬੰਦੀਆਂ ਨੇ ਕੱਲ ਦੀ ਜਵਾਨ ਮੂਚ ਨਹੀਂ ਪਾਈ ਵੀ ਭਾਈ ਇਹ ਸੰਘਰਸ਼ ਖਤਮ ਹੋ ਗਿਆ ਸੰਘਰਸ਼ ਨੂੰ ਕੋਲ ਦਾ ਨੁਕਸਾਨ ਕਰ ਗਿਆ ਦੀਪ ਸਿੱਧੂ ਕੋਲ ਨੂੰ ਐ ਕਰ ਦਿੱਤਾ ਕੋਲ ਨੂੰ ਇਹ ਕਰ ਦਿੱਤਾ ਜੇ ਇੱਕ ਝੰਡਾ ਚਲਾਉਣ ਦੇ ਨਾਲ ਸਾਡੀ ਕੌਮ ਨੂੰ ਨਸਲ ਕੁਸ਼ੀ ਦਾ ਡਰ ਆ ਇੱਕ ਝੰਡੇ ਦਾ ਕਰਕੇ ਵੀ ਸਾਡੀ ਕੌਮ ਦੀ ਨਸਲ ਕੁਸ਼ੀ ਹੋ ਸਕਦੀ ਆ ਤੇ ਫਿਰ ਮੈਨੂੰ ਦਈ ਦੱਸੋ ਵੀ ਸੇਖੇ ਦੇਸ਼ ਦੇ ਵਿੱਚ ਗੁਲਾਮ ਹੈ ਕਿ ਜ਼ਿਆਦਾ ਜੇ ਸੇਕ ਹੈ ਇਸ ਦੇ ਵਿੱਚ ਗੁਲਾਮ ਆ ਤੇ ਫਿਰ ਤੁਸੀਂ ਇਹ ਬਿੱਲ ਕਦੋਂ ਰੱਦ ਕਰਾਉਂਦੇ ਫਿਰਦੇ ਜੋ ਫਿਰ ਇਹ ਕੱਲੇ ਬਿੱਲਾਂ ਨਾਲ ਗੱਲ ਕਿਦਾ ਬਣ ਜੂਗੀ ਜੇ ਹਿੰਦੂ ਪਾਰਲੀ ਉੱਥੇ ਚੜ ਕੇ ਅਦਾਲਤ ਤੇ ਚੜ ਕੇ ਹਾਈ ਕੋਰਟ ਤੇ ਚੜ ਕੇ ਝੰਡਾ ਲਰਾ ਦੇਣ ਕੋਈ ਕਿਸੇ ਤੇ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਇੱਥੇ ਕਹਿੰਦੇ ਜਿੰਨੇ ਬੰਦੇ ਮੌਜੂਦ ਸੀ ਸਾਰਿਆਂ ਦਾ ਜੋ ਆਪਾਂ ਲੱਗਣਾ ਚਾਹੀਦਾ ਤੇ ਜਥੇਬੰਦੀਆਂ ਨੇ ਆਪ ਅੱਜ ਦੇ ਜਿਹੜਾ ਅਲਟੀਮੇਟਮ ਜਿਹਾ ਕੱਢਿਆ ਉਹਦੇ ਵਿੱਚ ਕਿਹਾ ਵੀ ਸਖਤ ਤੋਂ ਸਖਤ ਸਰਕਾਰ ਕਾਰਵਾਈ ਕਰੇ ਮਤਲਬ ਇਹ ਐਡੇ ਡਰਪੋਕ ਕਿਸਮ ਦੇ ਬੰਦੇ ਨੇ ਇਹ ਉਸ ਕਿਰਦਾਰ ਚ ਆ ਗਏ ਨੇ ਅਕਾਲੀਆਂ ਦਾ ਜੋ ਕਿਰਦਾਰ ਸੀ ਨਾ 84 ਦੇ ਸਮੇਂ ਤੇ ਪਹਿਲਾਂ ਅਕਾਲੀਆਂ ਨੇ ਸਾਰਾ ਕੁਝ ਸ਼ੁਰੂ ਕੀਤਾ ਵੀ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨੀ ਆ ਹੈ ਪਹਿਲਾਂ ਕਹਿੰਦੇ ਸੀ ਵੀ ਇਨ ਬੇਨ ਇੱਧਰ ਨਹੀਂ ਆਉਣਾ ਸੰਤ ਜਦੋਂ ਇਸ ਗੱਲ 'ਚ ਇਨਵੋਲਵ ਹੋ ਗਏ ਵੀ ਠੀਕ ਆ ਹੁਣ ਸੰਤ ਅਕਾਲੀਆਂ ਨੂੰ ਬਾਰ-ਬਾਰ ਆਪਣੇ ਸਟੈਂਡ ਤੇ ਨਹੀਂ ਨਾ ਬਦਲ ਸਕਦੇ ਇਹ ਜਦੋਂ ਇਹਨਾਂ ਨੂੰ ਲੱਗਾ ਵੀ ਸੰਤਾਂ ਦੀ ਅਸੀਂ ਜਿਹੜੀ ਆ ਪਪੂਲਾਰਿਟੀ ਆ ਸੰਤਾਂ ਨੂੰ ਅਸੀਂ ਨਾਲ ਲਈਏ ਤੇ ਸਾਡੇ ਸਰਕਾਰ ਤੇ ਦਬਾਅ ਬਣ ਜਾਊਗਾ ਬਾਜ ਇਹ ਗੱਲ ਉਹ ਗੱਲ ਜਦੋਂ ਵੱਧ ਗਈ ਅਕਾਲੀ ਫਿਰ ਸੰਤਾ ਕੋ ਜਾ ਕੇ ਕਹਿੰਦੇ ਸੀ ਵੀ ਅਹੀਂ ਆ ਚਲੋ ਇੰਨੀਆਂ ਮੰਗਾ ਮੰਨਦੇ ਆ ਇੰਨੀਆਂ ਬਣਾ ਲੈਨੇ ਆ ਇੰਨੀਆਂ ਸੌਦਾ ਕਰਾ ਲੈਨੇ ਆ ਸੰਤਾ ਨੇ ਇੱਕੋ ਗੱਲ ਕਹੀ ਸੀ ਇਹਨਾਂ ਨੂੰ ਵੀ ਇਸ ਅਨੰਦਪੁਰ ਸਾਹਿਬ ਦੇ ਮਤੇ 'ਚ ਇੱਕ ਅੱਖਰ ਇਧਰ-ਉਧਰ ਨਹੀਂ ਹੋਣਾ ਹਕੂਮਤ ਮੰਨਦੀ ਆ ਮੰਨੇ ਨਹੀਂ ਮੰਦੀ ਤੇ ਹਕੂਮਤ ਨੇ ਜੋ ਕਰਨਾ ਕਰ ਲਵੇ ਅਸੀਂ ਦੇ ਦਿੱਤੇ ਸੰਘਰਸ਼ ਕਰਾਂਗੇ ਫਿਰ ਅਕਾਲੀਆਂ ਨੂੰ ਇਹ ਲੱਗਾ ਵੀ ਖੇਡ ਹੱਥੋਂ ਨਿਕਲ ਗਈ ਆ ਉਹ ਫਿਰ ਅਕਾਲੀ ਸੈਂਟਰ ਨੂੰ ਚਿੱਠੀਆਂ ਲਿਖਣ ਡੇ ਪਏ ਵੀ ਇਹ ਇਹਨੂੰ ਕਾਬੂ ਕਰ ਲਓ ਆ ਕੇ ਸਾਡੇ ਨਹੀਂ ਕਾਬੂ ਚ ਆਉਂਦਾ ਮਤਲਬ ਇਹ ਇਹਨਾਂ ਦਾ ਕਰਦਾਰ ਅੱਜ ਦੇ ਸਮੇਂ 'ਚ ਇਹ ਹੈ ਇਹਨਾਂ ਦਾ ਵੀ ਇਹ ਲੋਕ ਸੈਂਟਰ ਨੂੰ ਛਠੀਆਂ ਲਿਖ ਰਹੇ ਨੇ ਅਪੀਲ ਕਰ ਰਹੇ ਨੇ ਵੀ ਜਿਹੜੇ ਨੌਜਵਾਨ ਨੇ ਉੱਥੇ ਨਿਸ਼ਾਨ ਸੇਬ ਚੜਾਇਆ ਵਾ ਨਾ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰੋ ਦੀਪ ਸੁਧ ਤੇ ਤੁਸੀਂ ਯੂਆਪਾ ਲਾ ਦਿਓ ਫਲਾਣਾ ਕਰ ਦਿਓ ਟਿੰਗ ਕਰ ਦਿਓ ਇਹ ਬੰਦਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਸ਼ਰਮ ਥੋੜੀ ਬਹੁਤ ਆਉਣੀ ਚਾਹੀਦੀ ਹੈ ਵੀ ਜਿਨ੍ਹਾਂ ਨੌਜਵਾਨਾਂ ਦੀ ਬਦੌਲਤ ਤੁਸੀਂ ਇੱਥੇ ਬੈਠੇ ਜੋ ਇਹ ਤੇ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਪੁਰਾਣੇ ਸ਼ੰਭੂ ਬਾਟਰ ਤੇ ਬੈਠੇ ਰਹਿਣਾ ਅਸੀਂ ਇਹੀ ਰੋਕਾਂ ਨਹੀਂ ਤੋੜਨੀ ਆ ਜੇ ਰੋਕਾਂ ਨਹੀਂ ਸੀ ਤੋੜਨੀ ਆ ਤਾਂ ਫਿਰ ਤੁਸੀਂ ਮਤਲਬ ਇੱਥੇ ਕੀ ਕਰਨਾ ਆਏ ਸੀ ਕੱਲ ਇਹਨਾਂ ਦੀ ਜਿਹੜੀ ਪ੍ਰੇਡ ਹੋਈ ਏ ਸਾਰੀ ਉਹ ਟੋਟਲ ਫਲॉप ਸ਼ੋ ਸੀ ਇਹਨਾਂ ਦੇ ਬਹੁਤ ਬੰਦੇ ਜੇ ਕਿ ਇੱਕ ਬੰਦਾ ਕਹਿੰਦਾ ਨਾ ਸਾਡਾ ਕੋਈ ਬੰਦਾ ਨਹੀਂ ਉਧਰ ਗਿਆ ਅਗਰਾਹਾਂ ਦਾ ਤੇ ਹੋਰ ਵੀ ਜਥੇਬੰਦੀਆਂ ਦੇ ਆਗੂਆਂ ਦਾ ਬਿਆਨ ਸੀ ਸ਼ਾਮਾਂ ਨੂੰ ਇਹ ਆਪਣੇ ਬੰਦੇ ਇਕੱਠੇ ਕਰਦੇ ਫਿਰਦੇ ਸੀ ਵੀ ਸਾਡੇ ਬੰਦੇ ਜਿਹੜੇ ਸਾਡੇ ਨੂੰ ਚੱਲ ਗਏ ਆ ਰਿੰਗ ਰੋਡ ਨਾਲ ਨੂੰ ਉਹ ਵਾਪਸ ਆਜੋ ਹੁਣ ਜੇ ਤੇ ਇਨ ਇਹ ਕਹਿੰਦੇ ਸੀ ਵੀ ਰਿੰਗ ਰੋਡ 'ਲ ਜਾਣ ਵਾਲੇ ਬੰਦੇ ਗਦਾਰ ਸੀ ਫਿਰ ਮੈਨੂੰ ਇਹ ਦੱਸਣਾ ਵੀ ਰਿੰਗ ਰੋਡ ਤੇ ਇਹਨਾਂ ਦੇ ਜਿਹੜੇ ਬੰਦੇ ਗਏ ਸੀ ਉਹ ਗਦਾਰੇ ਇਹ ਕਹਿੰਦੇ ਵੀ ਦੀਪ ਸੁੱਧੂ ਵਰਗਲਾ ਕੇ ਲੈ ਗਿਆ ਜੇ ਤੁਹਾਡੇ 32 35 ਆਗੂਆਂ ਦੇ ਸਾਹਮਣੋਂ ਦੀਪ ਸੁੱਧੂ ਟੜਾ 1.5 ਲੱਖ ਬੰਦਾ ਵਰਗਲਾ ਕੇ ਲੈ ਜਾਂਦਾ ਤੇ ਤੁਸੀਂ ਆਗੂ ਦੀਪ ਸੁੱਧੂ ਨੂੰ ਬਣਾਓ ਤੁਸੀਂ ਕਦੋਂ ਬੈਠੇ ਰਹੋ ਉੱਥੇ ਜੇ 1.5 ਲੱਖ ਬੰਦਾ ਉਹਦੀ ਸੁਣਦਾ ਹੈ ਤੁਹਾਡੀ ਨਹੀਂ ਸੁਣਦਾ ਤੇ ਤੁਸੀਂ ਆਗੂ ਉਹਨੂੰ ਬਣਾ ਦਿਓ ਨਾ ਤੁਸੀਂ ਅਸਲ 'ਚ ਲੋਕ ਜਿਹੜੀ ਤੁਸੀਂ ਸਰਕਾਰੀ ਅਪਰੇਡ ਕੀਤੀ ਹੈ ਨਾ ਲੋਕ ਅਪਰੇਡ ਕਰਨ ਨਹੀਂ ਸੀ ਆਏ ਜੇ ਲੋਕ ਕੋ ਅਪਰੇਡ ਕਰਨਾ ਹੀ ਹੁੰਦੇ ਨਾ ਤੇ ਫਿਰ ਲੋਕ ਤੁਹਾਡੇ ਮਗਰ ਜਾਂਦੇ ਹੈ ਲੋਕ ਆਏ ਸੀ ਦਿੱਲੀ 'ਚ ਵੜਨ ਤੁਸੀਂ ਕਿਹਾ ਸੀ ਵੀ ਟੈਂਕਾਂ ਦੇ ਨਾਲ ਸਾਰੇ ਟਰੈਕਟਰ ਚੱਲਣਗੇ ਟੈਂਕਾਂ ਦੇ ਨਾਲ ਕਿ ਤੁਸੀਂ ਪੰਜਾਬ ਨੂੰ ਮੋੜਾ ਇਹ ਹੋਰ 100 ਕਿਲੋਮੀਟਰ ਦਾ ਰੂਟ ਲੰਮਾ ਦਾ ਤੁਸੀਂ ਤੇ ਪੰਜਾਬ ਦੇ ਬਾਰਡਰ ਕੋਲ ਆਏ ਨਾ ਹੋ ਸਕਦਾ ਤੁਸੀਂ ਹੌਲੀ ਜਿਹਾ ਉੱਥੇ ਆਣ ਕੇ ਕਹਿ ਦਿੰਦੇ ਵੀ ਚਲੋ ਹੁਣ ਘਰੋ ਘਰੀ ਚੱਲ ਜਓ ਇਹ ਤੂੰ ਵੀ ਜਿਹੜੀ ਬੇਸ਼ਰਮੀ ਦੀ ਤੁਸੀਂ ਹੱਦ ਕੀਤੀ ਪਈ ਹੈ ਕੱਲ ਦੀ ਫਿਰ ਤੁਸੀਂ ਸਟੇਜਾਂ ਦੇ ਚੜ੍ਹ ਕੇ ਇਹ ਕਹਿ ਰਹੇ ਜੋ ਵੀ ਨੌਜਵਾਨ ਗਦਾਰ ਆ ਤੇ ਤੁਸੀਂ ਇਕੱਲੇ ਇਕੱਲੇ ਬੰਦੇ ਦਾ ਨਾਰਾ ਲਵਾ ਰਹੇ ਜੋ ਫਲਾਣਾ ਬੰਦਾ ਗਦਾਰ ਆ ਫਲਾਣਾ ਬੰਦਾ ਗਦਾਰ ਆ ਫਲਾਣਾ ਬੰਦਾ ਗਦਾਰ ਆ ਹੁਣ ਤੁਸੀਂ ਦੱਸੋ ਵੀ ਹੁਣ ਜਦੋਂ ਸਰਕਾਰ ਤੁਹਾਡੇ ਸਿਰ 'ਤੇ ਛਤਰ ਮਾਰੇਗੀ ਫਿਰ ਕਿਹੜਾ ਨੌਜਵਾਨ ਤੁਹਾਡੀ ਮਦਦ ਕਰਨ ਆਉਗਾ ਪਿਛੇ ਤੁਹਾਡੇ ਹੁਣ ਸਾਨੂੰ ਤੇ ਦੂਜੇ ਬੰਦੇ ਨੂੰ ਤੇਹੋ ਲੱਗਦਾ ਨਾ ਕਿ ਭਾਈ ਇਹ ਇਹ ਬਾਅਦ ਮੁਕਰ ਜਾਂਦੇ ਆ ਥੋਕਕੇ ਚੈਨਲ ਵਾਲਾ ਕੰਮ ਹੈ ਤੁਹਾਡਾ ਤੁਸੀਂ ਪਹਿਲਾਂ ਆਪ ਪਲਾਨ ਦਿੰਦੇ ਜੋ ਫਿਰ ਆਪ ਤੁਸੀਂ ਮੁਕਰ ਜਾਂਦੇ ਜੋ ਤੇ ਜੇ ਕੋਈ ਬੰਦਾ ਕਹਵੇ ਮੈਂ ਨਹੀਂ ਮੁਕਰਨਾ ਉਸ ਗੱਲ ਤੋਂ ਤੇ ਤੁਸੀਂ ਉਹਨੂੰ ਗਦਾਰ ਕਹਿਣ ਲੱਗ ਪੈਂਦੇ ਜੋ ਕੋਛਦੇ ਥੋੜੀ ਬਹੁਤ ਹਜਾ ਕਰੋ ਤੁਸੀਂ ਹੁਣ ਮਸਲਾ ਅੱਗੇ ਕੀ ਬਣਨਾ ਇਹਦਾ ਥੋੜਾ ਜਿਹਾ ਇਹ ਚੀਜ਼ ਉੱਤੇ ਵਿਚਾਰ ਕਰੀ ਵੀ ਅੱਗੇ ਕੀ ਹੋਣਾ ਹੈ ਹੁਣ ਫੇਲਿਅਰ ਟੋਟਲੀ ਟੋਟਲੀ ਮੈਂ ਸਮਝਦਾ ਜਤੇ ਬੰਦੀਆਂ ਦਾ ਜੇ ਇਹਨਾਂ ਨੂੰ ਲੱਗਦਾ ਹੈ ਵੀ ਦੀਪ ਸਦੂ ਉਹਨਾਂ ਦਾ ਬੰਦਾ ਹੈ ਸਰਕਾਰ ਦਾ ਬੰਦਾ ਹੈ ਠੀਕ ਹੈ ਤੇ ਫਿਰ ਇਹ ਸਰਕਾਰ ਨੂੰ ਕਿਉਂ ਅਪੀਲਾਂ ਕਰ ਰਹੇ ਵੀ ਦੀਪ ਸਦੂ ਨੂੰ ਪੜੋ ਤੀ ਮਤਲਬ ਇਹ ਨਾ ਆਗੂਆਂ ਦਾ ਦਿਮਾਗ ਦੂ ਕਿੱਥੇ ਚਲ ਗਿਆ ਵੀ ਇਹ ਇਹ ਦਰਦੂਰੂਪੀ ਕੇ ਬਹਿ ਜਾਂਦੇ ਹਜੇ ਬਿਆਨ ਦੇਣ ਕਿ ਉਦਾਂ ਹੀ ਮਤਲਬ ਵੈਸੇ ਹੀ ਪਾਗਲ ਹੋ ਗਏ ਆ ਡਰ ਗਏ ਜਿਆਦਾ ਗਵਰਨਮੈਂਟ ਕੋ ਹੈ ਵੀ ਛੰਡੇ ਇਹਨਾਂ ਨੇ ਉਹ ਕੰਮ ਕੀਤਾ ਵੀ ਹਿਰਨੀ ਨੂੰ ਜੇ ਨਾ ਹਿਰਨੀ ਕੋ ਕਿਸ ਨੂੰ ਕੋ ਕਵੇ ਵੀ ਸ਼ੇਰ ਵੀ ਤੂੰ ਆ ਫਲਾਣੇ ਰੰਗ ਦੇ ਲੀੜੇ ਪਾ ਲਾ ਤੇ ਫਿਰ ਤੇਰਾ ਸ਼ੇਰਸ਼ ਕਰ ਨਹੀਂ ਕਰਦਾ ਹੈ ਇਹ ਗੱਲਾਂ ਇਹੋ ਜਿਹੀ ਮੂਰਖਤਾਈਆਂ ਵਾਲੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਹਕੂਮਤ ਅੱਗੇ ਕਰਨੀਆਂ ਨਹੀਂ ਸੀ ਚਾਹੀਦੀਆਂ ਤੇ ਜੇ ਕਰ ਬੈਠਿਆ ਤੇ ਹੁਣ ਇਹ ਸਾਰਾ ਦੋਸ਼ ਨੌਜਵਾਨਾਂ ਦੇ ਉੱਤੇ ਕੰਸਟਰੰਟ ਹੈ ਵੀ ਨੌਜਵਾਨਾਂ ਤੇ ਉਹੀ ਕੀਤਾ ਨਾ ਜਿਹੜਾ ਤੁਸੀਂ ਐਲਾਨ ਕੀਤਾ ਸੀ ਜੇ ਨੌਜਵਾਨਾਂ ਨੇ ਕੋਈ ਹੋਰ ਕੋਈ ਕੰਮ ਕਰ ਦਿੱਤਾ ਹੋਵੇ ਤੇ ਫਿਰ ਤੇ ਵੱਖਰੀ ਗੱਲ ਹੈ ਤੇ ਇੱਕ ਜਿ ਖਾਲਸ ਦਾ ਝੰਡਾ ਝੜ ਗਿਆ ਤੇ ਇਹ ਜਥੇਬੰਦੀਆਂ ਦੇ ਆਗੂ ਸਗੋਂ ਇਸ ਚੀਜ਼ ਨੂੰ ਆਪਣੇ ਪ੍ਰੈਸ਼ਰ ਵਾਸਤੇ ਯੂਜ਼ ਕਰਦੇ ਵੀ ਅੱਜ ਇਹ ਚੀਜ਼ ਹੱਥੋਂ ਨਿਕਲੀ ਆ ਤੇ ਕੱਲ ਨੂੰ ਹੋਰ ਨਿਕਲੂਗੀ ਵੀ ਲੋਕ ਸਾਡੇ ਕੰਟਰੋਲ 'ਚ ਨਹੀਂ ਰਹਿੰਦੇ ਗਵਰਨਮੈਂਟ ਦੇ ਨਾਲ ਤੇ ਗੱਲ ਇਦਾਂ ਹੀ ਹੁੰਦੀ ਹੈ ਨਾ ਹੁਣ ਗਵਰਨਮੈਂਟ ਤੁਹਾਡੇ ਤੀਹਾਂ ਬੰਦੇ ਕੋਲ ਥੋੜੀ ਡਰਦੀ ਹੈ ਜਥੇਬੰਦੀ ਤੁਸੀਂ ਤੇ ਪਿੰਡ 'ਚ ਵੇਖ ਸਕਦੇ ਹੋ ਟਾੜਾ ਦੇ ਗਵਰਨਮੈਂਟ ਨੂੰ ਕੱਲ੍ਹ ਕੱਲੀ ਚੀਜ਼ ਪਤਾ ਵੀ ਤੁਸੀਂ ਕਿਹੜੀਆਂ ਵੈਰੈਟੀਆਂ ਜੋ ਕੀ ਜੋ ਤੁਸੀਂ ਕਿੱਥੋਂ ਆਉਂਦੇ ਜੋ ਕੀ ਖਾਂਦੇ ਜੋ ਕੀ ਪੀਂਦੇ ਜੋ ਕਿਹੜਾ ਤੁਹਾਡੇ ਸਬੰਧ ਹੈ ਕੀ ਨਹੀਂ ਹੈਗਾ ਸਾਰਾ ਕੁਝ ਗਵਰਨਮੈਂਟ ਨੂੰ ਪਤਾ ਹੈ ਹੈ ਉਹਨਾਂ ਕੋਈ ਤੁਹਾਡੀ ਕੱਲੀ ਕੱਲੀ ਹਿਸਟਰੀ ਹੈ ਗਵਰਨਮੈਂਟ ਤੇ ਤੁਹਾਡੇ ਕੋ ਨਹੀਂ ਡਰਦੀ ਗਵਰਨਮੈਂਟ ਤੇ ਜਿਹੜੇ ਤੁਹਾਡੇ ਪਿੱਛੇ ਲੋਕ ਖੜੇ ਉਹਨਾਂ ਤੋਂ ਡਰਦੀ ਹੈ ਤੁਸੀਂ ਇਹ ਸਮਝੀ ਜਾਂਦੇ ਜੋ ਵੀ ਨਹੀਂ ਗਵਰਨਮੈਂਟ ਖਣੀ ਸਾਡੇ ਕੋ ਡਰਦੀ ਹੈ ਜੇ ਤੁਸੀਂ ਗਵਰਨਮੈਂਟ ਨੂੰ ਕਹਿੰਦੇ ਵੀ ਭਾਈ ਇਹ ਲੋਕ ਸਾਡੇ ਹੱਥੋਂ ਨਿਕਲ ਜਾਣੇ ਆ ਵਾਇਲੈਂਸ ਹੋਊਗੀ ਲਾਸ਼ਾਂ ਵਿਛਣਗੀਆਂ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਕਹਿੰਦੇ ਆਏ ਜੋ ਨਾ ਵੀ ਮਤ ਆ ਸਾਰੇ ਕਲਾਕਾਰ ਵੀ ਗਾਉਂਦੇ ਸੀ ਵੀ ਅਸੀਂ ਵਾਰਿਸ ਨਲਵੇ ਦੇ ਸ਼ੇਰ ਦੀਆਂ ਜਾਬਾਂ ਪਾਦਾਂਗੇ ਤੇ ਹੁਣ ਤੁਸੀਂ ਲੰਮੇ ਪੈ ਗਏ ਜੋ ਹੁਣ ਕਹਿੰਦੇ ਗਾਂਧੀ ਦੇ ਵਾਰਸ ਬਣ ਕੇ ਫਿਰ ਇਹਨਾਂ ਨੇ ਜਦੋਂ ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਵਧ ਗਿਆ ਨੇ ਇਹਨਾਂ ਨੇ ਕਿਹਾ ਵੀ 26 ਤਰੀਕ ਨੂੰ ਜਿਹੜਾ ਵਾ ਉਸ ਤੋਂ ਬਾਅਦ ਇਹ 26 ਦਾ ਕੰਮ ਭਾਜੇ ਹੋਇਆ ਨਹੀਂ ਇੱਕ ਤਰੀਕ ਦਾ ਐਲਾਨ ਕਰ ਦਿੱਤਾ ਪੈਦਲ ਮਾਰਚ ਤੇ ਇਹਨਾਂ ਦਾ ਇੱਕ ਆਗੂ ਹੈ ਮਾਨਸਾ ਕੀ ਨਾਮ ਉਹਦਾ ਰੁਲਦੂ ਸਿੰਘ ਮਾਨਸਾ ਉਹਦਾ ਤੁਸੀਂ ਬਿਆਨ ਸੁਣੋ ਉਹ ਮੰਦ부ਧੀ ਬੰਦਾ ਕਹਿੰਦਾ ਹੈ ਪੀ ਅੱਜ ਤੁਸੀਂ ਜਾਓਗੇ ਤੇ ਆਰਥਿਕ ਨੁਕਸਾਨ ਵੀ ਹੋਊਗਾ ਟਰੈਕਟਰਾਂ ਦੇ ਭਾਅ ਦੇ ਦਿੱਲੀ ਦੇ ਅੰਦਰ ਜਾਓਗੇ ਹੈ ਤੇ ਜੇ ਆਪਾਂ ਇੱਕ ਤਰੀਕ ਨੂੰ ਤੁਰ ਕੇ ਜਾਵਾਂਗੇ ਤੇ ਕੱਲਾ ਜਾਨੀ ਨੁਕਸਾਨ ਹੋਊਗਾ ਆਪਣਾ ਇਹ ਮਤਲਬ ਇਹਨਾਂ ਬੰਦਿਆਂ ਨੂੰ ਆਰਥਿਕ ਨੁਕਸਾਨ ਦੀ ਚਿੰਤਾ ਹੈ ਜਾਨੀ ਨੁਕਸਾਨ ਦੀ ਕੋਈ ਚਿੰਤਾ ਨਹੀਂ ਇਹਨਾਂ ਨੂੰ ਪੈਦਲ ਲੋਕ ਜਾਣਗੇ ਤੇ ਕਿੰਨਾ ਕਿੰਨੇ ਲੋਕਾਂ ਦਾ ਜਾਨੀ ਨੁਕਸਾਨ ਹੋ ਸਕਦਾ ਤੁਸੀਂ ਮੈਨੂੰ ਦੱਸੋ ਇੱਕ ਮਿੰਟ ਮੈਨੂੰ ਇਲਾ ਦਿਨੋ ਹੁਣ ਜਿਹੜਾ ਵਾ ਇਹਨਾਂ ਇਹਨਾਂ ਬੰਦਿਆਂ ਦੇ ਹੱਥੋਂ ਸੰਘਰਸ਼ ਪੂਰੀ ਤਰ੍ਹਾਂ ਨਿਕਲ ਚੁੱਕਾ ਹੈ ਠੀਕ ਹੈ ਹੁਣ ਇਹ ਨੌਜਵਾਨਾਂ ਨੂੰ ਅਪੀਲਾਂ ਕਰਦੇ ਨੇ ਵੀ ਉੱਥੇ ਸਾਨੂੰ ਦੇਖੋ ਜਿਹੜੀ ਹਕੂਮਤ ਸਾਡੇ ਦੇ ਵਾਇਲੈਂਸ ਕਰਨ ਤੋਂ ਡਰਦੀ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਮੋਰਚੇ ਦੇ ਵਿੱਚ ਇੰਨੇ ਲੋਕ ਬੈਠੇ ਨੇ ਨੌਜਵਾਨੀ ਦਾ ਗੁੱਸਾ ਨਾ ਭੜਕ ਜੇ ਹੂੰ ਉਹੋ ਹੀ ਹਕੂਮਤ ਅੱਜ ਅੱਜ ਉਹਨਾਂ ਲੰਡੂ ਦੇ 2-4 ਬੰਦਿਆਂ ਨੂੰ ਭੇਜ ਗਏ ਤੇ ਉੱਥੇ ਮੋਰਚਾ ਚਲਾ ਰਹੀ ਹੈ ਜਿਹੜੇ ਬੀਜੇਪੀ ਦੇ ਕੋਰਕਰੇ ਹੈ ਜਿਹੜੇ ਬੰਦੇ ਮਤਲਬ ਜਿਹੜੇ ਜਿਹੜੇ ਨੌਜਵਾਨ ਇੰਨਾ ਹੌਸਲੇ ਇਹਨਾਂ ਨੌਜਵਾਨਾਂ ਦਾ ਤੋੜ ਦਿੱਤਾ ਹੈ ਕਿ ਜਿਹੜੇ ਨੌਜਵਾਨ ਹਰਿਆਣੇ ਦਾ ਮਤਲਬ ਇਸ ਪੂਰਾ ਪੁਰਸ਼ ਪ੍ਰਸ਼ਾਸਨ ਜਿਹੜਾ ਸੀ ਉਹਦਾ ਜੋਰ ਲੱਗ ਗਿਆ ਤੇ ਉਹ ਰੁਕੇ ਨਹੀਂ ਹੈ ਤੇ ਉਹ ਜਿਹੜਾ ਵਾ ਇਹ ਉਹ ਉਹ ਨੌਜਵਾਨ ਇੰਨੇ ਮਯੂਸ ਕਰ ਦਿੱਤੇ ਇਹਨਾਂ ਨੇ ਉਹ ਹੁਣ ਕਹਿੰਦੇ ਆ ਵੀ ਫਾਇਦਾ ਕੀ ਹੈ ਇਹ ਕੰਮ ਕਰਨ ਦਾ ਵੀ ਜੇ ਬਾਦ ਸਾਨੂੰ ਗਦਾਰ ਹੀ ਕਹਿਣਾ ਇਹਨਾਂ ਨੇ ਬਾਦ ਸਾਡੇ ਸਿਰ ਤੇ ਭਾਂਡਾ ਪੰਨਣਾ ਤੇ ਫਿਰ ਅਸੀਂ ਹਾਂ ਨੂੰ ਕਿ ਲੋੜ ਉਹ ਕਹਿੰਦੇ ਵੀ ਮਤਲਬ ਜੇ ਇਹਨਾਂ ਨੇ ਉਹ ਕੰਮ ਕਰਨੇ ਆ ਤੇ ਜੇ ਕੋ ਉੱਥੇ ਬੈਠਾ ਵਾ ਤੁਹੋ ਸਿਰ ਪੇਸ਼ ਕਰਕੇ ਬੈਠਾ ਵੀ ਪੰਜਾਬ ਦੀ ਕੋਈ ਬੇਇੱਜ਼ਤੀ ਨਾ ਹੋਵੇ ਵੀ ਹਾਂ ਵੀ ਇਹ ਸੰਘਰਸ਼ ਜਿਹੜਾ ਸੀ ਇਹ ਲੜਨਾ ਇਹ ਲੜਨਾ ਇਹ ਚੀਜ਼ ਆਪਣੇ ਆਪ ਨੂੰ ਬੜੇ ਸੂਰਮੇ ਕਹਿੰਦੇ ਸੀ ਤੇ ਇਹ ਮੋੜ ਚੱਲੇ ਆ ਪਰ ਗੱਲ ਇਹ ਆ ਵੀ ਜੇ ਸ਼ੇਰਾਂ ਦੀ ਫੌਜ ਦਾ ਜਰਨੈਲ ਕੋਈ ਕੁੱਤਾ ਬਣ ਜਾਵੇ ਨਾ ਤੇ ਉਹ ਉਹ ਸ਼ੇਰਾਂ ਦੀ ਫੌਜ ਵੀ ਕੁੱਤਿਆਂ ਦੀ ਫੌਜ ਬਣ ਜਾਂਦੀ ਆਂਦੀ ਫਿਰ ਉਹਦਾ ਕੋਈ ਬਹੁਤਾ ਫਰਕ ਨਹੀਂ ਰਹਿੰਦਾ ਇਹ ਇਹਨਾਂ ਬੰਦਿਆਂ ਨੇ ਇਹ ਇਹਨਾਂ ਬੰਦਿਆਂ ਨੇ ਕੰਮ ਇਹ ਕੀਤਾ ਵੀ ਹੁਣ ਜਿਹੜੇ ਮਤਲਬ ਜਿਹਦੋਂ ਤੋਂ ਹਕੂਮਤ ਡਰਦੀ ਸੀ ਜਿੰਨਾਂ ਲੋਕਾਂ ਤੋਂ ਉਹਨਾਂ ਲੋਕਾਂ ਦੇ ਵਿੱਚ ਹਕੂਮਤ ਦਾ ਡਰ ਪਾਤਾ ਸੈਂਟਰ ਦਾ ਡਰ ਪਾਤਾ ਕਿਸੇ ਇੰਟਰਨੈਸ਼ਨਲ ਮੀਡੀਆ ਨੇ ਕੱਲ ਦੀ ਘਟਨਾ ਨੂੰ ਇਹ ਨਹੀਂ ਕਿਹਾ ਵੀ ਭਾਰਤੀ ਡੈਮੋਕ੍ਰੇਸੀ ਨੂੰ ਖਤਰਾ ਹੈ ਇੱਕ ਪਾਸੇ ਇਹ ਕਹਿੰਦੇ ਨੇ ਵੀ ਮੋਦੀ ਦਾ ਮਤਲਬ ਹੈ ਮਰਡਰਰ ਆਫ ਇੰਡੀਅਨ ਡੈਮੋਕ੍ਰੇਸੀ ਇਦਾਂ ਹੀ ਕੁਝ ਕਹਿੰਦੇ ਨੇ ਹਨਾ ਦੂਜੇ ਪਾਸੇ ਕਹਿੰਦੇ ਨੇ ਵੀ ਜੇ ਫਰਜ਼ ਕਰੋ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ ਫਿਰ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ ਜੇ ਡੈਮੋਕ੍ਰੇਸੀ ਮਾਰ ਚੁੱਕਾ ਮੋਦੀ ਕਤਲ ਕਰ ਚੁੱਕਾ ਡੈਮੋਕ੍ਰੇਸੀ ਦਾ ਫਿਰ ਤੁਸੀਂ ਕਿਹਦੇ ਅੱਗੇ ਪ੍ਰੋਟੈਸਟ ਕਰ ਰਹੇ ਹੋ ਹੂੰ ਜੇ ਜੇ ਡੈਮੋਕ੍ਰੇਸੀ ਹੈਗੀ ਹੈ ਇਨ ਕੇਸ ਤੇ ਫਿਰ ਤੇ ਸਰਕਾਰ ਵੀ ਡੈਮੋਕ੍ਰੈਟਿਕ ਤਰੀਕੇ ਨਾਲ ਬਣੀ ਹੈ ਨਾ ਮжоਰਿਟੀ ਲੈ ਕੇ ਆਈ ਹੈ ਤੇ ਜੇ ਜੇ ਤੁਸੀਂ ਇਦਾਂ ਕਰਿਓ ਵੀ ਤੁਸੀਂ ਜਦੋਂ ਤੁਹਾਡੀ ਸਰਕਾਰ ਤੁਸੀਂ ਅਗਰੀਅਰ ਬਣਾ ਲਿਓ ਹੈ ਤਾਂ ਤੁਸੀਂ ਫਿਰ ਆ ਬਿਲ ਰੱਦ ਕਰ ਲਿਓ ਮਤਲਬ ਤੁਹਾਡਾ ਪ੍ਰੋਟੈਸਟ ਜਿਹੜਾ ਵਾ ਉਹ ਇਸ ਗੱਲ ਦੇ ਉੱਤੇ ਟਿੱਗਿਆ ਨਾ ਵੀ ਸਰਕਾਰ ਧੱਕੇ ਨਾਲ ਬਿੱਲ ਲਾਗੂ ਕਰਨਾ ਚਾਹੁੰਦੀ ਹੈ ਹੈ ਤੇ ਅਸੀਂ ਧੱਕਾ ਹੋਣ ਨਹੀਂ ਦੇਣਾ ਤੇ ਜਦੋਂ ਧੱਕੇ ਨਾਲ ਸਰਕਾਰ ਬਿੱਲ ਲਾਗੂ ਕਰਨਾ ਚਾਹ ਰਹੀ ਆ ਤੇ ਉੱਥੇ ਫਿਰ ਜੇ ਕਹਿੰਦੇ ਨਿਸ਼ਾਨ ਸਾਹਿਬ ਚਲਾ ਦਿੱਤਾ ਐਡੀ ਕੀ ਆਫਤ ਆ ਕਿ ਫਿਰ ਤੁਸੀਂ ਕਹਤੋਂ ਡੈਮੋਕ੍ਰੇਸੀ ਦੇ ਪਤ ਡੈਮੋਕ੍ਰੇਸੀ ਦੇ ਪਤ ਬਣਦੇ ਜੋ ਵੀ ਅਸੀਂ ਬੜੇ ਤਗੜੇ ਡੈਮੋਕ੍ਰੈਟਿਕ ਆ ਡੈਮੋਕ੍ਰੇਸੀ ਜਿਹੜੀ ਆ ਉਹ 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 ਉਹਦੇ ਅੰਚੇ ਜੇ ਤੇ ਡੈਮੋਕ੍ਰੇਸੀ ਇਥੇ ਕੋਈ ਹੋਵੇ ਨਾ ਵੀ ਤੁਹਾਡੀ ਕੋ ਸੁਣ ਰਿਹਾ ਹੋਵੇ ਡੈਮੋਕ੍ਰੇਸੀ ਮੀਡੀਆ ਤੁਹਾਡੀ ਨਹੀਂ ਸੁਣਦਾ ਸੁਪਰੀਮ ਕੋਰਟ ਉਹਨਾਂ ਦੇ ਅੰਦਰ ਆ ਫੌਜ ਉਹਨਾਂ ਦੇ ਅੰਦਰ ਆ ਇਹ ਐਜੂਕੇਸ਼ਨਲ ਇੰਸਟੀਟਿਊਟਸ ਉਹਨਾਂ ਦੇ ਅੰਦਰ ਆ ਪੁਲਿਸ ਉਹਨਾਂ ਦੇ ਅੰਦਰ ਆ ਹੈ ਉਹਨਾਂ ਕੋਲ ਬੜੇ ਤਗੜੇ ਮਤਲਬ ਐਸੇ ਗਰੁੱਪ ਆ ਜਿਹੜੇ ਤੰਗਾ ਪ੍ਰਸਾਦ ਕਰਨ ਨੂੰ ਮਾਰਿਆ ਤੇ ਤੁਸੀਂ ਕਹਿੰਦੇ ਕਿ ਅਸੀਂ ਡੈਮੋਕ੍ਰੇਸੀ ਬਚਾਉਣ ਚੱਲੇ ਆ ਨਾਲੇ ਇਹ ਚਲੋ ਬਾਕੀ ਕੌਮਾ ਦੀ ਮੈਂ ਗੱਲ ਨਹੀਂ ਕਰਦਾ ਸਿੱਖਾਂ ਵਾਸਤੇ ਡੈਮੋਕ੍ਰੇਸੀ ਬਚਾਉਣ ਦੇ ਅਰਥ ਕੀ ਆ ਤੁਸੀਂ ਮੈਜੋਰਿਟੀ ਮੈਜੋਰਿਟੀ ਸਟੇਟ ਦੇ ਵਿੱਚ ਤੁਸੀਂ ਮਿਨੋਰਿਟੀ ਜੋ ਹੈ ਤੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਵਿੱਚ ਜੋ ਮੈਜੋਰਿਟੀ ਜਾਊਗੀ ਜੋ ਬਹੁ ਗਿਣਤੀ ਜਾਊਗੀ ਉਹੀ ਤੁਹਾਡਾ ਕਾਨੂੰਨ ਕਾਦਾ ਬਣ ਜਾਊਗਾ ਹੁਣ ਗਾਊ ਹੱਤਿਆ ਜਿਹੜੀ ਆ ਉਹ ਉਹਦੇ ਤੋਂ ਇੱਕ ਤਰ੍ਹਾਂ ਨੂੰ ਮੁਸ਼ਕਲ ਹੈ ਪਰ ਉਹ ਵੈਨਚੁਅਲੀ ਉਹ ਸੈਕੂਲਰਿਜ਼ਮ ਬਣ ਗਿਆ ਵੀ ਹਾਂ ਕਾਨੂੰਨ ਬਣ ਗਿਆ ਵੀ ਤੂੰ ਕੋਈ ਵੀ ਬੰਦਾ ਭਾਵੇਂ ਮੁਸਲਮਾਨਾਂ ਨੂੰ ਇਜਾਜ਼ਤ ਦਈ ਪਰ ਉਹ ਨਹੀਂ ਕਰ ਸਕਦੇ ਕਿਉਂਕਿ ਉੱਥੇ ਰਾਜ ਇੱਕ ਧਿਰ ਦਾ ਹੈ ਤੁਸੀਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਜੇ ਇੱਕ ਝੰਡਾ ਲਾਇਆ ਸਾਡੀ ਕੌਮ ਦੇ ਉੱਤੇ ਨਸ਼ਰ ਕੁਸ਼ੀ ਦਾ ਖਤਰਾ ਆਇਆ ਤੇ ਫਿਰ ਅਸੀਂ ਇਸ ਸਟੇਟ ਨਾਲ ਕਦੇ ਲਈ ਵਫਾਦਾਰ ਬਣੇ ਬੈਠੇ ਫਿਰ ਅਸੀਂ ਭਾਰਤ ਦਾ ਝੰਡਾ ਲਾਈਏ ਕਿਉਂ ਇਹ ਇਹ ਇਹਦਾ ਤਾਂ ਕੋਈ ਜਵਾਬ ਦੇ ਦਿਓ ਬੰਦਾ ਕਿ ਜੇ ਅਸੀਂ ਉਧਰੋਂ ਉਹ ਲੋਕ ਸਾਡਾ ਕਤਰੀਆਮ ਕਰ ਦੇਣ ਹੈ ਉਹ ਲੋਕ ਸਾਡੇ ਤੇ ਮਤਲਬ ਰੋਜ਼ ਦਿਹਾੜੀ ਸਾਡਾ ਸਾਨੂੰ ਜਲੀਲ ਕਰਨ ਕਦੀ ਕੋਈ ਬਿੱਲ ਲਿਆ ਕੇ ਕਦੀ ਕੋਈ ਬਿੱਲ ਲਿਆ ਕੇ ਹੈ ਰੋਜ਼ ਦਿਹਾੜੀ ਸਾਡੀ ਮਤਲਬ ਜਵਾਨੀ ਜਿਹੜੀ ਆ ਕਦੀ ਕੋਈ ਸੰਘਰਸ਼ ਲੜਦੀ ਫਿਰੇ ਕਦੀ ਕੋਈ ਸੰਘਰਸ਼ ਲੜਦੀ ਫਿਰੇ ਤੇ ਉਹ ਉਹ ਜਿਹੜਾ ਵਾ ਅਸੀਂ ਇੱਕ ਝੰਡਾ ਲਾ ਦਈਏ ਤੇ ਸਾਡੀ ਕੌਮ ਦੇ ਤੇ ਨਸਲ ਕੋਸ਼ੀ ਤਾਂ ਖਤਰਾ ਬਣ ਜੇ ਮਤਲਬ ਇਸ ਸਟੇਟ ਦੇ ਨਾਲ ਵਫਾਦਾਰੀ ਅਸੀਂ ਕਰੀਏ ਤੁਸੀਂ ਚਾਹੋ ਨਾ ਜੋ ਵਫਾਦਾਰੀ ਦੋ ਤਰਫੀ ਹੁੰਦੀ ਹੈ ਸਿਟੀਜ਼ਨ ਦੀ ਸਟੇਟ ਦੇ ਨਾਲ ਸਟੇਟ ਦੀ ਸਿਟੀਜ਼ਨ ਦੇ ਨਾਲ ਜੇ ਸਟੇਟ ਆਪਣੇ ਨਾਗਰਿਕ ਦੇ ਨਾਲ ਵਫਾਦਾਰ ਨਹੀਂ ਜੇ ਸਟੇਟ ਆਪਣੇ ਨਾਗਰਿਕਾਂ ਦੇ ਹੱਕ ਨਹੀਂ ਦੇ ਰਹੀ ਉਹਨਾਂ ਨੂੰ ਉਹਨਾਂ ਨੂੰ ਦਬਾ ਰਹੀ ਆ ਤੇ ਨਾਗਰਿਕ ਦਾ ਕੋਈ ਫਰਜ਼ ਨਹੀਂ ਬਣਦਾ ਉਹ ਸਟੇਟ ਨਾਲ ਵਫਾਦਾਰੀ ਕਰੇ ਉਹ ਜੇ ਫਿਰ ਵੀ ਨਾਗਰਿਕ ਵਫਾਦਾਰੀ ਕਰਦਾ ਹੈ ਤੇ ਦੋ ਹੀ ਕਾਰਨ ਜਾਂ ਤੇ ਉਹਨੂੰ ਕਿਸੇ ਚੀਜ਼ ਦਾ ਲਾਲਚ ਹੈ ਜਾਂ ਉਹ ਡਰਿਆ ਹੈ ਇਸ ਕਰਕੇ ਜਿਹੜਾ ਇਹ ਗੱਲ ਕਹਿਣੀ ਆ ਬਾਰ-ਬਾਰ ਵੀ ਦੇਖੋ ਜੀ ਅਸੀਂ ਅਤਵਾਦੀ ਨਹੀਂ ਅਸੀਂ ਖਾਲਸਤਾਨੀ ਨਹੀਂ ਇਹ ਡਿਫੈਂਸਿਵ ਹੋਣ ਵਾਲੀ ਗੱਲ ਹੈ ਜਦੋਂ ਤੁਸੀਂ ਡਿਫੈਂਸਿਵ ਹੋਗੇ ਘਟ ਗਿਣਤੀ ਹੋ ਕੇ ਜਦੋਂ ਤੁਸੀਂ ਡਿਫੈਂਸਿਵ ਹੋਵੋਗੇ ਤੁਸੀਂ ਇਹ ਗੱਲ ਜਿਹੜੀ ਹੈ ਨਾ ਇਸ ਗੱਲ ਨੂੰ ਤੁਸੀਂ ਸੌਰੀ ਡਿਨਾਈ ਕਰੋ ਇਹ ਬੜਾ ਵੱਡਾ ਧਰਮ ਦਾ ਮਸਲਾ ਬਣ ਚੁੱਕਾ ਹੈ ਮੋਦੀ ਹਕੂਮਤ ਚ ਕਿਉਂ ਆਇਆ ਇਸ ਕਰਕੇ ਆਇਆ ਵੀ ਮੋਦੀ ਹਕੂਮਤ ਚਉਣ ਦੇ ਕਾਬਿਲ ਸੀ ਜਾਂ ਇਸ ਕਰਕੇ ਆਇਆ ਵੀ ਮੋਦੀ ਇੱਕ ਖਾਸ ਧਰਮ ਨਾਲ ਸੰਬੰਧ ਰੱਖਦਾ ਜਿਹੜੇ ਬਹੁ ਗਿਣਤੀ ਦੇ ਵਿੱਚ ਹੈ ਹੂੰ ਜੇ ਤੇ ਮੋਦੀ ਇਸ ਕਰਕੇ ਹਕੂਮਤ ਚ ਆਇਆ ਕਿ ਉਹ ਉਹ ਇੱਕ ਖਾਸ ਧਰਮ ਨਾਲ ਸੰਬੰਧ ਰੱਖਦਾ ਜਿਹੜਾ ਬਹੁ ਗਿਣਤੀ ਚ ਆ ਤੇ ਫਿਰ ਤੁਸੀਂ ਅੱਗੇ ਸੈਕੂਲਰ ਕਿਦਾਂ ਬਣ ਸਕਦੇ ਹੋ ਉਹਨਾਂ ਦੇ ਇਹ ਤੇ ਉਹ ਗੱਲ ਹੋ ਗਈ ਵੀ ਉਹ ਆਪਣੇ ਧਰਮ ਉਹਨਾਂ ਨੇ ਜਿਹੜਾ ਨਵਾਂ ਪਾਰਲੀਮੈਂਟ ਬਣਾਇਆ ਹੈ ਉਹਦਾ ਉਹਦੀ ਸ਼ੁਰੂਆਤ ਪੂਜਾ ਤੋਂ ਕੀਤੀ ਹੈ Hindu ਰੀਤੀ ਰਿਵਾਜਾਂ ਨਾਲ ਤੇ ਤੁਸੀਂ ਕਹਿੰਦੇ ਹੋ ਮੇ ਸਟੇਟ ਸੈਕੂਲਰ ਹੈ ਮਤਲਬ ਮੋਦੀ ਉੱਥੇ ਪੂਜਾ ਕਰ ਰਿਹਾ ਹੈ ਤੇ ਸਟੇਟ ਸੈਕੂਲਰ ਹੈ ਜੇ ਤੇ ਪਾਰਲੀਮੈਂਟ ਚ ਸਿੱਖ ਵੀ ਕਹਿੰਦੇ ਸਾਡਾ ਬੜਾ ਯੋਗਦਾਨ ਹੈ ਚਲੋ ਇਹ ਗੱਲਾਂ ਬੜੀਆਂ ਨਾ ਪੁਰਾਣੀਆਂ ਹੋ ਗਈਆਂ ਵੀ ਸਿੱਖਾਂ ਨੇ ਆਜ਼ਾਦੀ ਚ ਬੜੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਕੀਤੀਆਂ ਵਾ ਸਿੱਖਾਂ ਨੇ ਕੁਰਬਾਨੀਆਂ ਆਜ਼ਾਦੀ ਦੇ ਵਿੱਚ ਪਰ ਉਹਦਾ ਕੀ ਮੁੱਲ ਪਿਆ ਹੁਣ ਆਪਾਂ ਉਹ ਗੱਲ ਨੂੰ ਲੈ ਕੇ ਤੇ ਬਾਰ ਬਾਰ ਆਪਣ ਛੱਤਰ ਤਿੰਨੇ ਖਾਈ ਜਾ ਸਕਦੇ ਵੀ ਜੋ ਕਿ ਤੁਹਾਨੂੰ ਕੁੱਟਣਾ ਵੇ ਤੇ ਗਲੀਆਂ ਕਿ ਵੀ ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਇਹ ਵੇਖੋ ਜੀ ਤੁਸੀਂ ਸਾਡਾ ਮੁੱਲ ਨਹੀਂ ਪਾਉਂਦੇ ਉਹ ਅਗਲਿਆਂ ਨੇ ਕਹਿਤਾ ਵੀ ਨਹੀਂ ਤੁਹਾਡਾ ਮੁੱਲ ਪਣਾ ਕਿੰਨੀ ਘਰ ਕਹਿਣ ਹੁਣ ਜਲੀਲ ਕਰਨ ਵਾਲਾ ਜਿਹੜਾ ਬੰਦਾ ਵਾ ਉਹਦੀ ਵੀ ਕੋਈ ਸੀਮਾ ਹੁੰਦੀ ਹੈ ਨਾ ਉਹ ਜਲੀਲ ਕਰਨ ਵਾਲਾ ਬੰਦਾ ਵੀ ਇੱਕ 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 ਲਿਮਿਟ ਤੱਕ ਇਹਨੂੰ ਜਲੀਲ ਕਰ ਸਕਦਾ ਨਾ ਉਹ ਤੇ ਕਹਿੰਦਾ ਵੀ ਅਸੀਂ ਤੁਹਾਨੂੰ ਬਾਰ-ਬਾਰ ਕਹਿ ਚੁੱਕੇ ਹਾਂ ਵੀ ਨਹੀਂ ਅਸੀਂ ਤੁਹਾਡੀ ਕੋਈ ਕੁਰਬਾਨੀ ਦੀ ਕਦਰ ਕਰਦੇ ਜਾਓ ਜੋ ਕਰਨਾ ਉਹ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਦੀ ਕਦਰ ਨਹੀਂ ਕੀਤੀ ਉਹ ਤੁਹਾਨੂੰ ਕੀ ਲੱਗਦਾ ਵੀ ਤੁਹਾਡੀਆਂ ਆਜ਼ਾਦੀ ਲਈ ਕੁਰਬਾਨੀਆਂ ਦੇ ਕੋ ਉਹਨਾਂ ਨੇ ਕੀ ਕਦਰ ਕਰਨੀ ਹੈ ਨੌਵੇਂ ਪਾਤਸ਼ਾਹ ਨੇ ਜਿਨ੍ਹਾਂ ਦੀ ਖਾਤਰ ਕੁਰਬਾਨੀ ਕੀਤੀ ਸੀ ਨਾ ਉਹਨਾਂ ਦੇ ਪੁੱਤ-ਪੋਤਰਿਆਂ ਨੇ 10ਵੇਂ ਪਾਤਸ਼ਾਹ ਨੂੰ ਫੌਜਾਂ ਲਿਆ ਕੇ ਘੇਰੇ ਪਾਏ ਸੀ ਸੋ ਇਸ ਕਰਕੇ ਜਿਹੜਾ ਆਹ ਇਲਿਊਜ਼ਨ ਪਾ ਲਿਆ ਨਾ ਆਪਾਂ ਪਰ ਮੈਂ ਜਿਹੜੇ ਜਿਹੜੇ ਜੀ ਰਹੇ ਆ ਅਸੀਂ ਕਿਸੇ ਲਈ ਚੰਗਾ ਕਰਦੇ ਆ ਜਰੂਰੀ ਹੈ ਵੀ ਅਗਲਾ ਵੀ ਸਾਡੀ ਚੰਗਾ ਕਰੇ ਦੁਨੀਆ ਏਡੀ ਮਤਲਬ ਇੱਥੇ ਆਪਣੇ ਵਰਗੀ ਦੀ ਆਲੂ ਨਹੀਂ ਹੈਗੀ ਸੋ ਇਹ ਇੱਕ ਤੇ ਨੌਜਵਾਨ ਜਿੰਨੇ ਵੀ ਉੱਥੇ ਤਰੰਗੇ ਚੁੱਕੀ ਫਿਰਦੇ ਆ ਜਿੰਨੇ ਵੀ ਛੰਡੇ ਚੁੱਕੀ ਫਿਰਦੇ ਆ ਹਨਾ ਉਹਨਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਵੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਮਜ਼ੋਰ ਕਰਦੀਆਂ ਨੇ ਜਿਹੜੀ ਹਕੂਮਤ ਹੈ ਉਹ ਹਕੂਮਤ ﺍﻟਾਨੀਆਂ ਤੌਰ ਤੇ ਕਹਿ ਚੁੱਕੀ ਹੈ ਵੀ ਅਸੀਂ ਹਿੰਦੂ ਰਾਸ਼ਟਰ ਜਿਹੜਾ ਉਹਨੂੰ ਬਣਾਉਣਾ ਅੱਜ ਤੱਕ ਕਿਸੇ ਬੰਦੇ ਨੂੰ ਇਹ ਕਹਿਣ ਦੀ ਸਜ਼ਾ ਮਿਲੀ ਹੈ ਵੀ ਅਸੀਂ ਦੂਰਾਸ਼ਟਰ ਬਣਾਉਣਾ ਹੈ ਨਹੀਂ ਤੇ ਤੁਸੀਂ ਮੈਂ ਅਸੀਂ ਖਾਲਸਤਾਨੀ ਨਹੀਂ ਜੀ ਅਸੀਂ ਫਲਾਣਾ ਨਹੀਂ ਜੀ ਢਿੰਗਣਾ ਨਹੀਂ ਜੀ ਬੱਕਰਾ ਜਿਹੜਾ ਮਰਜ਼ੀ ਟੈਗ ਲਾ ਲਏ ਆਪਣੇ ਉੱਤੇ ਕਸਾਈ ਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਕੱਲ ਸਾਰਿਆਂ ਨੇ ਹਲਾਲ ਹੋਣਾ ਇੱਥੇ ਹੈ ਇਹ ਕਰਕੇ ਬੱਕਰੇ ਬਣਨੋਂ ਚੰਗਾ ਵਾ ਵੀ ਤੁਸੀਂ ਘਾਟੋ ਘੱਟ ਇਹ ਚੀਜ਼ ਨੂੰ ਸਵਕਾਰ ਕਰ ਲੋ ਵੀ ਨਹੀਂ ਇੱਥੇ ਹੁਣ ਇੱਕ ਗੱਲ ਕਰਦੇ ਆ ਵੀ ਮੋਦੀ ਨੇ ਕਿਹਾ ਵੀ ਮੈਂ ਨਾ ਲਿਖ ਕੇ ਦੇ ਦੇਣਾ ਤੁਹਾਨੂੰ ਪੀ ਜਿਹੜੇ ਕਾਨੂੰਨ ਆ ਮੈਂ ਰੱਦ ਕਰੂੰਗਾ ਕਾਨੂੰਨ ਜਿਹੜੇ ਆ ਵੀ ਮੈਂ ਐਮਐਸਪੀ ਦਊਗਾ ਲਿਖ ਕੇ ਦੇ ਦੇਣਾ ਸਾਰਾ ਕੁਝ ਹੁਣ ਇਹ ਕਹਿੰਦੇ ਆ ਵੀ ਅਸੀਂ ਉਹਦੀ ਬੋਲੀ ਤੇ ਯਕੀਨ ਨਹੀਂ ਕਰਦੇ ਅਸੀਂ ਉਹਦੀ ਜਿਹੜੀ ਵਰਬਲ ਟਾਕ ਤੇ ਯਕੀਨ ਨਹੀਂ ਕਰਦੇ ਲਿਖਤ ਤੇ ਯਕੀਨ ਕਰਦੇ ਇਹਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇ ਠੀਕ ਹੈ ਹੁਣ ਆਰਟੀਕਲ 370 ਕਸ਼ਮੀਰ ਦਾ ਕਾਨੂੰਨ ਸੀ ਨਾ ਸੰਵਿਧਾਨਿਕ ਅਧਿਕਾਰ ਸੀ ਨਾ ਉਹਨਾਂ ਦਾ ਉਹਨਾਂ ਜਿਨ੍ਹਾਂ ਲੋਕਾਂ ਨੇ ਸਟੇਟ ਹੀ ਖਤਮ ਕਰ ਦਿੱਤੀ ਉਹ ਤੁਹਾਡਾ ਕਾਨੂੰਨ ਅੱਜ ਕੈਨਸਲ ਕਰ ਦਿੰਗੇ ਤੁਸੀਂ ਘਰ ਜਾ ਕੇ ਬਹਿ ਜਾਓਗੇ ਅਗਲੇ ਦਿਨ ਫਿਰ ਲਾਗੂ ਕਰ ਦੇਣਗੇ ਫਿਰ ਦੁਬਾਰੇ ਇਹਨੇ ਲੋਕ ਇਕੱਠੇ ਹੋ ਕੇ ਆਉਣਗੇ ਤੋਂ ਨਹੀਂ ਜੇ ਇਹ ਅੱਜ ਫਰਜ਼ ਕਰੋ ਮੋਦੀ ਕਵੇ ਵੀ ਮੈਂ ਤੁਹਾਡੇ ਕਾਨੂੰਨ ਕੈਨਸਲ ਕੀਤੇ ਜਾਓ ਕਾਨੂੰਨ ਚ ਵੀ ਲਿਖ ਦਿੱਤਾ ਸਾਰਾ ਕੁਝ ਜੋ ਤੁਸੀਂ ਚਾਹੁੰਦੇ ਕਰ ਦਿੱਤਾ ਤੁਸੀਂ ਘਰ ਜਾਓ 2 ਮਿੰਟ ੱਪਣ ਮੋਦੀ ਫਿਰ ਕਾਨੂੰਨ ਲਾਗੂ ਕਰ ਦੇ ਮੈਜੋਰਿਟੀ ਉਹਦੇ ਕੋਲ ਆ ਆਪੋਜੀਸ਼ਨ ਵੈਸੇ ਕੋਈ ਮਤਲਬ ਮਾਇਨੇ ਨਹੀਂ ਰੱਖਦੀ ਕਿਉਂਕਿ ਮੋਦੀ ਜਿਹੜਾ ਵਾ ਆਪਣੀ ਕਾਬਲੀਅਤ ਦੇ ਆਧਾਰ ਤੇ ਨਹੀਂ ਮੋਦੀ ਆਪਣੀ ਕੋਈ ਗੁਣ ਦੇ ਆਧਾਰ ਤੇ ਨਹੀਂ ਇਸ ਦੇਸ਼ ਦਾ ਆਗੂ ਬਣ ਗਿਆ ਉਹ ਸਿਰਫ ਧਰਮ ਦੇ ਆਧਾਰ ਤੇ ਬਣਿਆ ਤੇ ਜਿਹੜੇ ਧਰਮ ਦੇ ਆਧਾਰ ਤੇ ਬਣਿਆ ਨਾ ਅੱਜ ਉਸ ਧਰਮ ਦੇ 90% ਲੋਕ ਇਹਨਾਂ ਬਿੱਲਾਂ ਦੇ ਹੱਕ 'ਚ ਨੇ ਭਾਵੇਂ ਉਹਨਾਂ ਨੂੰ ਬਿੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਜੇ ਕੋਈ ਇਹ ਸਮਝੇ ਨਾ ਕਿ ਇਹ ਕਿਉਂ ਲੋਕ ਮਤਲਬ ਮੋਦੀ ਦੀ ਸਪੋਰਟ ਕਰਦੇ ਆ ਰਹੇ ਨੇ ਮੋਦੀ ਨੇ ਆਪਣੀ ਇਮੇਜ ਜਿਹੜੀ ਬਣਾਈ ਹੈ ਉਹ ਅਨਡੀਫੀਟਡ ਪਰਸਨ ਦੀ ਬਣਾ ਲਈ ਹੈ ਵੀ ਮੈਨੂੰ ਕੋ ਹਰਾ ਨਹੀਂ ਸਕਦਾ ਮੋਦੀ ਨੇ ਉਹਨਾਂ ਨੇ ਜਿਹੜੇ ਸੀ ਜੀਸੀਏ ਐਨਆਰਸੀ ਵਾਲਾ ਕੰਮ ਹੋਇਆ ਡੀਮੋਨਟਾਈਜੇਸ਼ਨ ਕੀਤੀ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਲੋਕੀ ਕਹਿੰਦੇ ਸੀ ਵੀ ਦੇਖੋ ਸੜਕਾਂ ਤੇ ਇੰਨੇ ਲੋਕ ਮਾਰੇ ਗਏ ਐਨੇ ਲੋਕ ਲੈਣਾ ਚ ਲੱਗ ਗਿਆ ਇੰਨਾ ਕੁਝ ਹੋ ਗਿਆ ਜੀ ਐਰਕਾਂ ਤੇ ਮੋਦੀ ਨੂੰ ਲੋਕ ਵੋਟਾਂ ਜੀ ਦੇਣਗੇ ਵੋਟਾਂ 'ਚ ਮੋਦੀ ਨੂੰ ਲੋਕ ਫਿਰ ਲੋਕਾਂ ਨੇ ਉਹ ਤੋਂ ਪਹਿਲਾਂ ਨਾਲੋਂ ਜ਼ਿਆਦਾ ਮੈਜੋਰਿਟੀ ਦਿਵਾਤੀ। ਮਤਲਬ ਇਹ ਗੱਲ ਸਾਫ਼ ਹੋ ਗਈ ਵੀ ਲੋਕਾਂ ਵਾਸਤੇ, ਹਿੰਦੂਆਂ ਵਾਸਤੇ, ਸਟੇਟ ਦੀ ਮੈਜੋਰਿਟੀ ਵਾਸਤੇ ਆਪਣੀ ਆਰਥਿਕਤਾ ਬਾਅਦ 'ਚ ਆ ਧਰਮ ਪਹਿਲਾਂ ਆ। ਉਹਨਾਂ ਦੀ ਆਪਣੀ ਜਿਹੜੀ ਆਰਥਿਕਤਾ ਵਾ ਆਰਥਿਕ ਪੋਜੀਸ਼ਨ ਉਹ ਬਾਅਦ 'ਚ ਆ ਧਰਮ ਪਹਿਲਾਂ ਆ। ਹੂੰ। ਉਹਨਾਂ ਨੇ ਉਹ ਮੋਦੀ ਨੂੰ ਜ਼ਿਆਦਾ ਦਿੱਤਾ। ਮੋਦੀ ਨੇ ਇਸ ਇਹ ਐਨਆਰਸੀ ਦੇ ਵਿੱਚ ਉਹਨਾਂ ਨੇ ਦੋ-ਦੋ ਤਿਰੰਗੇ ਅੱਗੇ, ਦੋ-ਦੋ ਤਿਰੰਗੇ ਪਿੱਛੇ ਮਸਜਿਦਾਂ ਦੇ ਉੱਤੇ ਤੰਗੇ ਚੜਾ ਲਈ ਆਪਣੀਆਂ ਤੇ। ਉਹਨਾਂ ਨੇ ਫਿਰ ਵੀ ਉਹਨਾਂ ਨੂੰ ਕੁੱਟਿਆ ਤੇ ਉਲਟੇ ਕੇਸ ਵੀ ਉਹਨਾਂ ਤੇ ਪਾਏ ਮੁਸਲਮਾਨਾਂ ਦੇ ਤੇ ਲੰਮੇ ਪਵਾ ਕੇ ਕੁੱਟਦਿਆਂ ਨੂੰ ਉਹਨਾਂ ਕੋਲ ਜਨਗਨਮਨ ਬੁਲਾਇਆ ਉਹਨਾਂ ਨੇ ਤੁਹਾਡੇ ਕੋਲ ਵੀੜੀਆਂ ਅਜੇ ਵੀ ਮਰੂਦ ਹੋਣੀਆਂ ਉਹ ਚੀਜ਼ ਦੀ ਹੈ ਮਤਲਬ ਉਹਨਾਂ ਨੇ ਆਪਣੀ ਹਰ ਗੱਲ ਤੇ ਵਫਾਦਾਰੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉਹ ਮੁਸਲਮਾਨ ਸਨ ਪਰ ਉਹਨਾਂ ਦੀ ਵਫਾਦਾਰੀ ਦਾ ਕਿਤੇ ਕੋਈ ਮੁੱਲ ਨਹੀਂ ਪਿਆ ਤੇ ਜਿਹੜੀ ਗਲਤੀ ਕੋ ਕਰਕੇ ਵੇਖੋ ਇੰਨੀ ਇੰਨਾ ਤੇ ਆਪਾਂ ਨੂੰ ਮੰਨਦਪੁੱਧੀ ਹੋ ਜਾਣਾ ਚਾਹੀਦਾ ਹੈ ਜਿਹੜੀ ਗਲਤੀ ਕੋ ਕਰਕੇ ਸਾਡੇ ਸਾਹਮਣੇ ਕੋਟਖਾ ਰਿਹਾ ਹੈ ਫੋਰ ਐਗਜ਼ਾਮਪਲ ਮੇਰੇ ਸਾਹਮਣੇ ਕੋਈ ਸੱਪ ਲੜ ਕੇ ਮਰ ਗਿਆ ਹੈ ਹੈ ਤੇ ਮੈਂ ਕਹੂੰਗਾ ਮੈਂ ਨਹੀਂ ਮੰਨਦਾ ਵੀ ਮੈਂ ਹੀ ਸਭ ਲੜਾਉਂਗਾ ਤੇ ਫਿਰ ਮੈਂ ਮੰਨੂੰਗਾ ਕਿ ਬੰਦਾ ਮਰਦਾ ਕਿ ਨਹੀਂ ਮਰਦਾ ਮਤਲਬ ਇਹ ਮੂਰਖਤਾਈਆਂ ਜਿਹੜੀਆਂ ਨੇ ਇਹ ਸਾਰੀ ਕਾਮ ਨੂੰ ਛੜਣੀਆਂ ਪੈਣਗੀਆਂ ਜੇ ਅਸੀਂ ਆਪਣਾ ਬਚਾਅ ਕਰਨਾ ਹੈ ਹੈ ਜੇ ਉਹੋ ਹੀ ਕੰਮ ਹੈ ਵੀ ਇੱਕ ਪੀੜੀ ਸਾਡੀ ਲੜੂਗੀ ਦੂਜੀ ਪੀੜੀ ਛਤਰ ਖਾਲੂਗੀ ਤੀਜੀ ਪੀੜੀ ਲੜੂਗੀ ਕਿਉਂਕਿ ਜਦੋਂ ਇੱਕ ਪੀੜੀ ਸਾਡੀ ਲੜਨ ਦੁਰਦੀ ਆ ਤੁਸੀਂ ਉਹਨਾਂ ਨੂੰ ਖਿੱਚ ਕੇ ਪਛਾਹ ਤੁਰ ਲੀਂਦੇ ਜੋ ਤੁਸੀਂ ਉਹਨਾਂ ਨੌਜਵਾਨਾਂ ਨੂੰ ਇੰਨਾ ਡੀਮੋਟੀਵੇਟ ਕਰਦੇ ਜੋ ਇਹ ਕਹਿੰਦੇ ਆ ਵੀ ਜਾਨੀ ਨੁਕਸਾਨ ਤੋਂ ਅਸੀਂ ਬਚਾਉਣਾ ਚਾਹੁੰਦੇ ਹੂੰ ਪਹਿਲੇ ਆਪਾਂ ਮੋਦੀ ਵਾਲੀ ਗੱਲ ਬੇਲ ਲਈਏ NRC ਤੇ CAA ਦੇ ਪ੍ਰੋਟੈਸਟ ਦੇ ਵਿੱਚ ਮੋਦੀ ਨੇ ਸਾਰੇ ਲੋਕਾਂ ਨੂੰ ਮਤਲਬ ਕਟਮਾਰਕ ਕੀਤੀ ਬੁਧਵਾਰੀ ਦੁਨੀਆ ਦੇ ਮੀਡੀਆ ਜਦੋਂ ਵੀ ਇੰਟਰਨੈਸ਼ਨਲ ਮੀਡੀਆ ਨੇ ਬੜੀ ਉਦੋਂ ਵੀ ਗੱਲ ਚੱਕੀ ਸੀ ਕਿ ਯਾਰ ਇਹ ਦੇਖੋ ਜੀ ਇੰਡੀਆ ਦੇ ਵਿੱਚ ਇਦਾਂ ਜ਼ੁਲਮ ਹੋ ਰਿਹਾ ਉਦੋਂ ਉਹ ਵੀ ਆਇਆ ਸੀ ਅਮਰੀਕਾ ਦਾ ਰਾਸ਼ਟਰਪਤੀ 트াম্প ਵੀ ਆਇਆ ਸੀ ਉਦੋਂ ਵੀ ਕੁਝ ਹੋਇਆ ਸੀ ਹਨਾ ਪਰ ਫਿਰ ਵੀ ਕੁਝ ਬਣਿਆ ਉਹ ਸਟੇਟ ਨੇ ਪ੍ਰਵਾਹ ਕੀਤੀ ਵੀ ਸਾਡੀ ਇੰਟਰਨੈਸ਼ਨਲ ਇਮੇਜ ਕੀ ਹੈ ਤੁਸੀਂ ਕਹਿੰਦੇ ਜੋ ਵੀ ਦੇਖੋ ਦੁਨੀਆ ਥੂਥੂ ਕਾਂਢੀ ਮੋਦੀ ਦੇ ਉੱਤੇ ਮੋਦੀ ਨੂੰ ਇਸ ਗੱਲ ਨਾਲ ਕੀ ਫਰਕ ਪੈਂਦਾ ਮੋਦੀ ਦੀ ਕੰਟਰੀ ਦੇ ਲੋਕ ਮੋਦੀ ਦਾ ਤੁਤੂ ਨਿਕਲਦਾ ਮੋਦੀ ਦੇ ਕੰਟਰੀ ਦੇ ਲੋਕ ਮੈਜੋਰਟੀ ਉਹਦੇ ਹੱਕ ਚ ਤੇ ਇਹ ਡੈਮੋਕਰੈਟਿਕ ਸਿਸਟਮ ਤੇ ਵਿੱਚ ਜਿਹਦੇ ਹੱਕ ਚ ਲੋਕ ਨੇ ਉਹ ਗਲਤ ਹੈ ਉਹ ਸਹੀ ਹੈ ਇਹ ਮੈਟਰ ਨਹੀਂ ਕਰਦਾ ਉਹੋ ਹੀ ਬੰਦਾ ਰਾਜ ਕਰੂਗਾ ਜਿਹਦੇ ਹੱਕ ਚ ਲੋਕ ਨੇ ਤੇ ਲੋਕ ਅੱਜ ਧਾਰਮਿਕ ਤੌਰ ਦੇ ਉੱਤੇ ਆਪਣਾ ਆਗੂ ਚੁਣ ਚੁੱਕੇ ਨੇ ਉਹ ਉਹ ਆਪਣੇ ਰਾਜ ਦਾ ਐਲਾਨ ਕਰ ਚੁੱਕੇ ਨੇ ਵੀ ਇਹ ਹਿੰਦੂ ਰਾਸ਼ਟਰ ਹੈ ਫਿਰ ਇਹਨਾਂ ਨੇ ਕਸ਼ਮੀਰ ਨਪਿਆ ਕਸ਼ਮੀਰ ਨੱਪ ਕੇ ਅੱਜ ਕਿੰਨੇ ਸਾਲ ਤੋਂ ਉੱਪਰ ਹੋ ਗਿਆ ਉਹ ਲਾਕਡਾਊਨ ਚਾ ਕਸ਼ਮੀਰ ਸਾਰਾ ਕੁਝ ਫਿਰ ਉਹਦੇ ਤੇ ਕਿਸੇ ਮੋਦੀ ਨੂੰ ਕੋਈ ਫਰਕ ਨਹੀਂ ਪਿਆ ਫਿਰ ਜਦੋਂ ਆਪਣਾ ਕਰੋਨਾ ਆਇਆ ਕਿੰਨਾ ਇਹਨਾਂ ਨੇ ਲਾਕਡਾਊਨ ਕਰਕੇ ਲੋਕ ਖੱਜਲ ਹੋਏ ਪਰ ਕਿਸੇ ਲੋਕ ਉਹਨੇ ਤਾੜੀਆਂ ਕਹੀਆਂ ਤਾੜੀਆਂ ਵਜਾਈਆਂ ਲੋਕਾਂ ਨੇ ਉਹਨੇ ਥਾਲੀਆਂ ਕਹੀਆਂ ਥਾਲੀਆਂ ਵਜਾਈਆਂ ਲੋਕਾਂ ਨੇ ਅੱਜ ਤੁਸੀਂ ਦੱਸੋ ਵੀ ਮੋਦੀ ਦੀ ਪੋਪੂਲਾਰਿਟੀ ਪਿਲੋਂ ਉਨੋਂ ਕੱਟ ਗਈ ਹੈ ਨਹੀਂ ਕੱਟੀ ਕਿਉਂਕਿ ਉਹ ਲੋਕਾਂ ਵਾਸਤੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਅਸੀਂ ਅਸੀਂ ਤੇ ਜਿਹੜੇ ਲੋਕਾਂ ਨਾਲ ਅਸੀਂ ਲੜ ਰਹੇ ਆ ਉਹਨਾਂ ਲੋਕਾਂ ਵਾਸਤੇ ਧਰਮ ਸੁਪਰੀਮ ਹੈ ਉਹ ਆਪਣੇ ਧਰਮ ਨੂੰ ਫੜ ਕੇ ਬੈਠੇ ਨੇ ਤੇ ਅਸੀਂ ਜਿਹੜੇ ਜੰਗ ਲੜਨ ਵਾਲੇ ਆ ਗਾੜੀਆਂ ਉਹ ਅਸੀਂ ਕਹਿੰਦੇ ਵੀ ਨਹੀਂ ਜੀ ਅਸੀਂ ਤਾਂ ਬੜੇ ਸੈਕੂਲਰ ਹੈ ਜਿਹੜੀ ਸਾਡੀ ਇੱਕੋ ਇੱਕ ਤਾਕਤ ਸੀ ਸਾਡੀ ਸਾਡਾ ਧਰਮ ਹੈ ਅਸੀਂ ਉਸੇ ਧਰਮ ਨੂੰ ਛੱਡ ਕੇ ਤੇ ਜਿਹੜਾ ਵਾ ਸੈਕੂਲਰਿਜ਼ਮ ਦਾ ਪੱਲਾ ਫੜ ਲਿਆ ਜਿਹੜਾ ਸੈਕੂਲਰਿਜ਼ਮ ਸਾਨੂੰ ਅੱਜ ਤੱਕ ਛੇਤਰ ਫਰਾਉਂਦਾ ਆਇਆ ਜੇ ਸਾਨੂੰ ਅੱਜ ਤੱਕ ਇੱਕ ਛੇਤਰ ਪਏ ਆ ਨਾ ਉਹ ਸਿਰਫ ਸੈਕੂਲਰਿਜ਼ਮ ਦਾ ਕਰਕੇ ਪਏ ਆ ਉਹ ਉਹ ਸਾਡੇ ਧਰਮ ਜਿੱਥੇ ਸਾਡਾ ਬਚਾ ਆ ਧਰਮ ਦਾ ਕਰਕੇ ਹੋਇਆ ਅਸੀਂ ਵੱਡੇ ਘੱਲੂ ਘਰੇ ਵੀ ਕਰਾ ਲਏ ਪਰ ਅਸੀਂ ਫਿਰ ਰਾਜ ਲੈ ਅਸੀਂ ਟੈਂਦੀ ਗੱਲਾਂ ਜਿੰਨ ਕਦੀ ਵੀ ਕਹੇ ਸੈਕੂਲਰਿਜ਼ਮ ਵਿੱਚ ਹੀ ਛਤਰ ਪੈਂਦੇ ਆ ਉਹਦੇ ਵਿੱਚ ਪਰ ਤੁਸੀਂ ਟੈਂਦੀ ਗੱਲਾਂ ਜਾਂਦੇ ਤੁਸੀਂ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਪੈਂਦੇ ਜੀ ਤੁਹਾਨੂੰ ਲੱਗਦਾ ਵੀ ਹਰ ਚੀਜ਼ ਗਲਤੀ ਸਾਡੀ ਏ ਤੁਹਾਨੂੰ ਲੱਗਦਾ ਅਸੀਂ ਹਥਿਆਰ ਨਹੀਂ ਚੁੱਕਦੇ ਸਾਡੇ ਨਾਲ ਆਹ ਨਾ ਹੁੰਦਾ ਸੰਤ ਪੰਡਤ ਵਾਲੇ ਦਰਬਾਰ ਸਾਹਿਬ ਨਾਲ ਜਾਂਦੇ ਆਹ ਨਾ ਹੁੰਦਾ ਫਲਾਣਾ ਅਸੀਂ ਆਹ ਨਾ ਕਰਦੇ ਆਹ ਨਾ ਹੁੰਦਾ ਤੇ ਫਿਰ ਤੁਸੀਂ ਸਾਹ ਲੈਣਾ ਛੱਡ ਦਿਓ ਸਾਹ ਵੀ ਤਾਂ ਹੀ ਲੈਂਦੇ ਜੋ ਤੇ ਕਿਸੇ ਨੂੰ ਹੋ ਸਕਦਾ ਵੀ ਇਹਦੇ ਤੋਂ ਪ੍ਰੋਬਲਮ ਹੋ ਜੇ ਕਿ ਤੁਸੀਂ ਸਾਹ ਲੈ ਰਹੇ ਹੋ ਸਾਹ ਲੈਣਾ ਛੱਡਦੇ ਹੋ ਫਿਰ ਪੱਗ ਬੰਨਣੀ ਛੱਡਦੇ ਹੋ ਹੈ ਫਿਰ ਤੁਸੀਂ ਕਕਾਰ ਲਾ ਕੇ ਤੇ ਜਮ੍ਹਾਂ ਕਰਾ ਦੇ ਸਰਕਾਰ ਦੇ ਕੋਲ ਮਤਲਬ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਸਰਕਾਰ ਤੁਹਾਨੂੰ ਪਤਾ ਹੈ ਵੀ ਇਹ ਗੱਲਾਂ ਇੱਥੇ ਤੱਕ ਪਹੁੰਚਣੀਆਂ ਨੇ ਸਾਡੀਆਂ ਪੱਗਾਂ ਵੀ ਇਹਨਾਂ ਲਾਉਣੀਆਂ ਨੇ ਜੇ ਅਸੀਂ ਅੱਜ ਇਹਨਾਂ ਨੂੰ ਨਾ ਰੋਕਿਆ ਪਰ ਫਿਰ ਵੀ ਅਸੀਂ ਅੱਜ ਦਿਨਟ ਪਾਉਣ ਵਾਲੀ ਗੱਲ ਕਰਦੇ ਆਂ ਕਿ ਅੱਜ ਦਾ ਦਿਨ ਨੰਗ ਜੇ ਕੱਲ ਨੂੰ ਕੱਲ ਦੀ ਕੱਲ ਵੇਖਾਂਗੇ ਮੈਂ ਸਾਨੂੰ ਕਮ ਸਿਕਾਂ ਮੈਂ ਇੰਨੀ ਇੰਨੀ ਤੇ ਅਗਲੀ ਹੋਣੀ ਚਾਹੀਦੀ ਵੀ ਅਸੀਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਨੂੰ ਅੱਜ ਤੁਸੀਂ ਇਸ ਖਰਚ ਕਰਨ ਤੋਂ ਦੱਦੇ ਜੋ ਤੁਹਾਡੀਆਂ ਆਉਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਘੱਟੋ ਘੱਟ ਸਾਡੀ ਜਿਹੜੀ ਸਾਡੇ ਤੋਂ ਪਹਿਲਾਂ ਪੀੜ੍ਹੀ ਸੀ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਹਿੰਦੁਸਤਾਨੀ ਹਕੂਮਤ ਦੇ ਨਾਲ ਇੱਕ ਬਹੁਤ ਲੰਮਾ ਸੰਘਰਸ਼ ਲੜਿਆ ਤੇ ਸਾਡੇ ਵਾਸਤੇ ਇੱਕ ਗਰਾਊਂਡ ਤਿਆਰ ਕਰਕੇ ਦੇ ਜਿੱਥੇ ਸਾਡੇ ਚ ਘੱਟੋ ਘੱਟ ਹੀੜ ਭਾਵਨਾ ਨਹੀਂ ਸੀ ਆ ਗਈ ਸਾਡੇ ਸਾਡੇ ਕੋਲ ਨਾਇਕ ਸਨ ਸੰਤ ਜਨਰਲ ਸਿੰਘ ਬੰਦਾਲੇ ਅਰਗੇ ਵੀ ਜਿਨ੍ਹਾਂ ਨੇ ਦੇਸ਼ ਦੇਸ਼ ਦੀ ਬਹੁਤ ਵੱਡੀ ਆਰਮੀ ਤੇ ਹੋਰ ਦੇਸ਼ਾਂ ਦੀ ਮਦਦ ਨਾਲ ਜਿਹੜੀ ਆਰਮੀ ਆਈ ਸੀ ਉਹਦੇ ਨਾਲ ਮੁਕਾਬਲਾ ਕੀਤਾ ਮੁਕਾਬਲਾ ਕਰਕੇ ਸ਼ਹੀਦੀ ਪਾਈ ਤੇ ਜੇ ਭਾਈ ਜਾਨ ਸੋ ਉਹ ਹੱਥ ਕੜ ਕਰਕੇ ਆ ਜਿੰਦੇ ਨਾ ਕਾਲੀ ਆਵਾਂਗੇ ਤੇ ਅਸੀਂ ਅੱਜ ਸਿੱਖੀ ਦੀ ਗੱਲ ਕਿੱਥੇ ਕਰਨੀ ਸੀ ਅਸੀਂ ਹੀਣੇ ਹੋ ਕੇ ਜੀਣਾ ਸੀ ਇੱਥੇ ਲੋਕਾਂ ਦੇ ਅੱਗੇ ਸਾਡੀ ਨਜ਼ਰ ਝੁੱਕ ਜਾਣੀ ਹੈ ਵੀ ਹਾਂ ਤੁਹਾਡਾ ਤਾਂ ਕਹਿੰਦਾ ਵੀ ਮੈਂ ਹਥਿਆਰ ਨਹੀਂ ਛੱਡਦਾ ਤੇ ਵੇਖਿਆ ਫਿਰ ਦੋ ਵਾਂ ਘੰਟੇ ਜਾ ਕੇ ਨੇ ਫੜ ਕੇ ਬਾਅਦ ਨੇ ਆਂਦਾ ਮਤਲਬ ਇਸ ਬਿਰਤ ਜਿਹੜੀ ਸੰਤਾਂ ਨੂੰ ਮਿਲੀ ਸੀ ਉਹ ਸੈਕੂਲਰਿਜ਼ਮ ਚੋਂ ਮਿਲੀ ਕਿ ਧਰਮ ਚੋਂ ਮਿਲੀ ਸੀ ਜੇ ਇੱਕ ਸੰਤ ਜਰਨੈਲ ਸਿੰਘ ਭਿੰਡਰਾਲੇ ਏਡੀ ਵੱਡੀ ਸਰਕਾਰ ਦੇ ਨਾਲ ਮੱਥਾ ਲਾ ਕੇ ਫਿਰ 10 ਸਾਲ ਦੀ ਉਤੋਂ ਬਾਅਦ ਲਹਿਰ ਹੈ ਸਾਡੀ ਮੂਵਮੈਂਟ ਹੈ ਉਹ ਉਹ ਉਹਨੂੰ ਪੈਦਾ ਕਰ ਸਕਦੇ ਆ ਤੇ ਫਿਰ ਜੇ ਅਸੀਂ ਸਾਰੇ ਉਹਨਾਂ ਦੇ ਨਾਲ ਚੱਲੀਏ ਤੇ ਕੁਝ ਨਹੀਂ ਹੋ ਸਕਦਾ ਪਰ ਪ੍ਰੋਬਲਮ ਕੀ ਆ ਵੀ ਅਸੀਂ ਪੜ੍ਹ ਲਿਖ ਜਾਤਾ ਗਿਆ ਤੇ ਸੈਕੂਲਰਿਜ਼ਮ ਨੇ ਸਾਡਾ ਜਿਹੜਾ ਨਾ ਉਹ ਅਸਲ 'ਚ ਬੇੜਾਗਰ ਕਰ ਦਿੱਤਾ ਹੈ ਹੁਣ ਜੇ ਕੋਈ ਲੋਕ ਇਹਨਾਂ ਨੂੰ ਜੇ ਅਸੀਂ ਇਹਨਾਂ ਨੂੰ ਇਹ ਕਹੀਏ ਇਹ ਕਹਿੰਦੇ ਤੁਸੀਂ ਬਾਹਰ ਬੈਠਿਆਂ ਨਕੇ ਲੋਕਾਂ ਦੇ ਪੁੱਤ ਮਰਵਾ ਲੈਣੇ ਬਾਹਰ ਜਿਹੜੇ ਬੰਦੇ ਕੈਨੇਡਾ ਅਮਰੀਕਾ ਗਏ ਆ ਉਹ ਜਿਹੜੇ ਬੰਦੇ ਬਾਹਰ ਬੈਠੇ ਕੋਈ ਉਦਾਂ ਵੀ ਬੋਲਦੇ ਵੀ ਹਾਂ ਬਾਹਰ ਬੈਠੇ ਇਦਾਂ ਨਾ ਕਰੋ ਉਦਾਂ ਨ ਬਾਹਰ ਬੈਠਿਆ ਲੋਕ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਹੋਣ ਤੁਹਾਨੂੰ ਚੰਦਾ ਭੇਜਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਾਹਰ ਬੈਠਿਆ ਲੋਕ ਖਾਲਸਾ ਹੈਡ ਨੂੰ ਪੈਸੇ ਦੇਣ ਤੇ ਖਾਲਸਾ ਹੈਡ ਤੁਹਾਡੀ ਸੇਵਾ ਕਰੇ ਤੁਹਾਨੂੰ ਉੱਥੇ ਕੋਈ ਪ੍ਰੋਬਲਮ ਨਹੀਂ ਬਾਹਰ ਬੈਠਿਆ ਲੋਕ ਤੁਹਾਡੀ ਤੁਹਾਡੀ ਮਤਲਬ ਡੋਨੇਸ਼ਨ ਦੇਣਾ ਤੁਹਾਨੂੰ ਉਸ ਗੱਲ ਤੋਂ ਕੋਈ ਪ੍ਰੋਬਲਮ ਨਹੀਂ ਬਾਹਰ ਬੈਠਿਆ ਲੋਕ ਹਰ ਚੀਜ਼ ਇਨਵੋਲਡ ਹੋਣ ਤੁਹਾਨੂੰ ਕੋ ਪ੍ਰੋਬਲਮ ਨਹੀਂ ਜਿੱਦਣ ਬਾਹਰ ਬੈਠੇ ਲੋਕ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਆਜ਼ਾਦ ਹੋਣਾ ਚਾਹੀਦਾ ਉਧਰ ਤੁਹਾਨੂੰ ਲੱਗਦਾ ਵੀ ਸਾਡੇ ਪੁੱਤ ਨੂੰ ਬਣਾ ਦੇ ਮੈਂ ਤੁਸੀਂ ਕਿਹੜੀ ਆਪਣੀ ਸਿਚੁਏਸ਼ਨ ਅਸੀਂ ਕਿਹੜੀ ਬਣਾ ਲਈਏ ਅਸੀਂ ਭੀਖ ਭਖਾਰੀ ਬਣ ਗਏ ਆ ਵੀ ਸਾਨੂੰ ਕੋ ਭੀਖ ਜ਼ਰੂਰ ਦੇਈ ਜਾਵੇ ਪਰ ਸਾਨੂੰ ਇਹ ਨਾ ਕਹਵੇ ਵੀ ਆਪਣੇ ਹਾਲਾਤ ਸੁਧਾਰੋ ਤੁਸੀਂ ਸਾਨੂੰ ਇਹ ਮਤਲਬ ਇੱਥੋਂ ਤੱਕ ਸਾਡੇ ਜਿਹੜੇ ਕੀ ਨਾ ਲਿੱਦਾ ਸਾਡੀ ਮਾਨਸਿਕਤਾ ਗਿਰ ਚੁੱਕੀ ਆ ਵੀ ਅਸੀਂ ਚਾਹੁੰਦੇ ਆ ਵੀ ਐਨ ਆਰ ਆਈ ਜਿਹੜੇ ਆ ਬਾਹਰ ਬੰਦੇ ਬੈਠੇ ਆ ਜੀ ਉਹ ਸਾਨੂੰ ਸਾਰਾ ਕੁਝ ਦੇਈ ਜਾਣ ਪਰ ਸਾਨੂੰ ਕਿਤੇ ਇਹ ਨਾ ਕ ਪੇ ਉਹਨੂੰ ਨਹੀਂ ਉਸ ਵੇਲੇ ਮਿਹਣਾ ਦੇ ਦੇਣੇ ਤੁਸੀਂ ਆਪ ਬਣ ਕੇ ਕਰ ਲਓ ਜੀ ਜੇ ਕੋ ਬੰਦਾ ਬਾਹਰ ਬੈਠਾ ਪੰਜਾਬ ਦੀ ਲਈ ਫਿਕਰ ਮੰਦਿਆ ਨਾ ਤੇ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਮਤਲਬ ਬੰਦਾ ਪੁੱਤ ਮਰਵਾਉਣਾ ਚਾਹੁੰਦਾ ਇੱਥੇ ਜਿੱਥੇ ਬਾਹਰ ਕੈਨੇਡਾ ਅਮਰੀਕਾ ਬੰਦੇ ਬੈਠੇ ਆ ਉਹਨਾਂ ਕੋਲ ਬਹੁਤ ਰਜੇਵੇਂ ਆਪਣੀ ਜ਼ਿੰਦਗੀ ਦੇ ਰਜੇਵੇਂ ਜੋ ਟਾਈਮ ਕੱਢ ਕੇ ਫਿਰ ਵੀ ਇਹਨਾਂ ਮਸਲੇ ਤੇ ਧਿਆਨ ਦਿੰਦੇ ਆ ਤੇ ਇਹ ਇਸ ਕਰਕੇ ਦਿੰਦੇ ਆ ਵੀ ਫਿਕਰਮੰਦ ਆਓ ਪਰ ਸਾਡੇ ਗਾੜੀਆਂ ਜਿਹੜੇ ਹੁੰਦੇ ਆ ਵੀ ਬਾਹਰ ਬੈਠਿਓ ਪੁੱਤ ਨਮਰਾ ਦਿਓ ਵੇਖਿਓ ਜੀ ਆਹ ਨਾ ਕਰ ਦਿਓ ਇਹ ਇਹਨਾਂ ਨੂੰ ਇਹ ਕਹਿੰਦੇ ਅੱਗੇ بڑا ਨੁਕਸਾਨ ਹੋਇਆ ਜੀ ਸਾਡਾ ਨੁਕਸਾਨ ਦੀ ਗੱਲ ਪਤਾ ਕਿੱਥੋਂ ਤੱਕ ਕਰਦੇ ਆ ਨੁਕਸਾਨ ਦੀ ਗੱਲ ਇਹ ਉਦੋਂ ਤੱਕ ਕਰਦੇ ਆ ਜਦੋਂ ਨੌਜਵਾਨ ਸਾਡੇ ਗੋਲੀ ਨਾ ਮਰੇ 84 ਤੋਂ ਲੈ ਕੇ 99 ਤੱਕ ਸਾਡੇ ਨੌਜਵਾਨ ਮਰੇ ਐਸਟੀਮੇਟਡ ਗਿਣਤੀ ਜਿਹੜੀ ਆ ਲਾਉਂਦੇ ਆ ਵੀ 2 ਤੋਂ 2.5 ਲੱਖ ਨੌਜਵਾਨ ਸਾਡਾ ਝੂਠੇ ਮੁਕਾਬਲੇਾਂ ਚ ਪੁਲਿਸ ਨੇ ਮਾਰ ਦਿੱਤਾ ਬਹੁਤ ਵੱਡਾ ਨੁਕਸਾਨ ਹੈ ਫਿਰ 2000 ਸਾਲ ਤੋਂ ਲੈ ਕੇ 2020 ਤੱਕ ਘੱਟੋ ਘੱਟ 6-7 ਲੱਖ ਮੁੰਡੇ ਨਸ਼ੇ ਨਾਲ ਮਰ ਗਏ ਚਿੱਟੇ ਨਾਲ ਮਰ ਗਿਆ ਜਾਂ ਸਮੈਗ ਨਾਲ ਮਰ ਗਿਆ ਸ਼ਰਾਬ ਨਾਲ ਮਰ ਗਿਆ ਤੁਹਾਨੂੰ ਉਹ ਨੁਕਸਾਨ ਨਹੀਂ ਦਿਖਦਾ ਇਹੋ ਹੀ ਮਾਨਸਿਕਤਾ ਸਾਡੀ ਜਿਹੜੀ ਪ੍ਰੋਬਲਮ ਬਣ ਗਈ ਹੈ 200 ਬੰਦਾ ਮੋਰਚੇ 'ਚ ਮਾਰਿਆ ਜਾਵੇ ਬੈਠਾ ਬਿਠਾਇਆ ਹੂੰ ਥੰਡ ਨਾਲ ਕੋਈ ਆਤਮ ਹੱਤਿਆ ਕਰ ਲੇ ਤੇ ਸਾਨੂੰ ਲੱਗਦਾ ਵੀ ਉਹ ਕੋਈ ਗੱਲ ਨਹੀਂ ਵੀ ਉਹ 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 ਚੱਲਦਾ ਤੇ ਜੇ ਕੋਈ ਬੰਦਾ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਵੇ ਤੇ ਸਾਨੂੰ ਲੱਗਦਾ ਵੀ ਇਹ ਇਹ ਬਈ ਇਹ ਤੇ ਵਾਇਲੈਂਸ ਹੋ ਗਈ ਹੈ ਵਾਇਲੈਂਸ ਕੱਲੀ ਗੋਲੀ ਗਾਲੀ ਦੀ ਵਾਇਲੈਂਸ ਨਹੀਂ ਹੁੰਦੀ ਜੇ ਕੋਈ ਬੰਦਾ ਤੁਹਾਡੇ ਮੋਰਚੇ 'ਚ ਬੈਠਾ ਆਤਮ ਹੱਤਿਆ ਕਰ ਰਿਹਾ ਨਾ ਉਹ ਵੀ ਵਾਇਲੈਂਸ ਹੈ ਤੇ ਉਸ ਵਾਇਲੈਂਸ ਤੇ ਤੁਸੀਂ ਜ਼ਿੰਮੇਵਾਰ ਹੋ ਕਿਸੇ ਨੂੰ ਮਾਰ ਦੇਣਾ ਜਾਂ ਆਪਣੀ ਜਾਨ ਲੈ ਲੈਣਾ ਦੋਵੇਂ ਵਾਇਲੈਂਸ ਦੇ ਰੂਪ ਨੇ ਕੋਈ ਵੀ ਬੰਦਾ ਇਹਨਾਂ ਚੀਜ਼ਾਂ ਤੇ ਜਦੋਂ ਲਿਮਿਟ ਕਿਸੇ ਦੀ ਕਰਾਸ ਹੋ ਜਾਂਦੀ ਹੈ ਮੈਂਟਲ ਉਹਦੀ ਜਿਹੜੀ ਐਬਿਲਿਟੀ ਹੈ ਉਹ ਤੋਂ ਲੰਘ ਜਾਂਦਾ ਕੰਮ ਫੇਰ ਹੀ ਬੰਦਾ ਇਸ ਰਾਹ ਤੇ ਤੁਰਦਾ ਹੈ ਨਾ ਕੋ ਜਾਂ ਕਿਸੇ ਨੂੰ ਮਾਰਨ ਤੁਰਦਾ ਜਾਂ ਆਪ ਮਾਰਨ ਤੁਰ ਪੈਂਦਾ ਤੇ ਤੁਸੀਂ ਆਪ ਮਰ ਜਾਵੇ ਕੌਮ ਸਾਰੀ ਤੁਹਾਨੂੰ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਪੈਸੇ ਲੈ ਕੇ ਤੇ ਆਪਣਾ ਕੰਮ ਚਲਾਉਣ ਨੂੰ ਤਿਆਰ ਜੋ ਜਿਹੜਾ ਉਸੇ ਤੁਹਾਨੂੰ ਕੋੜਾ ਰੁਪਿਆ ਦਿਹਾੜੀ ਦਾਰਿਆ ਜੇ ਜੇ ਕੋਈ ਬੰਦਾ ਹੁਣ ਪਤਾ ਪ੍ਰੋਬਲਮ ਪਤਾ ਕੀ ਆ ਕਿਸਾਨ ਯੂਨੀਅਨਾਂ ਨੂੰ ਜਥੇਬੰਦੀਆਂ ਨੂੰ ਇਹਨਾਂ ਨੂੰ ਇਹ ਵੀ ਜੇ ਵਾਇਲੈਂਸ ਸ਼ੁਰੂ ਹੋਈ ਨਾ ਮਾੜੀ ਮੋਟੀ ਤੇ ਇਹ ਮੋਰਚਾ ਕਿਸੇ ਪਾਸੇ ਲੱਗ ਜਾਣਾ ਜਾਗੇ ਭਾਵੇਂ ਇਹ ਮੋਰਚਾ ਸਫਲ ਹੋ ਜੇ ਭਾਵੇਂ ਇਹ ਸਫਲ ਹੋ ਜੇ ਕਿਉਂਕਿ ਅਲਟੀਮੇਟਲੀ ਤੁਸੀਂ ਕਿੰਨਾ ਚਿਰ ਉੱਥੇ ਬਹਿ ਸਕਦੇ ਹੋ ਸਰਕਾਰ ਤੁਹਾਡਾ ਪ੍ਰੈਸ਼ਰ ਨਹੀਂ ਮੰਨ ਰਹੀ ਜੇ ਤੇ ਹੋਵੇ ਨਾ ਪਹਿਲੀ ਮੀਟਿੰਗ ਸਰਕਾਰ ਨੇ ਤੁਹਾਨੂੰ ਕੁਝ ਗਿਆ ਜਦੋਂ ਤੁਹਾਡਾ ਇੰਨਾ ਲੱਖਾਂ ਟਰੈਕਟਰ ਸੱਜ ਗਏ ਤੁਸੀਂ ਸਰਕਾਰ ਤੇ ਦਬਾਅ ਬਣਾਉਣ ਚ ਅਸਫਲ ਰਹੇ ਜੋ ਤੁਸੀਂ ਸਰਕਾਰ ਤੇ ਦਬਾਅ ਨਹੀਂ ਬਣਾ ਸਕੇ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਇੱਥੇ ਹੋਰ 6 ਮਹੀਨੇ ਬੈਠ ਕੇ ਸਰਕਾਰ ਦਬਾਅ ਜਾ ਜੂਗੀ ਤੁਹਾਡੇ 'ਚ ਇਹ ਬੇਵਕੂਫੀਆਂ ਜਿਹੜੀਆਂ ਇਹ ਤੁਸੀਂ ਕਮ ਸਿਕੋਂ ਆਪਣੇ ਦਿਮਾਗ ਨੂੰ ਸੋਚੋ ਕਿ ਅਸੀਂ ਇੱਥੇ ਸਿਚੁਏਸ਼ਨ ਕੀ ਕ੍ਰੀਏਟ ਕਰ ਰਹੇ ਆ ਫਿਰ ਤੁਹਾਡੀ ਸਟੇਜ ਤੇ ਕਬਜ਼ੇ ਹੁੰਦੇ ਆ ਕਿਉਂ ਹੁੰਦੇ ਕਬਜ਼ੇ ਸਟੇਜ ਦੇ ਉੱਤੇ ਦੀਪ ਸੇਦੂ ਇਕੱਲਾ ਆਣ ਕੇ ਕਬਜ਼ਾ ਕਰ ਗਿਆ ਜਿਸ ਦਿਨ ਸਟੇਜ ਤੇ ਕਬਜ਼ਾ ਹੋਇਆ ਜੀ ਤੁਹਾਡਾ ਅਗੂ ਉੱਥੇ ਕੋ ਆਇਆ ਤੁਹਾਨੂੰ ਛੇਤਰ ਪਾਜਣੇ ਉਹਦਾ ਕਾਰਨ ਇਹ ਆ ਵੀ ਤੁਸੀਂ ਲੋਕਾਂ ਨੂੰ ਉਸ ਹੱਦ ਤੱਕ ਫਰਸਟ੍ਰੇਟ ਕਰਤਾ ਜੋ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਦੀ ਤੁਸੀਂ ਮੁਖਾਲਫਤ ਕੀਤੀ ਹੈ ਉਹ ਤੋਂ ਬਾਅਦ ਤੁਸੀਂ ਮੁਕਰੇ ਤੇ ਲੋਕ ਫਿਰ ਆਪ ਮਾਰੇ ਹੋਗੇ ਹੁਣ ਰੌਲਾ ਇਹ ਆ ਜੇ ਅੱਜ ਤੁਹਾਨੂੰ ਇਹਨਾਂ ਨੂੰ ਇਹ ਲੱਗਦਾ ਵੀ ਜੇ ਕੁਝ ਹੋਇਆ ਤੇ ਇਹ ਇਹਨਾਂ ਦਾ ਕੀ ਚੱਕਰ ਹੈ ਵੀ ਇਹ ਜਿਹੜਾ ਮੋਰਚਾ ਕਿਸੇ ਪਾਸੇ ਨੂੰ ਨਿਬੜ ਜੂ ਜਾਂਦੇ ਬਿੱਲ ਵਾਪਸ ਹੋਣਗੇ ਜਾਂ ਨਹੀਂ ਹੋਣਗੇ ਹਨਾ ਤੇ ਜੇ ਨਹੀਂ ਹੋਣਗੇ ਤਾਂ ਬਾਇਲੈਂਸ ਹੋਏਗੀ ਲਾਜ਼ਮੀ ਜੀ ਗੱਲ ਹੈ ਹੁਣ ਇਹ ਬੰਦੇ ਕਹਿੰਦੇ ਆ ਵੀ ਜਿਹੜਾ ਇੱਥੇ ਬੈਠਿਆਂ ਦਾ ਮੇਲਾ ਸਾਡਾ ਲੱਗਾ ਇਹ ਮੁੱਕ ਜਾਣਾ ਆ ਪਿੱਛੇ ਦੇ ਕੱਲ ਪਰਸੋਂ ਇਹ ਰਜਿੰਦਰ ਕਾਮਰੇਡ ਹੈ ਇਹ ਕਹਿੰਦਾ ਸਾਡਾ ਕੋਲਜ ਲੰਮਾ ਚੱਲਣਾ ਹੈ ਕਿਉਂ ਲੰਮਾ ਚੱਲਣਾ ਹੈ ਕੋਲ ਭਲਾ ਬੰਦ ਪਚ ਤੁਸੀਂ ਦੱਸੋ ਤਾਂ ਸਹੀ ਤੁਹਾਡੀ ਪ੍ਰਾਪਤੀ ਕੀ ਹੈ ਇਹਨਾਂ ਨੇ ਉਹ ਜਿਹੜਾ ਸਰਕਾਰ ਨੇ ਰੂਟ ਦਿੱਤਾ ਹਰਿਆਣੀਆਂ ਨੂੰ ਜਾਣਦਾ ਇਹਨਾਂ ਨੇ ਪਹਿਲਾਂ ਕਿਹਾ ਵੀ ਅਸੀਂ ਦਿੱਲੀ ਵੰਡਣਾ ਮੰਨਦਾ ਬਾਅਦ ਚ ਕਹਿੰਦੇ ਵੀ ਉਹ ਰੂਟ ਦੇ ਉੱਤੇ ਲੋਕ ਸਾਡੇ ਸਵਾਗਤ ਨੂੰ ਖੜੇ ਨੇ ਤੁਸੀਂ ਲੋਕਾਂ ਕੋਲੋਂ ਸਵਾਗਤ ਕਰਾਉਣ ਗਏ ਜੋ ਆਪਣਾ ਉੱਤੇ ਕਿ ਬਿੱਲ ਵਾਪਸ ਕਰਾਉਣ ਗਏ ਜੋ ਸਵਾਗਤ ਤੁਹਾਡਾ ਪੰਜਾਬ 'ਚ ਕਰ ਦਿੰਨੇ ਆ ਮਤਲਬ ਜੇ ਤੁਹਾਨੂੰ ਸਵਾਗਤ ਗੇਟਾ ਗੂਟ ਲਾਉਣ ਦਾ ਚਾਹਵਾ ਫੁੱਲਾਂ ਦੀ ਵਰਖਾ ਕਰਾਉਣ ਦਾ ਚਾਹਵਾ ਹੈ ਤੇ ਤੁਹਾਡਾ ਪੰਜਾਬ ਦੇ ਵਿੱਚ ਸਵਾਗਤ ਕਰ ਦਿੰਨੇ ਆਪਾਂ ਹੁਣ ਮਸਲਾ ਕੀ ਹੈ ਵੀ ਇਹ ਸੰਘਰਸ਼ ਨੂੰ ਲੰਮਾ ਬਣਾਉਣਾ ਚਾਹੁੰਦੇ ਆ ਮੁੱਕਣ ਨਹੀਂ ਦੇਣਾ ਚਾਹੁੰਦੇ ਠੀਕ ਹੈ ਤੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਬਹੁਤ ਵੱਡੀ ਵਾਇਲੈਂਸ ਹੋਵੇ ਤੇ ਇਹ ਜਿਹੜਾ ਟਕਰਾਅ ਬਹੁਤ ਜ਼ਿਆਦਾ ਕੋਈ ਪੈਦਾ ਹੋ ਜਾਏ ਤੇ ਬਹੁਤ ਲੋਕ ਮਰ ਜਾਣ ਹਨਾ ਇਹ 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 ਵੀ ਕੋਈ ਸੋਲੂਸ਼ਨ ਨਹੀਂ ਹੈਗਾ ਪਰ ਜਿਹੜੀ ਹਕੂਮਤ ਆ ਉਹ ਇਸ ਸਮੇਂ ਜੇ ਕਲੈਸ਼ ਨਹੀਂ ਹੋਣਾ ਚਾਹੁੰਦੀ ਤੇ ਉਹ ਇਸ ਕਰਕੇ ਨਹੀਂ ਹੋਣਾ ਚਾਹੁੰਦੀ ਵੀ ਉਹ ਸਿੱਖ ਸਿੱਖ ਵਰਸਸ ਸਟੇਟ ਇਹ ਮਸਲਾ ਨਹੀਂ ਬਣਾਉਣਾ ਚਾਹੁੰਦੀ ਜਿਹੜਾ ਮਸਲਾ ਕੱਲ ਇਹਨਾਂ ਨੇ ਬਣਾ ਦਿੱਤਾ ਹੈ ਹਕੂਮਤ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਜਿਹੜਾ ਨਿਸ਼ਾਨ ਸਾਹਿਬ ਲੱਗਾ ਵਾ ਉਹਨਾਂ ਸਾਡੇ ਤਿਰੰਗੇ ਦੀ ਬੇਅਦਬੀ ਹੋ ਗਈ ਹੈ ਜਾਂ ਕੁਛ ਆ ਇਹਨਾਂ ਬੰਦਿਆਂ ਨੇ ਇਹ ਮਸਲੇ ਨੂੰ ਸਿੱਖ ਵਰਸਸ ਸਟੇਟ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹਕੂਮਤ ਨੂੰ ਇਹ ਗੱਲ ਦਾ ਪਤਾ ਹੈ ਕਿ ਅੱਜ ਅਸੀਂ ਸਿੱਖਾਂ ਦੇ ਨਾਲ ਇਸ ਚੀਜ਼ 'ਚ ਉਲਝਣ 'ਚ ਨਹੀਂ ਪੈ ਸਕਦੇ ਕਿਉਂਕਿ ਮੋਦੀ ਦੇਖੋ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ ਮੋਦੀ ਗੁਰਦਰਾ ਸਾਹਿਬ ਜਾਂਦਾ ਹੈ ਰਾਜਨਾਥ ਸਿੰਘ ਬਿਆਨ ਦਿੰਦਾ ਹੈ ਕਿ ਸਿੱਖ ਮੇਰੇ ਭਰਾ ਨੇ ਇਹਨਾਂ ਨੂੰ ਕੋਈ ਇਦਾਂ ਨਾ ਕਵੇ ਚਲੋ ਮੀਡੀਆ ਤੇ ਆਪਣੀ ਇੱਕ ਉਹਨਾਂ ਦੀ ਤਾਂ ਲਗਾਮ ਲੱਤ ਗਈਆਂ ਨਾ ਉਹਨਾਂ ਦਾ ਭੌਂਕਰ ਦਾ ਕੰਮ ਹੈ ਉਹ ਜਿਹਨੂੰ ਮਰਜ਼ੀ ਫੜ ਕੇ ਬੈਜਦੇ ਉਹਨਾਂ ਦੀ ਛ ਤੇ ਇਹ ਬੰਦੇ ਬਸ਼ਰਤੇ ਇਸ ਗੱਲ ਦੇ ਇਹਨਾਂ ਨੇ ਇਹ ਮਸਲਾ ਚੱਕ ਕੇ ਸਿੱਖ ਵਰਸਸ ਸਟੇਟ ਬਣਾਇਆ ਨਿਸ਼ਾਨ ਸਾਹਿਬ ਤੇ ਉਥੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲੱਗਣ ਦਾ ਕੋਈ ਮਸਲਾ ਨਹੀਂ ਸੀ ਹੈਗਾ ਜੇ ਜਥੇਬੰਦੀਆਂ ਇਹ ਕਹਿ ਦਿੰਦੀਆਂ ਵੀ ਹਾਂ ਭਈ ਇਹ ਤੇ ਹਜੇ ਤੁਸੀਂ ਨਿਸ਼ਾਨ ਸਾਹਿਬ ਇੱਥੇ ਲੱਗਾ ਵਾ ਇਹ ਜੇ ਸਾਡੇ ਲੋਕ ਹੁਣ ਬਕਾਬੂ ਹੋ ਗਏ ਬਸ 17 ਤਰ੍ਹਾਂ ਦੇ ਲੋਕ ਤਰੇ ਫਿਰਦੇ ਆ ਵੱਖ-ਵੱਖ ਧਰਮਾਂ ਦੇ ਲੋਕ ਆ Hindu ਆ Musalman ਆ ਤੇ ਇਹ ਇਹ ਤੇ ਫਿਰ ਇਦਾਂ ਹੀ ਕਰਨਗੇ ਹੈ ਇਹ ਤੁਸੀਂ ਵਾਇਲੈਂਸ ਅਸਲ ਦੇ ਵਿੱਚ ਤੁਸੀਂ ਜਿਹੜੇ 6 ਮਹੀਨੇ ਤੋਂ ਗੀਤ गा ਰਹੇ ਸੀ ਭਗਤ ਸਿੰਘ ਦੀਆਂ ਕਰਤਾਵਾਂ ਬੜ ਰਹੇ ਸੀ ਤੁਸੀਂ ਮਤਲਬ ਉਹ ਕਿ ਉਹ ਕਾਦੇ ਵਾਸਤੇ ਵੀ ਤੁਸੀਂ ਲੋਕਾਂ ਨੂੰ ਜੰਗ ਵਾਸਤੇ ਤਿਆਰ ਕੀਤਾ ਤੇ ਮਗਰੋਂ ਤੁਸੀਂ ਲੋਕਾਂ ਨੂੰ ਕੈਨੇਡਾ ਪੇ ਤੁਸੀਂ ਜਿਹੜੇ ਜੰਗ ਲੜਦੇ ਤੁਸੀਂ ਗਦਾਰ ਜੋ ਵੀ ਘਾਟੋ-ਘਾਟ ਇੰਨੀ ਸ਼ਰਮ ਕਰੋ ਹੁਣ ਨੌਜਵਾਨਾਂ ਨੂੰ ਜ਼ਰੂਰ ਹੈ ਚਾਹੀਦਾ ਵੀ ਜੇ ਇਹ ਚਾਹੁੰਦੇ ਆ ਵੀ ਨੌਜਵਾਨ ਨਾਲ ਲਾਉਣ ਤੇ ਜਥੇਬੰਦੀਆਂ ਜਿਨ੍ਹਾਂ ਅੱਜ ਰਾਜੀਵਾਲ ਨੇ ਬਿਆਨ ਦਿੱਤਾ ਹੈ ਰਾਜੀਵਾਲ ਨੇ ਬਿਆਨ ਦਿੱਤਾ ਵੀ ਹਰਿਆਣੇ ਦੇ ਨੌਜਵਾਨਾਂ ਨੇ ਸਾਰਾ ਕੰਮ ਖਰਾਬ ਕੀਤਾ ਹਰਿਆਣੇ ਦੇ ਲੋਕਾਂ ਨੂੰ ਮਗਲ ਨਹੀਂ ਆਗੀ ਹੁਣ ਤੁਸੀਂ ਦੱਸੋ ਵੀ ਜਿੱਦਣ ਰੋਕਾ ਤੋੜਨੀਆ ਸੀ ਉਹਦੋਂ ਦੇ ਹਰਿਆਣੇ ਦੇ ਲੋਕ ਚੰਗੇ ਸੀ ਜਿਨ੍ਹਾਂ ਦੀਆਂ ਤੋੜੀਆਂ ਰੋਕਾਂ ਦੇ ਤੁਸੀਂ ਉੱਥੇ ਦਿੱਲੀ ਜਾ ਕੇ ਬੈਠੇ ਉਹ ਮੁੰਡੇ ਚੰਗੇ ਸੀ ਹਨਾ ਅੱਜ ਉਹ ਮੁੰਡੇ ਹਰਿਆਣੇ ਦੇ ਜਿਹੜੇ ਸੀ ਉਹ ਬਿਕਾਬੂ ਹੋ ਗਏ ਤੇ ਉਹ ਉਹ ਮਾੜੇ ਹੋ ਗਏ ਹਨਾ ਹੁਣ ਹਰਿਆਣੇ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ ਇੱਕ ਜਿਹੜੇ ਰਾਜੀਵਾਲ ਆ ਜਿਹਦੇ ਮਗਰ 30 ਬੰਦੇ ਨਹੀਂ ਆਪਣੇ ਉਹ ਬੰਦਾ ਇਹੋ ਜਿਹਾ ਬਿਆਨ ਕਿਉਂ ਦੇ ਰਿਹਾ ਕੀ ਇਹ ਇਹਦਾ ਮਕਸਦ ਮੋਰਚੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ ਮਤਲਬ ਇਹ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਆ ਜੇ ਇਹ ਨੌਜਵਾਨਾਂ ਦਾ ਸਾਥ ਅੱਜ ਵੀ ਚਾਉਂਦੇ ਆ ਤੇ ਨੌਜਵਾਨ ਆਪਣੀ ਜ਼ਿੰਮੇਵਾਰੀ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ ਨੌਜਵਾਨਾਂ ਨੂੰ ਠੀਕ ਹੈ ਇਹ ਕਹਿਣ ਵੀ ਹਾਂਜੀ ਆਓ ਜੇ ਕੱਲ ਨੂੰ ਤੁਹਾਡੇ ਤੇ ਕੋਈ ਤਸ਼ੱਦਦ ਹੁੰਦਾ ਸੀ ਜਿਵੇਂ ਮਾਰੇ ਤਸ਼ੱਦਦ ਤੋਂ ਕੋਈ ਨਹੀਂ ਡਰਦਾ ਮਰਨ ਤੋਂ ਨਹੀਂ ਡਰਦਾ ਕੋਈ ਵੀ ਉੱਥੇ ਜਿਹੜੇ ਗਏ ਆ ਉੱਥੇ ਜਿਹੜੇ ਗਏ ਉਹ ਉਹਨਾਂ ਨੂੰ ਪਤਾ ਵੀ ਇੱਥੇ ਆ ਕੁਝ ਹੋ ਸਕਦਾ ਉਹ ਫੇਰ ਹੀ ਗਏ ਉੱਥੇ ਡਰਦੇ ਲੋਕ ਇਸ ਗੱਲ ਤੋਂ ਆ ਵੀ ਮਰ ਜਾਈਏ ਤੇ ਮਿਲੇ ਵੀ ਕੁਛ ਨਾ ਸਾਨੂੰ ਜਿਵੇਂ ਤੁਸੀਂ ਕੀਤਾ ਕਿ ਨੌਜਵਾਨ ਦੀ ਕੱਲ ਜਿਹੜੀ ਲਾਸ਼ ਸੀ ਉਹ 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 ਜਿਹੜਾ ਮੁੰਡਾ ਕੱਲ ਸ਼ਹੀਦ ਹੋਇਆ ਉਹਨੂੰ ਕਿਸੇ ਵੀ ਇਹਨਾਂ ਨੇ ਸ਼ਰਧਾਂਜਲੀ ਤੱਕ ਦੇਣੀ ਜ਼ਰੂਰੀ ਨਹੀਂ ਸਮਝੀ ਹਾਲਾਂਕਿ ਪਹਿਲਾ ਉਹ ਬੰਦਾ ਸੀ ਜਿਹੜਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਤੇ ਇਸ ਕਰਕੇ ਇਸ ਕਰਕੇ ਜਿਹੜਾ ਨਾ ਇਹ ਇਹ ਸਿਸਟਮ ਇੱਥੇ ਜਿਹੜਾ ਹੁਣ ਸਿਚੁਏਸ਼ਨ ਕ੍ਰੀਏਟ ਹੋ ਗਈ ਆ ਕਿ ਜਿਹੜੇ ਮੋਰਚੇ ਦੇ ਉੱਤੋਂ ਸਰਕਾਰ ਲਾਗੇ ਨਹੀਂ ਸੀ ਆਉਂਦੀ ਜਿਹੜੇ ਮੋਰਚੇ ਤੇ ਉਸ ਮੋਰਚੇ ਦੇ 30-30 ਬੰਦੇ ਆਣ ਕਿਤੇ ਧਰਨੇ ਚ ਕਰ ਰਹੇ ਹੁਣ ਮਸਲਾ ਇਹ ਹੈ ਵੀ ਨੌਜਵਾਨਾਂ ਨੂੰ ਘੱਟੋ ਘੱਟ ਜਥੇਬੰਦੀਆਂ ਬਿਆਨ ਦੇਣ ਪਹਿਲੇ ਤੇ ਆਪਣੀ ਗਲਤੀ ਕਬੂਲਣ ਇਹ ਮਸਲਾ ਦੀਪ ਸਿੱਧੂ ਤੇ ਸੁਟਿਆ ਇਹ ਮਸਲਾ ਲਖੇ ਸਿਧਾਣੇ ਤੇ ਸੁਟਿਆ ਕੋਈ ਇਹਦੇ ਚੋਂ ਹੱਲ ਨਹੀਂ ਨਿਕਲਣਾ ਇਹ ਤੁਹਾਡਾ ਫੇਲਿਅਰ ਹੈ ਕਿਉਂਕਿ ਜਦੋਂ ਤੁਸੀਂ ਬਾਰ-ਬਾਰ ਆਪਣੇ ਬਿਆਨ ਬਦਲੋਗੇ ਨਾ ਤੇ ਤੁਹਾਡੀ ਜਿਹੜੀ ਆ ਉਹਦੀ ਬਿਆਨਾਂ ਦੀ ਕੋ ਕਦਰ ਨਹੀਂ ਰਹਿੰਦੀ ਫਿਰ ਲੋਕ ਤੁਹਾਨੂੰ ਸੀਰੀਅਸ ਨਹੀਂ ਲੈਂਦੇ ਹੁਣ ਲੋਕ ਤੁਹਾਨੂੰ ਸੀਰੀਅਸ ਨਹੀਂ ਲੈਂਦੇ ਲੋਕ ਤੁਸੀਂ ਲੋਕਾਂ ਨੂੰ ਕਿਹਾ ਉਧਰ ਜਾਣਾ ਲੋਕ ਉਧਰ ਚੱਲ ਕੇ ਨਹੀਂ ਲੋਕਾਂ ਨੇ ਸੁਣੀ ਤੁਹਾਡੀ ਹੈ ਇੱਥੋਂ ਤੱਕ ਵੀ ਤੁਸੀਂ ਉਹਦੋਂ ਜਿਹੜੇ ਨੌਜਵਾਨ ਰਿੰਗ ਰੋਡ ਤੇ ਜਾਣਾ ਚਾਹੁੰਦੇ ਸੀ ਪੁਲਿਸ ਵਾਲਿਆਂ ਕੋਲੋਂ ਲਾਗੇ ਖਲਾ ਕੇ ਉਹਨਾਂ ਨੂੰ ਤੁਸੀਂ ਐਡ ਮਤਲਬ ਕਟਵਾਇਆ ਇੱਕ ਮਿੰਟ ਮੈਂ ਅਬਗੇਲ ਸਿੰਘ ਨੂੰ ਨਾਲ ਲੈ ਲਵਾਂ ਮੜਾ ਜੀ ਬਗੇਲ ਸਿੰਘ ਪਤਾ ਨਹੀਂ ਕੀ ਚੱਕਰ ਹੈਡਿੰਗ ਹੈਡਿੰਗ ਆ ਜਾਂਦਾ ਹੁੰਦਾ ਨਹੀਂ ਹੈ ਫਿਰ ਮਸਲਾ ਕੀ ਹੈ ਵੀ ਹੁਣ ਜੇ ਜਥੇਬੰਦੀਆਂ ਅੱਜ ਇਹ ਕਹਿੰਦੀਆਂ ਵੀ ਅਸੀਂ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਤੇ ਫਿਰ ਲੋਕ ਕਿਉਂ ਤੁਹਾਡੀ ਤੇ ਭਰੋਸਾ ਕਰਕੇ ਤੇ ਫਿਰ ਨਾਲ ਤੁਹਾਡੇ ਤੁਰਨ ਹਨਾ ਜੇ ਤੁਸੀਂ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਚੱਕਣੀ ਤੇ ਜਿੱਦਣ ਤੁਸੀਂ ਇੱਥੋਂ ਸੰਘਰਸ਼ ਕਿਹਾ ਕਿ ਸ਼ੁਰੂ ਕੀਤਾ ਸੀ ਤੁਸੀਂ ਇਹ ਨਾਰੇ ਲਾਉਂਦੇ ਗਏ ਸੀ ਮਰਾਂਗੇ ਜਾਂ ਜਿੱਤਾਂਗੇ ਹੁਣ ਇਹਨਾਂ ਨੇ ਕੀ ਕਰਤੂਤ ਕੀਤੀ ਵੀ ਆ ਕੱਲ ਦੇ ਘਟਨਾ ਤੋਂ ਬਾਅਦ ਨਾ ਇੰਨੇ ਡਰ ਗਏ ਇੰਨੇ ਡਰ ਗਏ ਇਹਨਾਂ ਨੇ ਗਾਂਧੀ ਜਿੱਦਣ ਮਰਿਆ ਸੀ ਉਸ ਦਿਨ ਇਹ ਸੌਰੀ ਇਹ ਵਰਤ ਰੱਖ ਲਿਆ ਇੱਕ ਦਿਨ ਦਾ ਤੇ ਰੋਟੀ ਨਹੀਂ ਖਾਵਾਂਗੇ। ਤੇ ਐਦਾਂ ਕਰੋ ਵੀ ਉਹ ਹੀ ਕਰ ਲੋ ਬੱਕਰੀ ਇੱਕ ਬੰਨ ਲੋ ਨਾਲ ਚਲ ਕੇ ਲੈ ਆਓ ਉਥੇ ਸੂਤ ਕਤੀ ਜਾਓ। ਉਹਦਾਂ ساری ਉਮਰ ਕਾਮਰੇੜੋ ਤੁਸੀਂ ਕਹਿੰਦੇ ਰਹੋ ਵੀ ਭਗਤ ਸਿੰਘ ਬੰਦੂਕ ਦੀ ਨਲੀ ਚੋਂ ਇਨਕਲਾਬ ਨਿਕਲ ਗਿਆ ਹੈ। ਭਗਤ ਸਿੰਘ ਐਦਾਂ ਸੀ ਤੇ ਜਦੋਂ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸੁੱਟਿਆ ਤੇ ਗਾਂਧੀ ਬਿਆਨ ਦਿੰਦਾ ਹੈ ਵੀ ਇਹ ਗਰਮ ਖਿਆਲੀ ਆ। ਇਹ ਇਹਨਾਂ ਨੇ ਸਾਡਾ ਸ਼ਾਂਤਮਈ ਸੰਘਰਸ਼ ਖਰਾਬ ਕਰਤਾ ਫਿਰ ਤੇ ਉਹ ਵੀ ਸਹੀ ਸੀ। ਵੀ ਤੁਸੀਂ 도ਗਲੇ ਲੋਕ ਇੱਕ ਇੱਕ ਗੱਲ ਜਿਹੜਾ ਨਾ ਇੱਕ ਇੱਕ ਪਾਸੇ ਤੇ ਰਹੋ। ਹੁਣ ਨੌਜਵਾਨਾਂ ਨੂੰ ਇਹ ਚਾਹੀਦਾ ਵੀ ਭਾਈ ਅਸੀਂ ਤੁਹਾਡੇ ਨਾਲ ਇਸ ਕਰਕੇ ਚੱਲਾਂਗੇ ਬਰਾਬਰ ਦੀ ਧਿਰ ਬਣ ਕੇ ਚੱਲਣੇ ਚ ਫਾਇਦਾ ਹੈ ਨੌਜਵਾਨ ਆਪਣੇ ਆਗੂ ਚੜਨ ਇਹਨਾਂ ਦੇ ਨਾਲ ਚੱਲਣ ਤੇ ਜੇ ਇਹ ਸਹੀ ਤਰੀਕੇ ਨਾਲ ਚੱਲਦੇ ਆ ਇਹ ਆਪਣਾ ਏਜੰਡਾ ਪਿੱਛੇ ਰੱਖ ਕੇ ਤੁਰਨਾ ਚਾਹੁੰਦੇ ਆ ਤੇ ਠੀਕ ਆ ਜੇ ਨਹੀਂ ਤੁਰਨਾ ਚਾਹੁੰਦੇ ਤੇ ਨੌਜਵਾਨ ਆਪ ਫੈਸਲਾ ਕਰ ਲੈਣ ਕਿਉਂਕਿ ਇਹ ਬੰਦਿਆਂ ਨੇ ਦੱਸ ਦਿੱਤਾ ਵੀ ਸਾਡੇ ਭਾਈ ਸਾਡੇ ਲਤਾਂ ਨਹੀਂ ਬਾਹਰ ਚੱਲਦੀਆਂ ਕੱਲ ਨੂੰ ਫਿਰ ਕਿਉਂਕਿ ਹੁਣ ਕਿੰਨਾ ਚਿਰ ਤੁਸੀਂ ਫਿਰ ਇੱਥੇ ਬੈਠੇ ਰਹੋਗੇ ਫਿਰ ਕੱਲ ਨੂੰ ਕਿਤੇ ਨਾ ਕਿਤੇ ਤੁਰਨਾ ਪੈਣਾ ਨਾ ਅਕਸਰ ਫਿਰ ਤੁਹਾਨੂੰ ਜਿਆਜ ਫਰਜ਼ ਕਰੋ ਪੁਲਿਸਾਂ ਨਾਲ ਕਰਦੇ ਗਾਲਿਆਂ ਨੂੰ ਜਵਾਬ ਦੇਣਾ ਪੈਣਾ ਤੁਹਾਡੇ ਤੁਹਾਨੂੰ ਤੇ ਜੇ ਕੱਲ ਨੂੰ ਕਿੰਨਾ ਚਿਰ ਤੁਸੀਂ ਮਤਲਬ ਇੱਥੇ ਬੈਠੇ ਰਹੋਗੇ ਇਸ ਕਰਕੇ ਨੌਜਵਾਨੇ ਫੈਸਲਾ ਕਰਨ ਵੀ ਜੇ ਤੇ ਇਹ ਬੰਦੇ ਇਹਨਾਂ ਦੀ ਲੱਤਾਂ ਭਾਰ ਚੱਲਦੀਆਂ ਠੀਕ ਆ ਜੇ ਨਹੀਂ ਚੱਲਦੀਆਂ ਪਹਿਲੀ ਗੱਲ ਤੇ ਰਾਜੀਵਾਲ ਵਰਗੇ ਬੰਦੇ ਨੂੰ ਤਾਂ ਪਾਸੇ ਹੀ ਕਰੋ ਰਾਜੀਵਾਲ ਵਰਗੇ ਬੰਦੇ ਦਾ ਕੋਈ ਕੰਮ ਨਹੀਂ ਹੈਗਾ ਉੱਥੇ ਕਿਉਂਕਿ ਜਿਹੜਾ ਰਾਜੀਵਾਲ ਆ ਉਹ ਕਦੀ ਨਿਸ਼ਾਨ ਸਾਹਿਬ ਖਿਲਾਫ ਬੋਲਦਾ ਹੈ ਕਦੀ ਉਹ ਨੰਗਾ ਸਿੰਘਾਂ ਦੇ ਖਿਲਾਫ ਬੋਲਦਾ ਕਦੀ ਉਹ ਹਰਿਆਣੇ ਵਾਲੇ ਦੇ ਖਿਲਾਫ ਬੋਲਦਾ ਕਦੀ ਉਹ ਦੀਪ ਸੂਦ ਦੇ ਖਿਲਾਫ ਬੋਲਦਾ ਕਦੀ ਮਤਲਬ ਇਹ ਇਹ ਬੰਦਿਆਂ ਨੂੰ ਮਤਲਬ ਇਹਨੂੰ ਇਹ ਵੀ ਚੰਗਾ ਨਹੀਂ ਲੱਗਦਾ ਬੰਦਾ ਰਾਜੇਵਾਲ ਨੂੰ ਕੋਈ ਬੰਦਾ ਨਹੀਂ ਚੰਗਾ ਲੱਗਦਾ ਹੈ ਜਿਹੜੇ ਚੜੂਨੀ ਸਾਹਿਬ ਵਰਗੇ ਜਿਹੜੇ ਬੰਦੇ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਟਰੈਕਟਰ ਧੂਪ ਦੇਣ ਨੂੰ ਸੱਦੇ ਆ ਉਹ ਵੀ ਬੜੇ ਛੇਤੀ ਰਾਸ਼ਟਰੀਵਾਦੀ ਬਣ ਗਏ ਸੋ ਇਹ ਕਰਕੇ ਨੌਜਵਾਨ ਨੂੰ ਕਿਸੇ ਲੀਡਰ ਤੇ ਭਰੋਸਾ ਕਰਨ ਦੀ ਲੋੜ ਨਹੀਂ ਇਹ 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 ਬੰਦੇ ਭਰੋਸੇ ਦੇ ਲਾਇਕ ਨਹੀਂ ਹੈਗੇ ਇਹਨਾਂ ਤੇ ਤੁਸੀਂ ਭਰੋਸਾ ਕੀਤਾ ਵਾ ਜਿਹੜੇ ਬੰਦਿਆਂ ਨੇ ਮਤਲਬ ਵਧੀਆ ਜੇ ਮੈਂ ਕਹਿੰਦਾ ਜਿਹੜੇ ਬੰਦੇ ਨੇ ਨਿਸ਼ਾਨ ਸਾਹਿਬ ਚਲਾਇਆ ਵਾ ਉਹ 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 ਉਹਨੂੰ ਵੀ ਬੜੀ ਅਸੀਸ ਲਾਣਾ ਕਰਦੇ ਹਾਂ ਉਹਦੀ ਕਿਉਂਕਿ ਹਕੂਮਤ ਨੂੰ ਦੱਸਣਾ ਹੀ ਪੈਂਦਾ ਵਾ ਵੀ ਭਾਈ ਅਸੀਂ ਇਹ ਤੋਂ ਬਾਗੀ ਹੋਵਾਂਗੇ ਤੇਰੇ ਤੋਂ ਜੇ ਤੂੰ ਸਾਡੀਆਂ ਗੱਲਾਂ ਨਾ ਮੰਨੀਆਂ ਸੋ ਇਸ ਕਰਕੇ ਹੁਣ ਇਹ ਸਿਸਟਮ ਹੈ ਕਿ ਇਹਨਾਂ ਬੰਦਿਆਂ ਇਹਨਾਂ ਬੰਦਿਆਂ ਦੇ ਪਿੱਛੇ ਲੱਗਣ ਦੀ ਬਹੁਤੀ ਲੋੜ ਨਹੀਂ ਇਹ ਇੱਥੇ ਪੈਰਲਰ ਧਿਰ ਬਣ ਕੇ ਚੱਲੋ ਇੱਥੇ ਹੈ ਇਹਨਾਂ ਦੇ ਦਬਾਅ ਕ੍ਰੀਏਟ ਕਰੋ ਸਟੇਜ ਟੂ ਜਿੱਤ ਕਬਜਾ ਇਹਨਾਂ ਦਾ ਜਿਵੇਂ ਕਹਿੰਦੇ ਸਟੇਜ ਤੇ ਕੋਈ ਦੀ ਮਮੇ ਨਹੀਂ ਲੱਗਦੇ ਜਿਹੜਾ ਮਰਜ਼ੀ ਬੰਦਾ ਬੋਲ ਸਕਦਾ ਹੈ ਜੇ ਸਟੇਜ ਤੇ ਤੁਸੀਂ ਜਿਹੜੇ ਭਾਸ਼ਣ ਦਿੱਤੇ ਆ ਤੇ ਇੱਕ ਮਹੀਨਾ ਅਸੀਂ ਇਹ ਕਰਦਾਂਗੇ ਕਰਦਾਂਗੇ ਬਚੇ ਉਹ ਤੋਂ ਕਰਨ ਦਾ ਵੇਲਾ ਆ ਤੁਸੀਂ ਮਤਲਬ ਕਿਤੇ ਕੁਝ ਨਹੀਂ ਫਿਰ ਫਿਰ ਤੁਸੀਂ ਮਤਲਬ ਕਿਹਾ ਵੀ ਜੇ ਸਰਕਾਰ ਨੇ ਰੂਟ ਦਿੱਤਾ ਜੀ ਉੱਤੇ ਚੱਲਣਾ ਹੈ ਜੇ ਸਰਕਾਰ ਦੇ ਰੂਟਾਂ ਚੱਲਣਾ ਹੈ ਤੇ ਫਿਰ ਸਰਕਾਰ ਜਿਹੜਾ ਬਿੱਲ ਲੈ ਕੇ ਆਈ ਉਹ ਵੀ ਮੰਨ ਲਓ ਤੁਸੀਂ ਉਹ ਵੀ ਚੰਗੇ ਹੋਣੇ ਤੁਹਾਡੇ ਵਾਸਤੇ ਨੌਜਵਾਨ ਭਾਵੇਂ ਉਹ ਦੀਪ ਸਿੱਧੂ ਆ ਭਾਵੇਂ ਲੱਖਾ ਸਿਧਾਣਾ ਵਾ ਲੱਖਾ ਸਿਧਾਣਾ ਵੀ ਡਿਫੈਂਸਿਵ ਮੋਡ ਚ ਨਾ ਜਾਵੇ ਇਸ ਵੇਲੇ ਕਿਉਂਕਿ ਲੱਖੇ ਸਿਧਾਣੇ ਕੱਲ ਪਰਸੋਂ ਤੋਂ ਬਹੁਤ ਡਿਫੈਂਸਿਵ ਹੋ ਗਿਆ ਹਾਲਾਂਕਿ ਲੱਖੇ ਹੋਣਾ ਨੂੰ ਜਲੀਲ ਇਹਨਾਂ ਕੀਤਾ ਗਿਆ ਵੀ ਲੱਖੇ ਨੂੰ ਵੀ ਲੱਗਣਦਾ ਪਏ ਅਸੀਂ ਕਿਤੇ ਨਾ ਕਿਤੇ ਗਲਤੀ ਕੀਤੀ ਹੈ ਤੇ ਗਲਤੀ ਕੋਈ ਨਹੀਂ ਕੀਤੀ ਜਿੱਦਨ ਵੀ ਤੁਸੀਂ ਦਿੱਲੀ ਚ ਐਂਟਰ ਹੋਣਾ ਵਾ ਭਾਵੇਂ ਤੁਸੀਂ ਕਿਸੇ ਤਰੀਕੇ ਨਾਲ ਵੀ ਆ ਸਟੇਟ ਨੇ ਵਾਇਲੈਂਸ ਕਰਨੀ ਹੈ ਹੂੰ ਜਿੱਦਣ ਵੀ ਤੁਸੀਂ ਕਿਸੇ ਦਿੱਲੀ ਚ ਐਂਟਰ ਹੋਣਾ ਵਾ ਸਟੇਟ ਨੇ ਤੁਹਾਡਾ ਨਾ ਵਾਇਲੈਂਸ ਕਰਨੀ ਆ ਤੇ ਜਿੱਦਣ ਸਟੇਟ ਨੇ ਵਾਇਲੈਂਸ ਕਰਨੀ ਆ ਬੰਦੇ ਮਰਨੇ ਆ ਇਹ ਕੋਈ ਮਤਲਬ ਸਟੇਟ ਜਿਹੜੀ ਆ ਤੁਹਾਡਾ ਬਹੁਤ ਹੀ ਫਿਕਰਮੰਦ ਨਹੀਂ ਹਾਂ ਉਹ ਵਾਇਲੈਂਸ ਨੂੰ ਇਸ ਕਰਕੇ ਅਵੋਇਡ ਕਰਦੀ ਆ ਵੀ ਉਹ ਨੂੰ ਸਟੇਟ ਜਿਹੜਾ ਵਾ ਉਹ ਸਟੇਟ ਵਾਸੀ ਸਿੱਖ ਨਹੀਂ ਬਣਣਾ ਚਾਹਦੀ ਪਰ ਹੁਣ ਜਿਹੜਾ ਜੋ ਕੁਝ ਸ਼ੁਰੂ ਹੋ ਗਿਆ ਆਲਰੇਡੀ ਇਸ ਕਰਕੇ ਜਿਹੜੇ ਇਹਨਾਂ ਨੇ ਅੱਜ ਕੱਲ ਪੋਸਟਰ ਬਣਾ ਕੇ ਲਾਏ ਆ ਸਾਥ ਵਾਲਿਆਂ ਦੇ ਅਸੀਂ ਖਿਲਾਫ ਆ ਅਸੀਂ ਫਲਾਣਿਆਂ ਦੇ ਖਿਲਾਫ ਆ ਇਹਨਾਂ ਦਾ ਸਮਾਜਿਕ ਬਾਈਕਾਟ ਕਰੋ ਮਤਲਬ ਸਮਾਜਿਕ ਬਾਈਕਾਟ ਕਿਹੜੀ ਗੱਲੋਂ ਕਰਨ ਲੋਕਾਂ ਦਾ ਪੇ ਤੁਹਾਡਾ ਸਮਾਜਿਕ ਬਾਈਕਾਟ ਨਾ ਕਰਨ ਲੋਕ ਕਿ ਜਿਹੜੇ ਤੁਸੀਂ ਲੋਕਾਂ ਨੂੰ ਸੱਦ ਕੇ ਦੇ ਬਾਅਦ ਇੱਥੇ ਮੂਰਖ ਬਣਾਇਆ ਕਰੋਨਾ ਅਰਬਾਂ ਖਰਬਾਂ ਰੁਪਈਆ ਲੋਕ ਖਰਚ ਕੇ ਆਏ ਆਪਣਾ ਤੇ ਤੁਸੀਂ ਮੂਰਖ ਬਣਾ ਦਿੱਤਾ ਇੱਥੇ ਆਣ ਕੇ ਉਹਨਾਂ ਨੂੰ ਇਸ ਕਰਕੇ ਜੇ ਇੰਨੇ ਟਰੈਕਟਰ ਸੱਦ ਕੇ ਪਿੰਡੋਂ ਸਰਕਾਰ ਤੇ ਦਬਾਨੀ ਨਾ ਬਣਿਆ ਤੇ ਇੰਨਾ ਲੀਡਰਾਂ ਦਾ ਕਰਕੇ ਨਹੀਂ ਬਣਿਆ ਇਸੇ ਲੀਡਰਸ਼ਿਪ ਦੇ ਵਿੱਚ ਇੰਨੀ ਕਾਬਲੀਅਤ ਨਹੀਂ ਹੈਗੀ ਕਿ ਇਸ ਨੂੰ ਲੀਡ ਕਰ ਸਕਣ ਜੇ ਇਹ ਸਰਕਾਰ ਦੇ ਨਾਲ ਮੀਟਿੰਗਾਂ ਤੇ ਜਾਂਦੇ ਆ ਤੇ ਠੀਕ ਆ ਤੇ ਜੇ ਉਹ ਚੋਂ ਕੋਈ ਆਉਟਪੁੱਟ ਨਹੀਂ ਆਉਂਦੀ ਤੇ ਜੇ ਫੈਸਲਾ ਇਹਨਾਂ ਨੂੰ ਕਰਨਾ ਪੈਣਾ ਵੀ ਅਸੀਂ ਦਿੱਲੀ ਦੇ ਅੰਦਰ ਐਂਟਰ ਹੋਣਾ ਕਿ ਨਹੀਂ ਹੋਣਾ ਜੇ ਨਹੀਂ ਹੋਣ ਦਾ ਫੈਸਲਾ ਕਰਦੇ ਤਾਂ ਫਿਰ ਤਾਂ ਸਮਝ ਲਓ ਅਸੀਂ ਘਰ ਦੇ ਅੱਡੇ ਪੱਥੇ 'ਚ ਪਿਆ ਹੀ ਐ ਫਿਰ ਤੇ ਸਰਕਾਰ ਅੱਜ ਇਹਨਾਂ 'ਤੇ ਪ੍ਰੈਸ਼ਰ ਕ੍ਰੀਏਟ ਕਰ ਰਹੀ ਕਰਨ ਨੂੰ ਹੋਰ ਕਰੂਗੀ ਸੋ ਇਹਨਾਂ ਨੂੰ ਚਾਹੀਦਾ ਵੀ ਆਪਣਾ ਜਿਹੜਾ ਇਹ ਕੀ ਨਾ ਲਈਦਾ ਵਾ ਇਹ ਇੰਝ ਆਪਣੇ ਏਜੰਡੇ ਆ ਨਾ ਜਿਹੜੇ ਕਿਸੇ ਨਾ ਨਿੱਜੀ ਰੰਜਿਸ਼ ਹੈ ਦੀਪ ਸਿੱਧੂ ਨਾਲ ਦੀਪ ਸਿੱਧੂ ਦਾ ਸਿਰਫ ਨਿੱਜੀ ਰੰਜਿਸ਼ ਹੈ ਇਹਨਾਂ ਦੀ ਹੁਣ ਦੀਪ ਸਿੱਧੂ ਨੇ ਕਿਹੜੀ ਗੱਲ ਜਿਹੜੀ ਸੀ ਅਸੀਂ ਕਿਸਾਨੀ ਸੰਘਰਸ਼ ਦੇ ਖਿਲਾਫ ਕੀਤੀ ਸੀ ਵੀ ਜਿਹਦਾ ਕਰਕੇ ਇਹ ਕਹਿੰਦੇ ਵੀ ਉਹ ਦਾ ਫਲਾਣੇ ਦਾ ਬੰਦਾ ਹੈ ਇਹ ਉਹਦੀਆਂ ਫੋਟੋਆਂ ਵਾਲਾ ਜੇਵਲ ਕਹਿੰਦਾ ਉਹਦੇ ਨਾਲ ਫੋਟੋਆਂ ਤੁਹਾਡੀਆਂ ਬਦਲ ਨਾਲ ਗਈਆਂ ਕੈਪਟਨ ਨਾਲ ਵੀ ਹੈਗੀਆਂ ਕੇਜਰੀਵਾਲ ਨਾਲ ਵੀ ਹੈਗੀਆਂ ਤੁਸੀਂ ਕਿਹਦੇ ਬੰਦੇ ਚ ਫਿਰ ਤੂੰ ਇਥੇ ਲਾਨੀਆ ਤੌਰ ਤੇ ਮੰਨ ਚੁੱਕੇ ਜਿਵੇਂ ਕੈਪਟਨ ਨਾਲ ਨੇ ਕਈ ਯਾਰ ਬਦਲ ਉਹਨਾਂ ਦੇ ਸੋ ਇਸ ਕਰਕੇ ਇਸ ਕਰਕੇ ਜਿਹੜਾ ਮਸਲਾ ਹੈ ਨਾ ਉਹ ਮਸਲਾ ਹੁਣ ਹੱਥੋਂ ਨਿਕਲ ਚੁਕਾ ਸਾਰਿਆਂ ਦੇ ਸਟੇਟ ਦੇ ਵੀ ਇਹਨਾਂ ਦੇ ਵੀ ਕਿਸਾਨ ਲੀਡਰਾਂ ਦੇ ਵੀ ਕਿਸਾਨ ਲੀਡਰ ਦਾ ਟੋਟਲ ਫੇਲਿਅਰ ਆ ਵੀ ਜਿਹੜੇ ਨੌਜਵਾਨ ਏਡੀ ਵੱਡੀ ਪਾਵਰ ਸੀ ਇਹਨਾਂ ਦੇ ਕੋਲ ਇਹਨਾਂ ਕੋਲ ਏਡਾ ਵੱਡਾ ਐਸੈਟ ਸੀ ਜਿਹਦਾ ਕਰਕੇ ਸਟੇਟ ਝੁਕਦੀ ਸੀ ਉਹ ਐਸੈਟ ਇਹਨਾਂ ਨੇ ਹੱਥੋਂ ਕੱਢ ਲਿਆ ਆਪਣੇ ਉਹਨਾਂ ਨੂੰ ਗद्दार ਕਹਿ ਕੇ ਜਾਂ ਭੰਡਕੀ ਜਾਂ ਕੁਝ ਵੀ ਕਹਿ ਕੇ ਲੋਕਾਂ ਦੇ ਵਿੱਚ ਮਯੂਸੀ ਆ ਹਾਂ ਜਦੋਂ ਪਤਾ ਕਿ ਇਹਦਾ ਕੋਈ ਸਡਨ ਰੈਟੈਕਸ਼ਨ ਹੁੰਦਾ ਨਾ ਕਈ ਚੀਜ਼ਾਂ ਦਾ ਸਰਡਨਰ ਰਿਐਕਸ਼ਨ ਦੇ ਵਿੱਚ ਲੋਕ ਤੱਤੇ-ਤੱਤੇ ਹੋ ਕੇ ਨਾ ਜਦੋਂ ਹੁਣ ਆਪਾਂ ਫੇਲਿਅਰ ਕਿਸੇ ਨੂੰ ਕਹਿੰਨੇ ਕੋਈ ਚੀਜ਼ ਜਿਦੋਂ ਕੱਲ ਲੋਕਾਂ ਨੂੰ ਇਹ ਸਮਝਾ ਦਿੱਤਾ ਗਿਆ ਸਾਰੇ ਪਾਸੇ ਇਹ ਜਿਤਾ ਦਿੱਤਾ ਗਿਆ ਵੀ ਭਈ ਜਿਹੜਾ ਨਾ ਇਹ ਇਹ ਦੀਪ ਸੁੱਧ ਦੀ ਗਲਤੀ ਹੈ ਤੇ ਅਲਟੀਮੇਟਲੀ ਜਿਹੜਾ ਬੰਦਾ ਕਿਸੇ ਆਪਣੇ ਆਪ ਤੇ ਬਲੇਮ ਨਹੀਂ ਲੈਂਦਾ ਦੂਜੇ ਤੇ ਸੁੱਟਦਾ ਤੇ ਲੋਕਾਂ ਨੇ ਵੀ ਕਿਹਾ ਵੀ ਖੰਨੀ ਅਸੀਂ ਪਤਾ ਨਹੀਂ ਕਿਹੜੀ ਪ੍ਰਾਪਤੀ ਕਰ ਲੈਣੀ ਸੀ ਤੇ ਜਿਹੜਾ ਦੀਪ ਸੁੱਧ ਨੇ ਆਣ ਕੇ ਇਹ ਚੀਜ਼ ਨੂੰ ਖਰਾਬ ਕਰ ਦਿੱਤਾ ਤੇ ਉਹ ਹੁਣ ਤਾਂ ਕਰਕੇ ਪਰ ਇੱਕ ਦਿਨ ਜੋ ਤੁਸੀਂ ਵੇਖਿਓ ਵੀ ਦੀਪ ਸੁੱਧੂ ਵਾਲਾ ਮਸਲਾ ਵੀ ਠੀਕ ਹੋ ਜਾਣਾ ਹਾਂ ਦੀਪ ਸਿੱਧੂ ਨਾਲ ਦੇ ਯੂਆਪਾ ਤੱਕ ਲੱਗ ਚੁੱਕੀ ਹੈ ਜਥੇਬੰਦੀਆਂ ਦੀ ਕਿਰਪਾ ਦੇ ਨਾਲ ਦੇ ਸਰਕਾਰ ਇਹ ਜੀ ਸਰਕਾਰ ਦੇ ਖਿਲਾਫ ਸੜਾ ਸੰਘਰਸ਼ ਹੈ ਤੇ ਉਸੇ ਸਰਕਾਰ ਨੂੰ ਚਿੱਠੀਆਂ ਲਿਖ ਕੇ ਦੇ ਲੱਕੇ ਸਿਧਾਣੇ ਦੀਪ ਸਿੱਧੂ ਤੇ ਹੋਰਨਾਂ ਦੇ ਖਿਲਾਫ ਯੂਆਪਾ ਲਵਾਤੀ ਇਹਨਾਂ ਨੇ ਹਨਾ ਆਰਮੈਕਟ ਲਵਾਤਾ ਵੀ ਦੀਪ ਸਿੱਧੂ ਤੇ ਕਿਹੜਾ 47 ਚੱਕੀ ਫਿਰਦਾ ਵੀ ਜਿਹੜਾ ਆਰਮੈਕਟ ਲੱਗ ਗਿਆ ਉੱਤੇ ਹੂੰ ਇਸ ਕਰਕੇ ਇਹਨਾਂ ਬੰਦਿਆਂ ਦੇ ਉੱਤੇ 1 ਰੁਪਏ ਦਾ ਭਰੋਸਾ ਕਰਨ ਦੀ ਲੋੜ ਨਹੀਂ ਇਹ ਕਹਿਣ ਗੁੱਸੇ ਹੋਣ ਰਾਜੀ ਹੋਣ ਇਹ ਕਹਿਣ ਵੀ ਏਕਤਾ ਟੁੱਟਦੀ ਹੈ ਏਕਤਾ ਜਿਹੜੀ ਆ ਤੁਹਾਡੇ ਚ ਹੈ ਕਿਦਣ ਸੀ ਜਿੱਦਣ ਤੁਸੀਂ ਸ਼ਰਿਆਮ ਟੀਵੀਾਂ ਤੇ ਜਾ ਕੇ ਬਿਆਨ ਦਿੰਦੇ ਸੀ ਵੀ ਆਹ ਫਲਾਣਾ ਨੌਜਵਾਨ ਇਦਾਂ ਲੱਖੇ ਨੂੰ ਤੁਸੀਂ ਪਿੱਛੋਂ ਹੋਰੀਆਂ ਮਾਰਦੇ ਸੀ ਤੈਨੂੰ ਅਸੀਂ ਬੋਲਣ ਨਹੀਂ ਦੇਣਾ ਤੁਹਾਨੂੰ ਕੀ ਲੱਗਦਾ ਵੀ ਨੌਜਵਾਨ ਜਿਹੜੇ ਤੁਹਾਡੇ ਪਿੱਛੇ ਆਏ ਆ ਤੁਹਾਡੇ ਬੁੱਢੇ ਠੇਰੇਆਂ ਪਿੱਛੇ ਤੁਰਦੇ ਨੌਜਵਾਨ ਤੁਹਾਡੇ ਪਿੱਛੇ ਜਿਹੜਾ ਜਿਹੜੇ ਬੰਦੇ ਆ ਨਾ ਇੱਕ ਮਿੰਟ ਤੁਹਾਡੇ ਪਿੱਛੇ ਉਹ ਬੰਦੇ ਆ ਵੀ ਜਿਹੜੇ ਚਾਰ ਡਾਂਗਾਂ ਨਹੀਂ ਚੱਲ ਸਕਦੇ ਆਹੋ ਹੀ ਬੰਦੇ ਆ ਜਿਹੜੇ ਮਤਲਬ ਜਿਉਂਗਿੰਦਰ ਯਾਦਵ ਵਰਗੇ ਬੰਦੇ ਤੁਸੀਂ ਵਿੱਚ ਲਿਆ ਕੇ ਜਿਹੜਾ ਬੋਲਦਾ ਵੀ ਜਨਾਨੀ ਵਾਂਗੂ ਆ ਹੈ ਉਹਨੂੰ ਵਿੱਚ ਲਿਆ ਕੇ ਤੁਸੀਂ ਮਰਦਾਂ ਦੀ ਜਿਹੜੀ ਤੁਹਾਡੇ ਮਗਰ ਫੌਜ ਤਰੀ ਫਿਰਦੀ ਸੀ ਉਹਨਾਂ ਨੂੰ ਖੁਸਰਿਆਂ ਦੀ ਫੌਜ ਬਣਾ ਕੇ ਰੱਖ ਦਿੱਤਾ ਵੀ ਤੁਹਾਡੇ ਕੋ ਇੱਕ ਸ਼ਰਮਾਜਾਤ ਨੂੰ ਮਣੀ ਮੋਟੀ ਹੋਣੀ ਚਾਹੀਦੀ ਸੀ ਵੀ ਤੁਸੀਂ ਕੀਤਾ ਕੀ ਹੈ ਐਡੇ ਵੱਡੇ ਸੰਘਰਸ਼ ਦੇ ਨਾਲ ਦੂਜੀ ਗੱਲ ਬਿੱਲਾਂ ਦੀ ਆਪਾਂ ਇੱਕ ਮਣੀ ਜੀ ਕਰ ਲਈਏ ਹੁਣ ਇਹ ਲੜਾਈ ਐਡੀ ਵੱਡੀ ਬਣ ਗਈ ਹੈ ਵੀ ਬਿੱਲ ਜਿਹੜੇ ਪੰਜਾਬ ਚ ਪਹਿਲਾਂ ਬਿੱਲ ਨਹੀਂ ਸੀ ਹੈਗੇ ਸਮਝਣ ਮੇਰੀ ਗੱਲ ਨੂੰ ਪੰਜਾਬ ਦੇ ਵਿੱਚ ਪਹਿਲਾਂ ਬਿੱਲ ਨਹੀਂ ਸੀ ਹੈਗੇ ਲਾਗੂ ਨਹੀਂ ਸੀ ਹੋਏ ਤੇ ਉਹ ਤੋਂ ਬਿਨਾਂ ਹੀ ਪਸਾਨੀ ਦੀ ਬਹੁਤ ਸ਼ਾ ਖਰਾਬ ਸੀ ਪਰ ਇਹ ਬਿੱਲਾਂ ਦੇ ਦੀ ਲੜਾਈ ਏਡੀ ਵੱਡੀ ਬਣ ਗਈ ਆ ਵੀ ਬਾਈ ਚਾਂਸ ਬਿੱਲ ਵਾਪਸ ਹੁੰਦੇ ਆ ਨਾ ਤੇ ਸਾਡੀ ਕਾਮ ਅਵੇਸਿਬਲੀ ਹੋ ਜਾ ਇੱਕ ਟਾਈਮ ਤੇ ਕਾਮ ਅਵੇਸਿਬਲੀ ਹੋ ਸਕਦੀ ਵੀ ਅਸੀਂ ਪ੍ਰਾਪਤੀ ਪਤ ਨਹੀਂ ਕਿੱਡੀ ਵੱਡੀ ਪ੍ਰਾਪਤੀ ਕੀ ਕੀਤੀ ਹੈ ਜਿਹੜੀ ਚੀਜ਼ ਪਹਿਲਾਂ ਨਹੀਂ ਸੀ ਹੈਗੀ ਉਹਨੂੰ ਰੱਦ ਕਰਾ ਦਿੱਤਾ ਪਰ ਉਹਦੇ ਨਾਲ ਸਾਡੀਆਂ ਐਗਜ਼ਿਸਟਿੰਗ ਮੁਸ਼ਕਲਾਂ ਤੇ ਹੱਲ ਨਹੀਂ ਹੁੰਦੀਆਂ ਉਹਦੇ ਨਾਲ ਸਾਡੇ ਕਈ ਹੋਰ ਮਸਲੇ ਜਿਹੜੇ ਆ ਉਹ ਹੱਲ ਨਹੀਂ ਹੁੰਦੇ ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ ਇਨੂੰ ਇਹ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਵੀ ਇਹ ਜਿਹੜੇ ਬਿੱਲ ਆ ਇਹ ਬਿੱਲ ਸਾਡੇ ਤੇ ਬਾਕੀ ਬਹੁਤ ਅਨੇਕ ਹਮਲੇ ਆਵਾਂਗੇ ਇੱਕ ਛੋਟਾ ਮੁਲਾਵਾ ਹੂੰ ਤੇ ਇਹਨੂੰ ਇਹ ਨਾ ਆਪਾਂ ਬਣਾ ਲੀਏ ਵੀ ਇਹ ਸਾਡੀ ਹੋਂਦ ਕਈ ਬੰਦੇ ਨਾ ਨਿਰਾਸ਼ਾ ਜਿਹੜੀ ਉਹਨਾਂ ਚ ਬਹੁਤ ਆ ਜਾਂਦੀ ਹੈ ਨਿਰਾਸ਼ਾ ਇਸ ਕਦਰ ਕਿਦਰ ਦੀ ਆ ਜਾਂਦੀ ਹੈ ਵੀ ਉਹ ਕਹਿੰਦੇ ਵੀ ਅੱਜ ਜੇ ਜਦੋਂ ਲਖੇ ਨੇ ਵੀ ਇਹ ਗੱਲ ਕੀਤੀ ਹੈ ਜੀ ਅੱਜ ਆਪਾਂ ਨਾ ਨਾ ਤੁਰੇ ਅੱਜ ਆਪਾਂ ਨਾ ਨਾ ਰਹੇ ਆਪਾਂ 100 200 ਸਾਲ ਪਿੱਛੇ ਚਲ ਜਾਾਂਗੇ ਇਹੋ ਹੀ ਗੱਲ ਆਪਾਂ ਕੀਤੀ ਸੀ ਆ ਆਮ ਆਦਮੀ ਪਾਰਟੀ ਵਾਲੀ ਇਹੋ ਗੱਲ ਆਪਾਂ ਕੀਤੀ ਸੀ ਬਰਗਾੜੀ ਦੇ ਮੋਰਚੇ ਵਾਲੀ ਇਹੋ ਗੱਲ ਆਪਾਂ ਕੀਤੀ ਸਰਬੱਤ ਖਾਲਸੇ ਦੀ ਗੁਰੂ ਸਾਹਿਬ ਤੇ ਭਰੋਸਾ ਰੱਖੋ ਮਤਲਬ ਜੇ 3 ਮਹੀਨੇ ਪਹਿਲਾਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਦਿੱਲੀ ਜਾ ਕੇ ਸੈਂਟਰ ਦੀ ਸਰਕਾਰ ਨਾਲ ਬਹਿ ਕੇ ਟੇਬਲ ਟਾਕ ਕਰੋਗੇ ਜਿਹੜੀ ਸੈਂਟਰ ਦੀ ਸਰਕਾਰ ਤੁਹਾਡੇ ਘਰ ਤੇ ਰੇਲ ਗੱਡੀਆਂ ਨਹੀਂ ਚਲਾਉਂਦੀ ਹੈ ਇਹ ਮਾਲ ਗੱਡੀਆਂ ਪਰ ਉਹ ਚਲੋ ਜਿਹੜੇ ਗੱਲੀ ਤੇ ਗੱਲ ਕਰਨ ਗਏ ਸੀ ਉਹ ਉਹਨਾਂ ਦੇ ਪੱਲੇ ਕੋਈ ਨਹੀਂ ਸੀ ਹੈਗਾ ਕੁਝ ਹਨਾ ਉਹ ਵੱਖਰੀ ਵਿਸ਼ਾਵਾ ਪਰ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਨੂੰ ਗੁਰੂ ਸਾਹਿਬ ਨੇ ਉੱਥੇ ਬਿਠਾ ਦਿੱਤਾ ਹੈ ਫਿਰ ਗੁਰੂ ਸਾਹਿਬ ਦੀ ਦੂਜੀ ਕਿਰਪਾ ਵੇਖੋ ਵੀ ਜਿਹੜਾ ਕੱਲ ਨishan ਸਾਹਿਬ ਝੂਲ ਜਾਣਾ ਲਾਲ ਕਿਲੇ ਦੇ ਉੱਤੇ ਇਹ ਗੁਰੂ ਸਾਹਿਬ ਦਾ ਸੰਕੇਤ ਆ ਵੀ ਜਿਹੜੀ ਲੜਾਈ ਜੇ ਤੁਸੀਂ ਜਿੱਤਣੀ ਹੈ ਨਾ ਤੇ ਲੜਾਈ ਤੁਹਾਨੂੰ ਗੁਰੂ ਦੇ ਲੜ ਲੈ ਕੇ ਜਿੱਤੀ ਜਾਣੀ ਹੈ ਇਹ ਜ਼ਮੀਨਾਂ ਬਚਾਉਣ ਦੇ ਚੱਕਰ ਤੇ ਜ਼ਮੀਰਾਂ ਨਹੀਂ ਮਾਰਨੀ ਹੈ ਇਹ ਨਹੀਂ ਮੈਂ ਕਿਹਾ ਜ਼ਮੀਨਾਂ ਛੱਡ ਦਿਓ ਪਰ ਕਮ ਸੇ ਕਮ ਇਹ ਤੇ ਸੋਚੋ ਨਾ ਵੀ ਕੱਲੀ ਜ਼ਮੀਨ ਦੀ جنگ ਨਾ ਸਾਡੀ ਰਹਿ ਜਾਵੇ ਸਾਡੇ ਕੋ ਜਮੀਨਾ ਬਚ ਜਾਣ ਤੇ ਸਾਡੇ ਕੋ ਬਾਕੀ ਸਭ ਕੁਝ ਵੀ ਗਵਾਜ ਜਾਵੇ ਹੈ ਅਸੀਂ ਬਾਰ ਬਾਰ ਜਲੀਲ ਹੁੰਦੇ ਆ ਇਹ ਜਮੀਨਾ ਬਚਾਉਣ ਕਰਕੇ ਇਹਨਾਂ ਥੋੜੀ ਇਹਨਾਂ ਕੋ ਚਲੋ ਸਰਕਾਰ ਸੰਨ ਕੋਈ ਕਰੇ ਨੇਗੋਸ਼ੀਏਸ਼ਨ ਤੇ ਕਰੇ ਇਹ ਦੁੱਕੀ ਦਾ ਕਾਂਗਰਸ ਸਾਨੂੰ ਕਹਣ ਕਿ ਤੁਸੀਂ ਆਪਣਾ ਨਿਸ਼ਾਨ ਸਾਬ ਲਗਾ ਕੇ ਆ ਜਾਓ ਤੇ ਅਸੀਂ ਆਪਣ ਲਗਾ ਕੇ ਚਲ ਜੀ ਬਖਣੀ ਇਹਨਾਂ ਸਾਨੂੰ ਕੀ ਪ੍ਰਾਪਤੀ ਕਰਕੇ ਦੇ ਦੇਣੀ ਹੈ ਇਹ ਕਰਕੇ ਇਹਨਾਂ ਬੰਦਿਆਂ ਦੇ ਕਹਿਣ ਦੋ ਤੇ ਧਰਮ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਧਰਮ ਹੀ ਸਾਡੀ ਤਾਕਤ ਆ ਇਹ ਇਹ ਸੌ ਦਾਅਵੇ ਕਰਨ ਵੀ ਦੇਖੋ ਜੀ ਅਸੀਂ ਡੈਮੋਕ੍ਰੇਸੀ ਦੇ ਵਿੱਚ ਇਹ ਡੈਮੋਕ੍ਰੇਸੀ ਨਹੀਂ ਹੈਗੀ ਇਹ ਆਪੇ ਦਾਵਾ ਕਰ ਚੁੱਕੇ ਵੀ ਮੋਦੀ ਨੇ ਜਿਹੜਾ ਬਿੱਲ ਪਾਸ ਕੀਤਾ ਹੈ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਨਹੀਂ ਕੀਤਾ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਨਹੀਂ ਕੀਤਾ ਤੇ ਫਿਰ ਤੁਸੀਂ ਡੈਮੋਕ੍ਰੇਸੀ ਨੂੰ ਕਿੱਥੋਂ ਬਚਾਉਣ ਨੂੰ ਫਿਰਦੇ ਹੋ ਇਸ ਸਾਡੀ ਜਿਹੜੀ ਮੁਸ਼ਕਲ ਹੈ ਇਸ ਬਿੱਲਾਂ ਨਾਲੋਂ ਬਹੁਤ ਵੱਡੀ ਹੈ ਤੇ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਇਕੱਲੇ ਬਿੱਲਾਂ ਦਾ ਕਰਕੇ ਹੈ ਬਿੱਲ ਅਸੀਂ ਰੱਦ ਕਰਾਉਣੇ ਆ ਨਾਲ ਦੀ ਨਾਲ ਅਸੀਂ ਪੰਜਾਬ ਦੀਆਂ ਬਾਕੀ ਮੁਸ਼ਕਲਾਂ ਨੂੰ ਐਡਰੈਸ ਕਰਨਾ ਹੈ ਇਹ ਅਸੀਂ ਇਹਨਾਂ ਨੂੰ ਇਸੇ ਗੱਲ ਦੀ ਤਕਲੀਫ ਹੈ ਕਿ ਬਿੱਲ ਦੇ ਨਾਲ ਨਾਲ ਦੀਪਸਤੂ ਆ ਗੱਲ ਕਰਦਾ ਹੈ ਦੀਪਸਤੂ ਆ ਗੱਲ ਕਰਦਾ ਹੈ ਦੀਪਸਤੂ ਆ ਗੱਲ ਕਰਦਾ ਹੈ ਇਹ ਕੱਲਾ ਕਿਸਾਨੀ ਦਾ ਮਸਲਾ ਹੈ ਤੇ ਕਿਸਾਨ ਸਿੱਖ ਨਹੀਂ ਹੈਗੇ ਤੁਸੀਂ ਜਦੋਂ ਆਪਣੇ ਖੇਤਾਂ ਜਾਂਦੇ ਹੋ ਤੁਸੀਂ ਪਗ ਲਾ ਕੇ ਜਾਂਦੇ ਹੋ ਸਿਰ ਤੋਂ ਆਪਣੀ ਕਿ ਜਾਂ ਤੁਸੀਂ ਖੇਤਾਂ ਵਿੱਚ ਬਣ ਤੋਂ ਗੁਰੂ ਨੂੰ ਪਹਿਲਾਂ ਵਧਾਵਾ ਲਿਖ ਕੇ ਜੇ ਕੇ ਜਾਂਦੇ ਜੋ ਵੀ ਲੈ ਗੁਰੂ ਸਾਹਿਬ ਜੀ ਅਸੀਂ ਤੁਹਾਡੇ ਸ਼ੇਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਜਾ ਕੇ ਜਿਹੜਾ ਵਾ ਅਸੀਂ ਹੁਣ ਚੱਲੇ ਆ ਇੱਥੇ ਖੇਤਾਂ 'ਚ ਤੇ ਅਸੀਂ ਹੁਣ ਕਿਸਾਨ ਬਣ ਗਏ ਮਤਲਬ ਮੈਂ ਨਹੀਂ ਕਹਿੰਦਾ ਵੀ ਉੱਥੇ ਹੋਰ ਕਿਸਾਨੀ ਹੈ ਉਹ ਆਪਣੇ ਤੁਹਾਨੂੰ ਦਸੇ ਦੇ ਲੈਣਾ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਨਾ ਵੀ ਮੁਸਲਮਾਨ ਵਾਰੀਅਰ ਕੌਮ ਹੈ ਮੁਸਲਮਾਨ ਲੜਾਕੀ ਕੌਮ ਹੈ ਪਰ ਹਿੰਦੁਸਤਾਨ ਦਾ ਮੁਸਲਮਾਨ ਕਿਉਂ ਨਹੀਂ ਲੜ ਰਿਹਾ ਅੱਜ ਕਿਉਂਕਿ ਉਹਨੇ ਆਪਣੇ ਧਰਮ ਤੋਂ ਸੇਧ ਨਹੀਂ ਲੈ ਰਿਹਾ ਉਹ ਲੈ ਰਿਹਾ ਤਿਰੰਗੇ ਤੋਂ ਸੇਧ ਤੇ ਜਿਹੜੇ ਸਿੱਖ ਆ ਸਿੱਖ ਕਦਾਂ ਲੜਪਾਉਣਗੇ ਧਰਮ ਤੋਂ ਮਿਲਣਾ ਇਹ ਜਿਹੜਾ ਨਾ ਇਹ ਇਹ ਚੀਜ਼ ਉਹਨੂੰ ਤੇ ਕਈ ਜਦੋਂ ਕੱਲ ਨਿਸ਼ਾਨ ਸਾਹਿਬ ਝੁਲਿਆ ਨਾ ਉੱਥੇ ਨਿਸ਼ਾਨ ਸਾਹਿਬ ਤੇ ਬਹੁਤ ਬੰਦਿਆਂ ਨੇ ਇਹ ਗਿਆ ਕਿ ਨਿਸ਼ਾਨ ਸਾਹਿਬ ਤਾਂ ਸਾਡੇ ਦਿਲ 'ਚ ਹੋਣਾ ਚਾਹੀਦਾ ਹੈ ਜੋ ਉੱਥੇ ਚਲਾਉਣ ਦੀ ਗੱਲ ਸੀ ਸਾਡੇ ਹੀ ਸਤਿਕਾਰ ਕਰਦੇ ਆਂ ਦਿਲ 'ਚ ਤੇ ਸਿੱਖੀ ਰੱਖ ਲਓ ਤੁਸੀਂ ਪੱਗਾਂ ਵੀ ਦਿਲ 'ਚ ਮੰਨ ਲਓ ਇਸ ਤਾਂ ਪੱਤਾਂ ਵੀ ਦਿਲ 'ਚ ਲਈ ਫਿਰੋ ਬਾਹਰ ਜੋ ਹੁੰਦਾ ਹੋਣਦੇ ਸਾਰਾ ਕੁਝ ਮਤਲਬ ਇਹ ਫੋਕੀਆਂ ਦਲੀਲਾਂ ਹੁੰਦਾਓ ਅਸਲ 'ਚ ਬਹੁਤੇ ਲੋਕਾਂ ਦਾ ਜਿਹੜੇ ਇੱਕ ਨਾ ਸਿਸਟਮ ਹੁੰਦਾ ਜਦੋਂ ਨਾ ਬੰਦਾ ਅਸਲ 'ਚ ਹੈ ਕੀ ਉਹਦਾ ਬਹੁਤ ਖਾਸ ਮੌਕਿਆਂ ਤੇ ਪਤਾ ਲੱਗਦਾ ਉਹਦਾ ਮੂਲ ਸੁਭਾਅ ਕੀ ਹੈ ਜਿੱਦਾਂ 84 ਦੇ ਹਮਲੇ ਤੇ ਕਈ ਜਿਹੜੇ ਕਾਮਰੇਡ ਵੀ ਸੀ ਨਾ ਉਹ ਵੀ ਸਿੱਖ ਬਣ ਗਏ ਸੀ ਤੇ ਉਹਨਾਂ ਦੇ ਅੰਦਰ ਸਿੱਖੀ ਹੈ ਸੀ ਕਿਤੇ ਤੇ ਉਹ ਜਦੋਂ ਉਹਨਾਂ ਨੂੰ ਟਰੋਮਾ ਲੱਗਾ ਹੈ ਤੇ ਉਹ ਸਿੱਖ ਬਣ ਗਏ ਕਿਉਂਕਿ ਉਹਨਾਂ ਦੇ ਅਵਚੇਤਨ ਮਨ ਦੇ ਵਿੱਚ ਸਿੱਖੀ ਦੀ ਗਹਿਰੀ ਸ਼ਾਪ ਸੀ ਹੂੰ ਕਈ ਬੰਦੇ ਆ ਜਿਹੜੇ ਸਿੱਖ ਬਣੇ ਫਿਰਦੇ ਆ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਕਮਾਉਂਦੇ ਆ ਉਹਨਾਂ ਦੇ ਅੰਦਰ ਸਿੱਖੀ ਦਾ ਵਾਸ ਨਹੀਂ ਹੈਗਾ ਤਾਂ ਹੀ ਉਹ ਜਦੋਂ ਕੱਲ ਉੱਥੇ ਨਿਸ਼ਾਨ ਸਾਹਿਬ ਲੱਗਾ ਨਾ ਤੇ ਬਹੁਤ ਜਿਹੜੇ ਬੰਦੇ ਡਰ ਗਏ ਨਾ ਉਹ ਉਹ ਆਪਣੇ ਆਪ ਨੂੰ ਬਸੌਰ ਹੀ ਸਿੱਖ ਘੁਵਾਈ ਜਾਣ ਪਰ ਉਹ ਸਿੱਖ ਹੈ ਨਹੀਂ ਵੈਸੇ ਨਹੀਂ ਜੇ ਤੁਸੀਂ ਦੱਸੋ ਵੀ ਨਿਸ਼ਾਨ ਸਾਹਿਬ ਝੁੱਲਿਆ ਵਿਲਾਦ ਗਲੇ ਤੇ ਤੇ ਸਿੱਖ ਇਸ ਗੱਲ ਤੋਂ ਕਿਹੜੀ ਗੱਲ ਤੋਂ ਡਰੇ ਵੀ ਹਾਂ ਇਹ ਕਿਉਂ ਕਿਉਂ ਹੋ ਗਿਆ ਗੱਲ ਇਹ ਜਿਹੜੀ ਚੀਜ਼ ਆ ਇਹਨੂੰ ਸਮਝਣ ਦੀ ਲੋੜ ਆ ਵੀ ਉਹ ਕਹੀ ਜਾਂਦੇ ਵੀ ਇੱਕ ਇੱਕ ਬੰਦੇ ਨੇ ਕੱਲ ਕਮੈਂਟ ਕੀਤਾ ਪੋਸਟ ਪਾਈ ਤੇ ਮੈਨੂੰ ਉਤਰਾ ਉਦੋਂ ਉਹ ਬੰਦਾ ਜਿਹੜਾ ਹੈ ਨਾ ਉਹ ਸਾਰੀ ਦਿਹਾੜੀ ਹਿੰਦੁਸਤਾਨ ਦੇ ਗੋਣ ਗੋਂਦਾ ਹਿੰਦੁਸਤਾਨ ਨੇ ਰਫਾਲ ਲੈ ਲਿਆ ਜੀ ਮੈਂ ਉਹਦੀ ਤੁਹਾਨੂੰ ਦੱਸਦਾ ਰਫਾਲ ਦੇ ਵਿੱਚ ਕੀ ਕੀ ਹੁੰਦਾ ਹੈ ਉਹ ਕੱਲ ਪੋਸਟ ਪਾ ਕੇ ਬੈਠਾ ਵੀ ਮੈਨੂੰ ਤੇ ਇਸ ਗੱਲ ਦਾ ਅਫਸੋਸ ਹੈ ਵੀ ਤਿਰੰਗੇ ਤੋਂ ਨੀਵਾ ਕਿਉਂ ਲਾਇਆ ਝੰਡਾ ਇਹ ਗੱਲ ਦੀ ਬੇਦਬੀ ਆ ਤੇ ਜੇ ਨਿਸ਼ਾਨ ਸਾਹਿਬ ਦੀ ਜਿੱਦਣ ਜਗਿੰਦਰ যাদਬ ਨੇ ਕਾਲ ਦਿੱਤੀ ਪੀ ਤਿਰੰਗੇ ਲਾ ਕੇ ਆਉਣਾ ਵਾ ਉਦੋਂ ਉਸ ਕੇ ਬੰਦੇ ਨੇ ਕਿਹਾ ਵੀ ਹਾਂ ਪੀ ਕਿਤੇ ਇਹ ਨਾ ਹੋਵੇ ਵੀ ਤਿਰੰਗਾ ਤੁਸੀਂ ਨੀਵਾ ਕਰਕੇ ਲਾ ਲਿਓ ਕਿਸੇ ਬੰਦੇ ਨੇ ਨਹੀਂ ਕਿਹਾ ਤੇ ਕੱਲ ਇਹਨਾਂ ਨੂੰ ਤਿਰੰਗਾ ਉਥੇ ਨਿਸ਼ਾਨ ਸਾਹਿਬ ਝੂਲਿਆ ਐਡਾ ਦੁੱਖ ਹੋਇਆ ਤੇ ਬਹਾਨਾ ਬਣਾ ਲਿਆ ਕਿ ਅਸੀਂ ਚਾਹੁੰਦੇ ਸੀ ਵੀ ਤਿਰੰਗੇ ਤੋਂ ਉੱਚਾ ਝੁਲੇ ਜਿਹੜਾ ਇਹਨਾਂ ਨੂੰ ਪਤਾ ਸੀ ਵੀ ਹੋਈ ਨਹੀਂ ਗੱਲ ਤੇ ਹੁਣ ਇਸ ਗੱਲ ਦਾ ਬਹਾਨਾ ਬਣਾ ਲੀਏ ਸੋ ਇਸ ਕਰਕੇ ਨਾ ਜਿਹੜੇ ਬੰਦੇ ਨੂੰ ਬਹੁਤੀ ਮਿਰਚਾਂ ਲੜੀਆਂ ਕੱਲ੍ਹ ਵਾਲੀ ਘਟਨਾ ਤੋਂ ਉਹ ਤੁਸੀਂ ਆਪਣਾ ਕਿਤੇ ਡੀਐਨਏ ਚੈੱਕ ਕਰਾਓ ਹੈ ਗੁਰੂ ਨੂੰ ਬਦਾਵਾ ਲੈ ਕੇ ਦੇ ਦਿਓ ਕਈ ਕਹਿੰਦੇ ਇਹ ਸਹੀ ਸਮਾਂ ਨਹੀਂ ਸੀਗਾ ਸਮਾਂ ਕਿਸੇ ਵੀ ਚੀਜ਼ ਦਾ ਸਹੀ ਨਹੀਂ ਸੀ ਹੁੰਦਾ ਉਹ ਗੁਰੂ ਸਾਹਿਬ ਚਮਕੌਰ ਦੀ ਗੜੀ 'ਚ ਸਨ ਤੇ 40 ਸਿੱਖ ਸਨ ਤੇ ਅੱਗੇ 10 ਲੱਖ ਦੀ ਫੌਜ ਸੀ ਉਹ ਸਮਾਂ ਸਹੀ ਸੀ ਜੰਗ ਲੜਨ ਹੁੰਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਤੁਰਿਆ ਨਦੇੜ ਤੋਂ ਪੰਜ ਤੀਰ ਲੈ ਕੇ ਤੁਰਿਆ ਤੇ ਕੁਛ ਗਿਣਤੀ ਦੇ ਸਿੰਘ ਲੈ ਕੇ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਇਹ ਸਮਾਂ ਸਹੀ ਹੈ ਸਮਾਂ ਸਹੀ ਨਹੀਂ ਹੈਗਾ ਵੀ ਗੁਰੂ ਸਾਹਿਬ ਇਹ ਤੇ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਹੈ ਮੈਂ ਕਿਵੇਂ ਲੈਣਾ ਜਦੋਂ ਸਮਾਂ ਸਿੱਖੀ ਲਗਾਉਣ ਦਾ ਕਿਹੜਾ ਸਮਾਂ ਹੁੰਦਾ ਮੈਨੂੰ ਇਹ ਦੱਸੋ ਨਾ ਸਹੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਉਦੋਂ ਸਿੱਖ ਇਹ ਇਹ ਦੁਨੀਆ ਤੋਂ ਤੇ ਇਹ ਹੋ ਗਿਆ ਸੀ ਵੀ ਸਿੱਖ ਮੁੱਕ ਗਏ ਆ ਸ਼ਾਇਦ ਸਿੱਖ ਰਹਿ ਹੀ ਨਹੀਂ ਗਏ ਹੈ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਲੋਕ ਛਿਪ ਕੇ ਤੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਜਦੋਂ ਉਹ ਕਿਸੇ ਨੇ ਕਹਿਤਾ ਵੀ ਉਹ ਵੇਖੂ ਮੈਨੂੰ ਲੱਗਦਾ ਦੋ ਸਿੱਖ ਲੁਕੇ ਆ ਤੇ ਉਹਨਾਂ ਦੇ ਦਿਲ ਨੂੰ ਇਹ ਗੱਲ ਏਡੀ ਦੂਜੇ ਨੇ ਕਿਹਾ ਵੀ ਸਿੱਖ ਤੇ ਗੁਰੂ ਦੇ ਲੋਕ ਨਹੀਂ ਸਕਦੇ ਵੀ ਹੋਰ ਕੋਈ ਹੋਣੇ ਏਡੀ ਗੱਲ ਦਿਨ ਨੂੰ ਉਹਨਾਂ ਦੇ ਤੁੰਬ ਗਈ ਉਹਨਾਂ ਨੇ ਉੱਥੇ ਚੁੰਗੀ ਲਾ ਦੀ ਝੰਡਾ ਲਾਤਾ ਖਾਲਸੇ ਦਾ ਤੇ ਉਹਨਾਂ ਦਾ ਰਾਜ ਕਿੰਨਾ ਕੁ ਚੱਲ ਰਿਹਾ ਗਲ ਰਾਜ ਕਰਨ ਦੀ ਝੰਡਾ ਕਿੰਨਾ ਚੱਲ ਰਿਹਾ ਇਹ ਨਹੀਂ ਹੁੰਦਾ ਗੱਲ ਆਪਣੀ ਤੁਸੀਂ ਅਸੀਂ ਜੀਂਦੇ ਜਾਗਦੇ ਇਹਦਾ ਸਬੂਤ ਦੇਣਾ ਹੁੰਦਾ ਲੋਕ ਹਕੂਮਤਾਂ ਨੂੰ ਝੰਡਾ ਕਿੰਨਾ ਚਿਰ ਰਿਹਾ ਕਿੰਨਾ ਚਿਰ ਨਹੀਂ ਰਿਹਾ ਇਦਾਂ ਤੇ ਦੁਨੀਆ ਤੇ ਕੋਈ ਵੀ ਝੰਡਾ ਸਦੀਵੀ ਨਹੀਂ ਰਹਿ ਸਕਦਾ ਕਿਸੇ ਨਾ ਕਿਸੇ ਦਿਨ ਲੱਥਣਾ ਹੈ ਰਾਜ ਆਉਂਦੇ ਨੇ ਜਾਂਦੇ ਨੇ ਜੇ ਕੋਈ ਇਹ ਕਵੇ ਵੀ ਜੇ ਇਹਨੇ ਲਾਈ ਜਾਣਾ ਵਾ ਤੇ ਆਪਾਂ ਇਹਨੂੰ ਚੜਾਈਏ ਕਿਉਂ ਇਦਾਂ ਤੇ ਤੁਸੀਂ ਬੇੜੀਆਂ ਬੇਫਕੂਫਾਂ ਕਰਦੇ ਜੋ ਵੀ ਇਹ ਜੀ ਮਤਲਬ ਫਿਰ ਲਿਬੜਣਾ ਤੇ ਹੈਗਾ ਹੀ ਇਹ ਨਾਉਣਾ ਕਿਉਂ ਵਾ ਵੀ ਇਹ ਜਾਂ ਤੇ ਕੋਈ ਸਦੀਵੀ ਕੀ ਹੁੰਦਾ ਹੈ ਬੰਦੇ ਦਾ ਸਾਰਾ ਕੁਝ ਹੀ ਨਾਸ਼ਵਾਨ ਹੈ ਸਭ ਕੁਝ ਨਾਸ਼ ਹੋਣਾ ਹੈ ਤੇ ਜਿਹੜੀ ਜਿਹੜੀ ਹਕੂਮਤ ਨੂੰ ਜਿਹੜਾ ਕੱਲ ਸੰਦੇਸ਼ ਗਿਆ ਹੈ ਉਹ ਬਹੁਤ ਵਧੀਆ ਸਾਡੇ ਨੌਜਵਾਨਾਂ ਨੇ ਕੀਤਾ ਇਸ ਕਰਕੇ ਜਿਹੜੀਆਂ ਹਾ ਗੱਲਾਂ ਨੇ ਨਾ ਨਿਰਾਸ਼ਾ ਭਰੀਆਂ ਕੌਮ ਦੇ ਵਿੱਚ ਨਿਰਾਸ਼ਾ ਭਰਨ ਵਾਲੀਆਂ ਵੀ ਇਹ ਸਮ ਸਹੀ ਸਮਾਂ ਨਹੀਂ ਸੀ ਸਮਾਂ ਸਹੀ ਕੋਈ ਨਹੀਂ ਹੁੰਦਾ ਠੀਕ ਹੈ ਸਮਾਂ ਸਾਡੇ ਤੁਸੀਂ ਉਮੀਦ ਕਰਦੇ ਜੋ ਵੀ ਮੋਦੀ ਵਰਗੇ ਹਾਕਮ ਦੇ ਅੰਦਰ ਤੁਹਾਡਾ ਕੋਈ ਸਿੱਕੀ ਦਿਖਾਉਣ ਦਾ ਸਹੀ ਸਮਾਂ ਆਊਗਾ ਤੇ ਸਿੱਕੀ ਲਗਾਉਣ ਦਾ ਕੋਈ ਸਹੀ ਸਮਾਂ ਆਊਗਾ ਹੂੰ ਜਿਹੜਾ ਨਾ ਇਹ ਇਹ ਜਿਹੜੀਆਂ ਚੀਜ਼ਾਂ ਇਹ ਸਾਨੂੰ ਕਮ ਸਿਕਮੇ ਸਮਝਣ ਦੀ ਲੋੜ ਹੈ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਇਦਾਂ ਡਰਾਉਣਾ ਨਹੀਂ ਇਹ ਐਸੇ ਹੋ ਸਾਇੰਸ ਵਾਲਾ ਐਕਸਪੈਰੀਮੈਂਟ ਨਹੀਂ ਬਣਨਾ ਵੀ ਜਿਹੜਾ ਕੋ ਆਜ਼ਾਦੀ ਦੀ ਗੱਲ ਕਰਦਾ ਤੇ ਉਹਨੂੰ ਅਸੀਂ ਆਪ ਹੀ ਡਰਾ ਦਈਏ ਹਕੂਮਤੋਂ ਦੇ ਨਾ ਕਰੇ ਜਾਂ ਨਾ ਕਰੇ ਕੁਝ ਇਹ ਇਹ ਜਿਹੜਾ ਨਾ ਇਹ ਸਿਚੁਏਸ਼ਨ ਜਿਹੜੀ ਇੱਥੇ ਬਣ ਬਣ ਚੁੱਕੀ ਹੈ ਤੁਸੀਂ ਇਹ ਨਾ ਸਮਝੋ ਵੀ ਜੇ ਤੁਸੀਂ ਬਿੱਲ ਵਾਪਸ ਵੀ ਕਰਾ ਕੇ ਆਗੇ ਤੇ ਸਿੱਖਾਂ ਨੂੰ ਜਿਹੜਾ ਵਾ ਮੋਦੀ ਬੜਾ ਗੱਲ ਨਾਲ ਲਾਊਗਾ ਮੋਦੀ ਨੂੰ ਇਸ ਗੱਲ ਦਾ ਪਤਾ ਹੈ ਵੀ ਤੁਸੀਂ ਜਿਹੜਾ ਵਾ ਕੀ ਨਾ ਲਈਦਾ ਵਾ ਜਿਹੜਾ ਉਹਦਾ ਰੱਥ ਤੁਰਿਆ ਜਾਂਦਾ ਸੀ ਨਾ ਹਿੰਦੂ ਰਾਸ਼ਟਰ ਦਾ ਜਿਹਨੂੰ ਮੁਸਲਮਾਨ ਨਹੀਂ ਰੋਕ ਸਕੇ ਜਿਹਨੂੰ ਕਸ਼ਮੀਰ ਦੇ ਨੱਪੜ ਤੇ ਨਹੀਂ ਰੁਕਿਆ ਜਿਹੜਾ ਕਿਸੇ ਵੀ ਤਰੀਕੇ ਨਾਲ ਨਹੀਂ ਰੁਕਿਆ ਤੇ ਜੇ ਬਿੱਲ ਵਾਪਸ ਹੁੰਦੀ ਤਾਂ ਉਹਨੂੰ ਪਤਾ ਇਹ ਰੁਕ ਜਾਣਾ ਨਹੀਂ ਤੇ ਇਹ ਨਰੀ ਪੈਸਿਆਂ ਦੀ ਖੇਡ ਨਹੀਂ ਬਚੀ ਜੇ ਪੈਸਿਆਂ ਦੀ ਖੇਡ ਹੁੰਦੀ ਆਬਾਨੀ ਦੀ ਜਿੰਨੀ ਜਦਾਦ ਘਟੀ ਜਾਂਦੀ ਹੈ ਦਿਨੋਂ ਦਿਨ ਉਹ ਕਹਿੰਦਾ ਵੀ ਕੋਈ ਨਹੀਂ ਬਿੱਲ ਰਹਿਣ ਦੋ ਹਜੇ ਬਾਅਦ ਕਰ ਲਾਂਗੇ ਇਹ ਮੋਦੀ ਦੀ ਇਮੇਜ ਦਾ ਮੋਦੀ ਦੀ ਇਮੇਜ ਦਾ ਸਵਾਲ ਬਣ ਗਿਆ ਜਿਹੜਾ ਇਹ ਜਿਹੜੀ ਮੈਜੋਰਿਟੀ ਸਮਝਦੀ ਹੈ ਨਾ ਮੋਦੀ ਹਾਰ ਨਹੀਂ ਸਕਦਾ ਇਹ ਉਹਦੀ ਇਮੇਜ ਦਾ ਸਵਾਲ ਬਣ ਗਿਆ ਤਾਂ ਮੋਦੀ ਅੜਿਆ ਤੇ ਜੇ ਉਹ ਹਾਰਦਾ ਤੇ ਉਹਨੇ ਬਾਅਦ ਚੋਂ ਜਦੋਂ ਇੰਦਰਾ ਨੇ ਅ ਐਮਰਜੈਂਸੀ ਦੇ ਵਿੱਚ ਸਿੱਖਾਂ ਦੇ ਜਿਹੜਾ ਇੰਦਰਾ ਦਾ ਵਿਰੋਧ ਕੀਤਾ ਸੀ ਨਾ ਉਹ ਐਮਰਜੈਂਸੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇੰਦਰਾ ਨੇ ਸਿੱਖਾਂ ਦੇ ਨਾਲ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕੁਝ ਕੀਤਾ ਸੀ ਉਹ ਕੁਝ ਸਾਡੇ ਨਾਲ ਫੇਰ ਹੋਣਾ ਹੈ ਕਿਉਂਕਿ ਅਸੀਂ ਗੁਲਾਮ ਹਾਂ ਗੁਲਾਮਾਂ ਦਾ ਜਿਹੜਾ ਨਾ ਇਹ ਇਹ ਨਹੀਂ ਹੁੰਦਾ ਵੀ ਜੇ ਕੋਈ ਤੁਹਾਡੀਆਂ ਚਾਰ ਸਿਫਤਾਂ ਕਰਦੇ ਕੋਈ ਆਪਣੇ ਮਾਲਕ ਆਪਣੇ ਨੌਕਰ ਦੀਆਂ ਚਾਰ ਸਿਫਤਾਂ ਕਰਦੇ ਵੀ ਇਹ ਬੜਾ ਤਿਆਗੂ ਆ ਇਹ ਇਹਨੇ ਤਿਆਗ ਕੀਤਾ ਜੀ ਬੜਾ ਸੇਵਾਦਾਰ ਆ ਮੇਰਾ ਇਹਦਾ ਮਤਲਬ ਇਹ ਇਹ ਨਹੀਂ ਵੀ ਮਾਲਕ ਦੇ ਤੁਸੀਂ ਜਾ ਕੇ ਪਲਾਂਗੇ ਤੇ ਬਹਿ ਸਕਦੇ ਜੋ ਇਹ ਉਹਨਾਂ ਨੂੰ ਦੱਸ ਦਿੱਤਾ ਨਾ ਕੱਲ ਤੁਹਾਨੂੰ ਉਹ ਅਦਾਲਤ ਤੇ ਝੰਡਾ ਚੜਾਉਣ ਤੇ ਕੋਈ ਗੱਲ ਨਹੀਂ ਆਪਣਾ ਤੁਸੀਂ ਹੀ ਅਦਾਲਤ ਕਿੰਨੇ ਚੜਾ ਦਿਓ ਤੇ ਉਹ ਉਹਦੇ ਨਾਲ ਤੁਹਾਡੀ ਨਸ਼ਲ ਖੁਸ਼ੀ ਦਾ ਖਤਰਾ ਹੈ ਸੋ ਇਸ ਕਰਕੇ ਇੰਨੀ ਇੱਕ ਬੇਨਤੀ ਹੈ ਪੀ ਇਹ ਜਿਹੜਾ ਵਾ ਨਿਰਾਸ਼ਾ ਜਿਹੜੀ ਹੈ ਨਾ ਕੌਮ ਦੇ ਵਿੱਚ ਇਹ ਆਪਾਂ ਭਰ ਨਹੀਂ ਬੰਦ ਕਰੀਏ ਨੌਜਵਾਨਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਉੱਥੇ ਚੜਤੀ ਕਲਾਜ ਰਹੋ ਪਰ ਕਿਸੇ ਆਗੂ ਦੀ ਗਲਤੀ ਯਕੀਨ ਨਹੀਂ ਕਰਦਾ ਕਿਉਂਕਿ ਇਹ ਵੀਡੀਓ ਬਣਾ ਕੇ ਮੁਕਰ ਗਏ ਆਪਣੇ ਕੋ ਸਾਰੇ ਲੋਕਾਂ ਦੀ ਵੀਡੀਓ ਪਈਆਂ ਵਾ ਇਹ ਸਾਰੇ ਲੋਕ ਬਿਆਨ ਦੇ ਕੇ ਮੁਕਰੇ ਆ ਵੀ ਹਾਂ ਵੀ ਅਸੀਂ ਉਧਰ ਜਾਣਾ ਅਸੀਂ ਲਾਲ ਕਿਲੇ ਤੇ ਜਾਣਾ ਅਸੀਂ ਆ ਕਰਨਾ ਠੀਕ ਹੈ ਤੇ ਬਾਅਦ ਚ ਇਹਨਾਂ ਨੇ ਸਾਰੇ ਪਾਸਿਓਂ ਮੁਕਰ ਗਏ ਤੇ ਫਿਰ ਨੌਜਵਾਨਾਂ ਦੇ ਉੱਤੇ ਇਲਜ਼ਾਮ ਲਾਇਆ ਜਿੰਨਾ ਸੰਘਰਸ਼ ਕੀਤਾ ਤੇ ਹੁਣ ਮੈਨੂੰ ਦੱਸੋ ਵੀ ਦੂਜੇ ਨੌਜਵਾਨ ਕਿਉਂਸ ਕਰਚ ਕਰਨ ਤੁਹਾਡੇ ਕਹਿਣ ਤੇ ਨੌਜਵਾਨ ਆਪਣੇ ਆਗੂ ਚੁੜਨ ਆਪ ਵੇਖਣ ਸਿਆਣੇ ਆ ਸਾਰੇ ਕਿੱਦਾਂ ਕਰਨਾ ਬਿੱਲ ਵਾਪਸ ਕਰਾਉਣੇ ਆ ਇਹ ਇਹ ਜੇ ਮੋਦੀ ਦੀ ਅਣਕ ਦਾ ਸਵਾਲ ਹੈ ਤੇ ਸਾਡੀ ਵੀ ਅਣਕ ਦਾ ਸਵਾਲ ਹੈ ਪਰ ਬਿੱਲ ਵਾਪਸ ਕਰਾਉਣ ਦੇ ਚੱਕਰ 'ਚ ਇੱਕ ਕਾਮਰੇਡਾਂ ਦੇ ਥੱਲੇ ਨਹੀਂ ਅਸੀਂ ਲੱਗਣਾ ਵੀ ਜੇ ਅਸੀਂ ਸੈਂਟਰ ਦੀ ਸਰਕਾਰ ਨਾਲ ਮੱਥਾ ਲਾ ਰਹੇ ਆ ਨਾ ਇਕੱਲੇ ਪੰਜਾਬ 'ਚੋਂ ਜਾ ਕੇ ਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹਨਾਂ ਲੱਲੂ ਬੰਦਿਆਂ ਦੇ ਥੱਲੇ ਲੱਗ ਜਾਣਾ ਇਹ ਕੌਣ ਹੁੰਦੇ ਨੇ ਵਿਚ ਆਉਣ ਵਾਲੇ ਵਿਚੋਲੀ ਬਣਨ ਵਾਲੇ ਇਹਨਾਂ ਨੂੰ ਤਾਂ ਵੇਚ ਲਾਇਆ ਸੀ ਵੀ ਇਹ ਕਹਿੰਦੇ ਸੀ ਕਿ ਕਿਸਾਨ ਆਗੂਆਂ ਕਿਸਾਨ ਆਗੂਆਂ ਨਾਲ ਤਾਂ ਕੰਮ ਹੀ ਨਹੀਂ ਕੋਈ ਰਿਹਾ ਇਹ ਕਦੀ ਬੈਂਤੇ ਬਚਣ ਨੂੰ ਆਪਣਾ ਦੋਸਤ ਕਹਿੰਦੇ ਆ ਕਦੀ ਇਹ ਕਹਿੰਦੇ ਵੀ ਸਟੇਜਾਂ ਤੇ ਚੜ੍ਹ ਕੇ ਵੀ ਅਸੀਂ ਖੜਗਵਾਦ ਦੇ ਖਿਲਾਫ ਅਸੀਂ ਉਹ ਅਤਵਾਦੀਆਂ ਨੂੰ ਐ ਕਰ ਦਿੱਤਾ ਜੀ ਕਰ ਦਿੱਤਾ ਹਨਾ ਉਹਨਾਂ ਸਾਡੇ ਇੰਨੇ ਬੰਦੇ ਮਾਰ ਦਿੱਤੇ ਮਤਲਬ ਜੇ ਇਹਨਾਂ ਨੂੰ ਕੋਈ ਸ਼ਰਮਝਾ ਨਹੀਂ ਹੈਗੀ ਵੀ ਅਸੀਂ ਵੀ ਇਹਦੀ ਮੋਰਚੇ ਦੀ ਕੋਈ ਮर्यादा ਰੱਖਣੀ ਆ ਇੱਥੇ ਦੂਜੇ ਲੋਕ ਆ ਤੇ ਅਸੀਂ ਉਹਨਾਂ ਦੀ ਭਾਵਨਾਵਾਂ ਨੂੰ ਥੇਸ ਨਹੀਂ ਪਹੁੰਚਾਉਣੀ ਸੋ ਇਹ ਗੱਲ ਆ ਵੀ ਇੰਨਾਂ ਬੰਦਿਆਂ ਦੇ ਉੱਤੇ ਜਿਹੜਾ ਨਾ ਬਹੁਤਾ ਇਤਵਾਰ ਅਸੀਂ ਨਹੀਂ ਕਰਨਾ ਤੇ ਜੋ ਹੋ ਰਿਹਾ ਵਾ ਗੁਰੂ ਸਾਹਿਬ ਦੀ ਰਜ਼ਾ ਚ ਹੋ ਰਿਹਾ ਵਾ ਹੈ ਇਹ ਨੰਗੇ ਹੋਣਗੇ ਬਹੁਤ ਛੇਤੀ ਚ ਹੋ ਗਏ ਆ ਜਿਹੜੇ ਰਹਿੰਦੇ ਖੁੰਦੇ ਉਹ ਵੀ ਹੋ ਜਾਣਗੇ ਤੇ ਆਪਾਂ ਇਹਨਾਂ ਨੂੰ ਇਹਨਾਂ ਬੰਦਿਆਂ ਦੇ ਉੱਤੇ ਥੋੜਾ ਚੇਤਨ ਰਹਿਣਾ ਜਿੰਨਾ ਆਪਾਂ ਹਕੂਮਤ ਤੋਂ ਚੇਤਨ ਰਹਿਣਾ ਹੈ ਨਾ ਕਿ ਉਹ ਸਾਡੇ ਨਾਲ ਕੁਝ ਨਾ ਕਰੇ ਇਹ ਕਾਮਰੇਟਾਂ ਤੋਂ ਵੀ ਰਹਿਣਾ ਕਿਉਂਕਿ ਇਹਨਾਂ ਨੇ ਭੱਜਣਾ ਜੇ ਆਗੂਆਂ ਨੇ ਉੱਥੋਂ ਇਹ ਹੋ ਸਕਦਾ ਆਪਣੀ ਗ੍ਰਿਫਤਾਰੀ ਕਰਾ ਲੈਣ ਭੱਜ ਭੱਜ ਕੇ ਕਿ ਆਹਨੂੰ ਤੇ ਦੇਖੋ ਜੀ ਗ੍ਰਿਫਤਾਰ ਕਰਕੇ ਲੈ ਗਏ ਆ ਤੋ ਅਸੀਂ ਕੁਝ ਵੀ ਕਰੋ ਤੁਸੀਂ ਇਹ ਨਾਰਾ ਦੇ ਕੇ ਆਏ ਸੀ ਵੀ ਜਿੱਤਾਂਗੇ ਜਾਂ ਮਰਾਂਗੇ ਤੇ ਜੇ ਤੁਸੀਂ ਉਦਾਂ ਕਿਹਾ ਨਾ ਵੀ ਸਾਨੂੰ ਫਰਾਲਿਆਂ ਦੇ ਗ੍ਰਫਤਾਰ ਕਰਤਾ ਜੀ ਝੰਡਾ ਚਲਾਦਾ ਤਾਂ ਕੁਝ ਹੋ ਗਿਆ ਇਹਨਾਂ ਗੱਲਾਂ ਦਾ ਕੋਈ ਇੰਪੈਕਟ ਨਹੀਂ ਹੈਗਾ ਕਿ ਤੁਸੀਂ ਭੱਜਣ ਦੇ ਰਾਹ ਨਾ ਲੱਭੋ ਇਹ ਜੇ ਤੁਸੀਂ ਭੱਜਣ ਦੇ ਰਾਹ ਲੱਭੋਗੇ ਤੇ ਲੰਗੋਵਾਲ ਜਿਹੜਾ ਸੀ ਨਾ ਲੰਗੋਵਾਲ ਨੂੰ ਲੱਗਦਾ ਸੀ ਵੀ ਮੈਂ ਮਤਲਬ ਇੰਨੇ ਨੌਜਵਾਨਾਂ ਦਾ ਨੁਕਸਾਨ ਕਰਾ ਕੇ ਇੰਨੀ ਕੌਮ ਨੂੰ ਖਜਲ ਖਵਰੀ ਕਰਾ ਕੇ ਤੇ ਕੋਈ ਨਹੀਂ ਮਕੱਲਾ ਸਮਝਾਉਦਾ ਕਰਨ ਦੇ ਕਾਬਿਲ ਹੈਗਾ ਤੇ ਫਿਰ ਉਹ ਪਤਾ ਹੀ ਹੈ ਤੁਹਾਨੂੰ ਉਹ ਆਪ ਹੀ ਕਹਿੰਦਾ ਵਾ ਆਪਣਾ ਹਰਦੂ ਸਿੰਘ ਮਾਨਸਾ ਵੀ ਅਸੀਂ ਫਿਰ ਲੰਗੋਵਾਲ ਦਾ ਸਾਨੂੰ ਅਸਰ ਪਤਾ ਇਹ ਕਰਕੇ ਇਹ ਆ ਵੀ ਨੌਜਵਾਨਾਂ ਦੇ ਸਿਰ ਤੇ ਇਲਜ਼ਾਮ ਸੁੱਟਿਆ ਬਦਲ ਚਰ ਗੱਲ ਨਹੀਂ ਬਣਨੀ ਆਪਣੀਆਂ ਡਿਊਟੀਆਂ ਸੰਭੋ ਤੇ ਨੀਵੇਂ ਹੋ ਕੇ ਰੋ ਨੌਜਵਾਨਾਂ ਦਾ ਸਤਿਕਾਰ ਕਰੋ ਜਿਨ੍ਹਾਂ ਤੁਹਾਨੂੰ ਇੱਥੇ ਪਹੁੰਚਾਇਆ ਹੈ ਬਾਕੀ ਜੇ ਕਿਸੇ ਵੀਰ ਭਰਾ ਨੇ ਕੋਈ ਕਰਨਾ ਹੋਵੇ ਹੋਰ ਸਵਾਲ ਤੇ ਮੈਂ ਉਹਨੂੰ ਐਡ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਹੋ ਨਹੀਂ ਰਿਹਾ ਤੇ ਬਾਕੀ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਨੌਜਵਾਨ ਨੇ ਝੰਡਾ ਚਲਾਇਆ ਸੀ ਨਾ ਉਹਦੇ ਪਰਿਵਾਰ ਨੂੰ ਹੋ ਸਕਦਾ ਪ੍ਰਸ਼ਾਸਨ ਤੰਗ ਕਰੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹਨਾਂ ਨੂੰ ਇਨਵੋਲਡ ਹੋ ਕੇ ਵੀ ਇਹ ਜੇ ਤੇ ਉਹਨਾਂ ਨੂੰ ਕੋਈ ਵੀ ਝੰਡਾ ਚੁਲਾਉਣਾ ਗਨਾਹ ਆ ਨਾ ਇਹ ਖਾਲਸੇ ਦਾ ਤੇ ਫਿਰ ਸਿੱਖ ਰੈਜੀਮੈਂਟ ਨੂੰ ਵੀ ਕਹੋ ਵੀ ਇਹ ਝੰਡਾ ਨਹੀਂ ਚੁਲਾਉਣਾ ਨਹੀਂ ਅੱਜ ਤੋਂ ਬਾਅਦ ਚੈਨਾ ਤੇ ਬਟਰਾਂ ਤੇ ਹੈ ਜੇ ਝੰਡਾ ਚੁਲਾਉਣਾ ਗਨਾਹ ਆ ਤਾਂ ਫਿਰ ਤੁਸੀਂ ਇਦਾਂ ਕਰੋ ਵੀ ਉਹਨਾਂ ਨੂੰ ਕਹੋ ਵੀ ਗੁਰਦੁਆਰਿਆਂ ਤੋਂ ਵੀ ਝੰਡਾ ਲਾ ਦਿਓ ਵੀ ਗੋਮ ਨੂੰ ਕਮ ਸੇ ਕਮ ਗ੍ਰਾਮੀ ਦਾ ਅਹਿਸਾਸ ਤੇ ਕਰਾਓ ਸਾਨੂੰ ਸਾਨੂੰ ਵੀ ਸਾਨੂੰ ਐ ਲੱਗਦਾ ਵੀ ਆਜ਼ਾਦ ਉਜੂਦ ਅਸੀਂ ਕੁਛ ਨਹੀਂ ਇਹ ਸਾਨੂੰ ਵਹਿਮ ਚ ਰੱਖਿਆ ਗਿਆ ਇਸ ਕਰਕੇ ਜਿਹੜੀ ਇਹ ਚੀਜ਼ ਨਾ ਵੀ ਉਹ ਨੌਜਵਾਨ ਜਿਹਨੇ ਚੰਚ ਲਾਇਆ ਹੈ ਜਾਂ ਜਿਹੜੇ ਦੂਜੇ ਜਿਹੜੇ ਵੀ ਬੰਦੇ ਇਸ ਇਨਵੋਲਡ ਹੈ ਜਿਨ੍ਹਾਂ ਦੇ ਪਰਚੇ ਹੁੰਦੇ ਜਾਂ ਉਹਨਾਂ ਦਾ ਕੋਈ ਕੇਸ ਹੁੰਦੇ ਆ ਕੌਮ ਨੂੰ ਉਹਨਾਂ ਦੀ ਪਰਵਾਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਇਹਨਾਂ ਬੰਦਿਆਂ ਨੇ ਪਰਚੇ ਕਰਾਏ ਆ ਕਹਿ ਕੇ ਜਿਹੜੇ ਇਹ ਬੰਦੇ ਆ ਨਾ ਆਪਣੇ ਕਿਸਾਨ ਯੂਨੀਅਨ ਦੇ ਆਗੂ ਆ ਇਹਨਾਂ ਬੰਦਿਆਂ ਨੇ ਪਰਚੇ ਕਰਾਏ ਆ ਤੇ ਜਿਹੜੇ ਨੌਜਵਾਨ ਡਕੇ ਆ ਨਾ ਸਰਕਾਰ ਨੇ ਉਥੇ ਇਹ ਕਿਸਾਨ ਯੂਨੀਅਨ ਦਾ ਹੀ ਆਗੂਆਂ ਦਾ ਫਰਜ਼ ਬਣਦਾ ਹੈ ਹੈ ਕੋਈ ਨਹੀਂ ਗਾਂ ਤੋਂ ਤੇ ਮਤਲਬ ਇਹਨਾਂ ਨੂੰ ਨਹੀਂ ਕਹਿੰਦੇ ਗਾਂ ਤੋਂ ਨੌਜਵਾਨ ਆਪਣੀ ਆਪਣਾ ਵੇਖਣਗੇ ਵੀ ਅੱਗਾ ਪਿਛਾ ਵੀ ਅਹੀਂ ਕਰਨਾ ਕੀ ਕਰਨਾ ਨਹੀਂ ਕੀ ਨਹੀਂ ਕਰਨਾ ਹਾਲ ਦੀ ਘੜੀ ਇਹਨਾਂ ਦਾ ਫਰਜ਼ ਬਣਦਾ ਹੈ ਕਰੋਨਾ ਅਰਬਾਂ ਰੁਪਏ ਇਹਨਾਂ ਨੇ ਇਕੱਠਾ ਕਰ ਲਿਆ ਉੱਥੇ ਤੇ ਘਟੋ ਘਟੇ ਇਹ ਰੁਲਦੂ ਸਿੰਘ ਮਾਨਸਾਹਲ ਦਾ ਤੇ ਸ਼ਾਇਦ ਬਿਆਨ ਆਇਆ ਵੀ ਅਸੀਂ ਛਡਾਵਾਂਗੇ ਤੇ ਨੁਕਸਾਨ ਦੀ ਪਰਪਾਈ ਕਰਾਂਗੇ ਸਾਰਾ ਕੁਝ ਇਹ ਦੇ ਨਾਲ ਇਹ ਵੀ ਇਹਨਾਂ ਨੂੰ ਜਿਹੜਾ ਵਾ ਕਾਨੂੰਨ ਚਾਹੀਦੇ ਹੁਣ ਮੈਨੂੰ ਇਹ ਖਬਰ ਮਿਲੀ ਹੈ ਵੀ ਇਹ ਨੌਜਵਾਨਾਂ ਨੂੰ ਫੋਨ ਕਰਦੇ ਫਿਰਦੇ ਆ ਵੀ ਚਲੋ ਹੁਣ ਕੀ ਕਰੀਏ ਦੱਸੋ ਅੱਗੇ ਤੇ ਇਸ ਕਰਕੇ ਇਹ ਜਿਹੜਾ ਨਾ ਇਸ ਗੱਲ ਤੋਂ ਇਹਨਾਂ ਨੂੰ ਵੀ ਕੰਨ ਹੋ ਗਏ ਆ ਜਥੇਬੰਦੀਆਂ ਨੂੰ ਵੀ ਤੇ ਇਹਨੂੰ ਹੋ ਗਿਆ ਵੀ ਜਿਹੜੇ ਬੰਦੇ ਵੀ ਸਾਡੇ ਇਸ ਇਸ ਸੰਘਰਸ਼ ਵਿੱਚ ਕੋਈ ਵੀ ਬੰਦਾ ਇਨਵੋਲਡ ਆ ਭਾਵੇਂ ਉਹ ਦੀਪ ਸਿੱਧੂ ਆ ਤੇ ਭਾਵੇਂ ਉਹ ਲਖਾ ਸਧਾਨਾ ਦੇ ਭਾਵੇਂ ਉਹ ਨਿਸ਼ਾਨ ਸਿੰਘ ਚਲਾਉਣ ਵਾਲਾ ਮੁੰਡਾ ਹੈ ਤੇ ਭਾਵੇਂ ਉਹ ਜਿਹੜੇ ਮਰਜੀ ਬੰਦੇ ਆ ਉਹ ਬੰਦੇ ਦੇ ਉੱਤੇ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਕਿਸਾਨ ਆਗੂ ਦੇ ਜ਼ਿੰਮੇਵਾਰ ਆ ਕਿਉਂਕਿ ਇਹਨਾਂ ਨੇ ਹਕੂਮਤ ਨੂੰ ਚਿੱਠੀਆਂ ਲੇਖ ਲੈ ਕੇ ਸਾਡੇ ਬੰਦਿਆਂ ਤੇ ਕੇਸ ਪਵਾਏ ਆ ਬਾਈ ਬੱਬੂ ਮਾਨ ਆਰ ਕੇ ਬੰਦਿਆਂ ਦੀ ਆਪਾਂ ਬਹੁਤੀ ਗੱਲ ਨਹੀਂ ਕਰਦੇ ਮਸਲਾ ਕੀ ਆ ਨਾ ਵੀ ਉਹ ਬੰਦੇ ਜਿਹੜੇ ਆ ਨਾ ਉਹ ਮੌਕਾ ਪ੍ਰਸਤ ਕਿਸਮ ਦੇ ਬੰਦੇ ਆ ਹੈ ਜਿਨ੍ਹਾਂ ਦੇ ਕਹਿਣੀ ਹੋ ਰਿਹਾ ਕਰਨੀ ਹੋ ਰਿਹਾ ਜਿਹੜੇ ਜਿਹੜੇ ਗੀਤ ਇਹ ਗਾਉਣ ਵੀ ਮੌਤ ਤੋਂ ਮੂਲ ਨਾ ਡਰਦੇ ਤੇ ਜਿਹੜੇ ਮੌਤ ਦੇ ਵਪਾਰੀ ਨੇ ਤੇ ਬਾਅਦ ਚ ਜਦੋਂ ਚਾਲ ਡਾਂਗਾ ਪੈ ਜਾਣ ਤੇ ਫਿਰ ਉਸੇ ਵੇਲੇ ਕਹਿ ਦੇਣ ਵੀ ਮਤਲਬ ਤਾਰ ਤਰ ਕੰਬਲ ਲੱਗ ਪੈਣ ਤੇ ਉਹ ਉਹ ਬੰਦੇ ਦੀ ਆਪਾਂ ਕੀ ਗੱਲ ਕਰਨੀ ਹੈ ਕਲਾਕਾਰਾਂ ਦੇ ਉੱਤੇ ਬਹੁਤਾ ਆਪਾਂ ਧਿਆਨ ਨਹੀਂ ਰੱਖਦੇ ਹਾਂ ਕਲਾਕਾਰਾਂ ਨੇ ਵਧੀਆ ਜਿਹੜੀ ਹੀ ਬਣਾਈ ਸੀ ਮੇਜ ਪਰ ਜਿਹੜਾ ਕਲਾਕਾਰਾਂ ਨੇ ਬਾਅਦ ਚ ਜਿਹੜੀ ਜਦੋਂ ਕਿਉਂਕਿ ਜਦੋਂ ਤੁਸੀਂ ਕਿਸੇ ਕੌਮ ਨੂੰ ਕਿਸੇ ਚੀਜ਼ ਵਾਸਤੇ ਤਿਆਰ ਕਰਦੇ ਜੋ ਨਾ ਤੇ ਤੁਸੀਂ ਜਦੋਂ ਬਹੁਤ ਜਸ਼ੀਲੇ ਗਾਣੇ ਤੇ ਸਭ ਕੁਝ ਗਾਉਂਦੇ ਜੋ ਉਹ ਤੋਂ ਬਾਅਦ ਫਿਰ ਜੇ ਤੁਸੀਂ ਬੈਕ ਆਊਟ ਕਰਦੇ ਜੋ ਤੁਹਾਡੀ ਤੁਹਾਨੂੰ ਵੀ ਖੁਦ ਤੋਂ ਪਤਾ ਸੀ ਸਾ ਤੇ ਵੇਖਣਾ ਹੀ ਨਾ ਬੰਦੇ ਨੇ ਅਕਸਰ ਹੈ ਸਾ ਤੇ ਵੇਖਣਾ ਹੀ ਬੰਦੇ ਨੇ ਅਕਸਰ ਵੀ ਹਾਂ ਵੀ ਮੈਂ ਕਹਿੰਦਾ ਕੀ ਸੀ ਤੇ ਮੈਂ ਕਰਦਾ ਕੀ ਆ ਇਦਾਂ ਨਹੀਂ ਨਾ ਹੋ ਸਕਦਾ ਵੀ ਤੁਸੀਂ ਕਈ ਕੁਛ ਜਾਓ ਤੇ ਕਰੀ ਕੁਛ ਜਾਓ ਤੇ ਕੰਮ ਕਰ ਵੀ ਠੀਕ ਹੈ ਠੀਕ ਹੈ ਚਲੋ ਕੁਝ ਭੇਡਾਂ ਜਿਹੜੀਆਂ ਕਹੀ ਜਾਣਗੀਆਂ ਪਰ ਲੋਕਾਂ ਨੂੰ ਵਿਰੋਧ ਕਰਨ ਦੀ ਜਿਹੜੇ ਵੀ ਬੰਦਿਆਂ ਨੇ ਕੱਲ ਪੈਨਿਕ ਚ ਆ ਕੇ ਮੈਂ ਸਮਝਦਾ ਪੈਨਿਕ ਹੋ ਕੇ ਬਹੁਤ ਲੋਕਾਂ ਨੇ ਨਾ ਡਰ ਕੇ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਨੇ ਕਹਿਤਾ ਵੀ ਬੜਾ ਗਲਤ ਹੋ ਗਿਆ ਜੀ ਬੜਾ ਗਨਾਹ ਹੋ ਗਿਆ ਜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਖਤਮ ਹੋ ਗਈ ਡੈਮੋਕ੍ਰੇਸੀ ਹੈ ਨਹੀਂ ਹਿੰਦੁਸਤਾਨ ਦੇ ਵਿੱਚ ਇਹ ਲੋਕਾਂ ਨੂੰ ਇਹ ਮੈਂ ਚਲੋ ਹੁਣ ਆਪਾਂ ਨੂੰ ਇਜਾਜ਼ਤ ਦਿਓ ਮੈਂ ਉਹਦਾ ਕੋਸ਼ਿਸ਼ ਕਰ ਰਿਹਾ ਵੀ ਜੇ ਕੋਈ ਬੰਦਾ ਹੈਡ ਹੋ ਜੇ ਪਰ ਹੋ ਨਹੀਂ ਸਕਦਾ ਕੋਈ ਬੰਦਾ ਕਿਉਂਕਿ ਪਤਾ ਨਹੀਂ ਕੀ ਚੱਕਰ ਪਿਆ ਹੈ ਤੇ ਅ ਬਾਕੀ ਜਿਹੜੀ ਕੋਈ ਗੱਲਬਾਤ ਰਹਿ ਗਈ ਹੋਵੇ ਕੋਈ ਨਹੀਂ ਫਿਰ ਕਿਸੇ ਦਿਨ ਕਰ ਲਾਂਗੇ ਆਪਾਂ ਤੇ ਬਾਜੀ ਦੀਪ ਸਿੱਧੂ ਬਾਰੇ ਇਹੋ ਹੀ ਗੱਲ ਹੈ ਵੀ ਦੀਪ ਸਿੱਧੂ ਨੂੰ ਕਹੀ ਜਾਂਦੇ ਲੋਕ ਵੀ ਉਹ ਫਲਾਣੀ ਏਜੰਸੀ ਦਾ ਬੰਦਾ ਹੈ ਫਲਾਣੇ ਦਾ ਬੰਦਾ ਹੈ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਪਾਸੇ ਆਪਾਂ ਕਹਿੰਨੇ ਆ ਵੀ ਆਰਐਸਐਸ ਜਿਹੜੀ ਆ ਉਹ ਕਹਿੰਦੀ ਹੈ ਵੀ ਸਿੱਖ Hindu ਆ ਆਰਐਸਐਸ ਆ ਗਿਆ ਨੇ ਮੰਡਰ ਗਏ ਜਾਂ ਆ ਦੂਜੇ ਬੰਦੇ ਆ ਜਿਹੜੇ ਮਤਲਬ ਸਿੱਖਾਂ ਨੂੰ ਹਿੰਦੂ ਦੱਸਣ ਵਾਲੇ ਬੰਦੇ ਜਿਹੜੇ ਆ ਗੁਰਦੁਆਰਿਆਂ ਸਾਡੀਆਂ ਚ ਵੜੇ ਪਏ ਆ ਹਨ ਉਹ ਇੱਕ ਪਾਸੇ ਆਪਾਂ ਕਹਿੰਨੇ ਆਰਐਸਐਸ ਦੇ ਉਹ ਬੰਦੇ ਆ ਜਿਹੜੇ ਕਹਿੰਦੇ ਵੀ ਸਿੱਖ ਦੀ ਦੂਰਾਸ਼ਟਰ ਦਾ ਬੜਾ ਪ੍ਰੇਮ ਕਰਦੇ ਆ ਹਨ ਇਹ ਕਾਰਸਿਸ ਤੇ ਬੰਦੇ ਉਹ ਆਪਾਂ ਕਹੀ ਜਾਨੇ ਦੂਜੇ ਪਾਸੇ ਆਪਾਂ ਕਹੀ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੀ ਵਾਧੂ ਅਧਿਕਾਰਾਂ ਦੀ ਗੱਲ ਕਰਦੇ ਆ ਜਿਹੜੇ ਸੰਤਾਂ ਦੀ ਗੱਲ ਕਰਦੇ ਉਹ ਵੀ ਆਰਐਸਐਸ ਦੇ ਬੰਦੇ ਆ ਵੀ ਇਹਨਾਂ ਲੋਕਾਂ ਨੂੰ ਇਹਨਾਂ ਨੇ ਇੰਨੀ ਗੱਲ ਦੀ ਇਕੱਲੀ ਹੈਗੀ ਵੀ ਇਹਨਾਂ ਨੂੰ ਲੱਗਦਾ ਹੈ ਵੀ ਉਸ ਨੈਰੇਟਿਵ ਨੂੰ ਦੁਬਾਰਾ ਖੜਾ ਕਰੂਗੀ ਖਾਲਸਾਤਾਨ ਦੇ ਨੈਰੇਟਿਵ ਨੂੰ ਜਿਹਨੂੰ ਸਟੇਟ ਨੂੰ ਲੱਗਦਾ ਵੀ ਅਸੀਂ ਖਤਮ ਬੜੀ ਮੁਸ਼ਕਲ ਨਾਲ ਕੀਤਾ ਹੈ ਹਾਂ ਉਸ ਨੈਰੇਟਿਵ ਨੂੰ ਸਰਕਾਰ ਆਪਣੇ ਬੰਦੇ ਲਾ ਕੇ ਆਪ ਦੁਬਾਰਾ ਖੜਾ ਕਰੂਗੀ ਵੀ ਜਿਹੜਾ ਵੀ ਅੱਜ ਦੇ ਸਮੇਂ ਉਹ ਇਹ ਉਹ ਗੱਲ ਹੈ ਭਾਜੀ ਬੰਦਰਾਂ ਵਾਲੀ ਦੀਪ ਸਿੱਧੂ 'ਚ ਕਸੂਰ ਹੈ ਨਹੀਂ ਕਿਸ ਗੱਲ ਦਾ ਪਰ ਇਹ ਕੌਮ ਡਰ ਜਾਂਦੀ ਹੈ ਜਦੋਂ ਕੋਈ ਬੰਦਾ ਗੱਲ ਕਰ ਦਿੰਦਾ ਨਾ ਜਿਹੜੀ ਸੰਤਾਰੀ ਵੀ ਇਦਾਂ ਕਰਦੇ ਸੀ ਤੇ ਇਹ ਜਿਹੜੇ ਵੀ ਬੰਦਿਆਂ ਨੇ ਗੱਲ ਕੀਤੀ ਹੈ ਉਹਨਾਂ ਵਰੀ ਇਹ ਡਰ ਕੇ ਮਤਲਬ ਇਹੋ ਜਿਹੀ opinion ਰੱਖ ਲੈਂਦੇ ਆ ਆਪਣੀ ਤੇ ਉਹ ਉਹ ਉਹਨੂੰ ਕਹਿਣ ਲੱਗ ਪੈਂਦੇ ਨੇ ਵੀ ਇੱਕ ਦੇ ਨਿਰਜੀ ਰੰਜਿਸ਼ ਵੀ ਉਨੇ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਭਈ ਕਿਉਂ ਕਰਦੇ ਨਹੀਂ ਕੁਛ ਹਨਾ ਤੁਸੀਂ ਇਹ ਨਹੀਂ ਕਰਦੇ ਇਹ ਨਹੀਂ ਕਰਦੇ ਤੇ ਉਸ ਤੋਂ ਬਾਅਦ ਨਜੀ ਰੰਜਨ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਹੁਣ ਮੌਕਾ ਮਿਲਿਆ ਤੇ ਆਪਣੀ ਸਾਰੀ ਗਲਤੀਆਂ ਜਿਹੜੀਆਂ ਸੀ ਉਹ ਉੱਤੇ ਛਾੜਤੀਆਂ ਪਰ ਬੰਦਿਆ ਕਮ ਸਕੱਮ ਜਮੀਰ ਤੇ ਬੰਦੇ ਦਾ ਕੁਛ ਨਾ ਕੁਛ ਕਹਿੰਦਾ ਪਰ ਇਹ ਜਿਹੜੇ ਕਾਮਰੇਡ ਆ ਨਾ ਇਹਨਾਂ ਨੇ ਅੱਜ ਤੱਕ ਜਮੀਰ ਜਮੂਰ ਵਾਲਾ ਕੋਈ ਕੰਮ ਨਹੀਂ ਹੈਗਾ ਇਹ ਸਾਡੇ ਕੇ ਪੰਥਕ ਵਿਦਵਾਨ ਵੀ ਕਹਿਣ ਲੱਗੇ ਵੀ ਇਹ ਬੜੇ ਇਮਾਨਦਾਰ ਬੰਦੇ ਆ ਇਮਾਨਦਾਰੀ ਦੇ ਤੇ ਇਹਨਾਂ ਦਾ ਕੋਈ ਵਾਅ ਵਸਤਾ ਨਹੀਂ ਦੂਰ ਦੂਰ ਤੱਕ ਤੇ ਆਜ਼ਾਦੀ ਜਿਹੜੀ ਆ ਪੂਰਨ ਆਜ਼ਾਦੀ ਜਿਹੜੀ ਆ ਹਰ ਮਸਲੇ ਦਾ ਹੱਲ ਉਹ ਕੋਈ ਅੱਜ ਮੰਨ ਲਵੇ ਕੋਈ ਕੱਲ ਮੰਨ ਲਵੇ ਹਨਾ ਅੱਜ ਤੁਸੀਂ ਆਪ ਬਿੱਲ ਦੀ ਸੰਘਰਸ਼ ਕਰਦੇ ਫਿਰਦੇ ਜੋ ਕੱਲ ਤੁਸੀਂ ਹੋਰ ਕਿਸੇ ਬਿੱਲ ਦਾ ਸੰਘਰਸ਼ ਕਰਦੇ ਫਿਰਾਂਗੇ ਆਪਾਂ ਫਿਰ ਪਰਸੋਂ ਹੋਰ ਕਿਸੇ ਬਿੱਲ ਦਾ ਸੰਘਰਸ਼ ਕਰਦੇ ਪਹਿੰਗੇ ਜਿੰਨਾ ਚਿਰ ਕਾਨੂੰਨ ਬਣਾਉਣ ਦੀ ਤਾਕਤ ਸਾਡੇ ਹੱਥ ਚ ਨਹੀਂ ਉਹਨਾਂ ਚਿਰ ਅਸੀਂ ਸਫਰ ਹੀ ਕਰਾਂਗੇ ਭਾਵੇਂ ਉਹ ਕਿਸੇ ਦਾ ਵੀ ਰਾਜ ਹੋਵੇ ਭਾਵੇਂ ਅਡਮੋਨਿਸਟ੍ਰੇਸ਼ਨ ਹੋਵੇ ਤੇ ਭਾਵੇਂ ਉਹ ਡੈਮੋਕ੍ਰੇਸੀ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਆਜ਼ਾਦੀ ਤੋਂ ਬਿਨਾਂ ਜਿਹੜਾ ਵਾ ਮਨੁੱਖ ਉਹ ਸਾਨੂੰ ਕੀ ਹੈ ਵੀ ਭੀਖ ਖਾ ਲਈ ਗੱਲ ਆ ਫਿਰ ਬੈਗਰਸ ਕਾਂਡ ਵੀ ਚੂਜ਼ਰਸ ਜਿਹੜੇ ਬੰਦੇ ਭਖਾਰੀ ਹੁੰਦੇ ਆ ਉਹ ਚੁੜ ਨਹੀਂ ਸਕਦੇ ਵੀ ਮੈਨੂੰ ਆ ਨਹੀਂ ਆ ਚਾਹੀਦਾ ਉਹਨਾਂ ਨੂੰ ਜੋ ਮਿਲਦਾ ਉੱਤੇ ਕਿ ਜਰਾ ਕਰਨਾ ਪੈਂਦਾ ਹੈ ਇਹ ਕਰਕੇ ਅਨਸੈਸਰੀ ਲੜਾਈਆਂ ਸਾਡੀ ਜ਼ਿੰਦਗੀ ਦੇ ਵਿੱਚ ਜੜੀਆਂ ਉਹ ਗੁਲਾਮੀ ਦਾ ਕਰਕੇ ਆ ਵੀ ਜੇ ਅਸੀਂ ਕਹੀਏ ਵੀ ਸਾਡੇ ਗ੍ਰੰਥਾਂ ਦਾ ਮੁੱਦਾ ਵਾ ਤੇ ਉਹ ਇਸ ਕਰਕੇ ਆ ਵੀ ਅਸੀਂ ਆਜ਼ਾਦ ਨਹੀਂ ਹੈਗੇ ਅਸੀਂ ਆਪਣੇ ਤੌਰ ਤੇ ਨੂੰ ਹੱਲ ਨਹੀਂ ਕਰ ਸਕਦੇ ਜੇ ਟਡਰੀ ਵਰਗਾ ਬੰਦਾ ਕੌਮ ਦੇ ਖਿਲਾਫ ਪ੍ਰਚਾਰ ਕਰਦਾ ਵਾ ਤੇ ਸਰਕਾਰ ਉਹਨੂੰ ਸਿਕਿਉਰਿਟੀ ਦਿੰਦੀ ਹੈ ਹਨਾ ਇਸ ਕਰਕੇ ਜਿਨ੍ਹਾਂ ਚ ਰਾਜਾਦੀ ਨਹੀਂ ਉਹਨਾਂ ਚ ਅਸੀਂ ਆਪਣੇ ਗੁਰੂ ਸਾਹਿਬ ਜੀ ਨੇ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਮਲੇ ਹੈ ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ ਧਰਮ ਤੋਂ ਬਿਨਾਂ ਕੁਝ ਨਹੀਂ ਚੱਲ ਸਕਦਾ ਸੋ ਇਸ ਕਰਕੇ ਜਿੰਨਾ ਚਿਰ ਵਿਚਾਰ ਜਿੱਦਾਂ ਵੀ ਮਹਾਨ ਹੋਵੇ ਨਾ ਕੋਈ ਵੀ ਕਿੱਦਾਂ ਵੀ ਮਹਾਨ ਵਿਚਾਰ ਹੋਵੇ ਉਹਨੂੰ ਆਪਣੀ ਰੱਖਿਆ ਕਰਨੀ ਪੈਂਦੀ ਹੈ ਵਿਚਾਰ ਜੇ ਇਦਾਂ ਕੀ ਨਾ ਵਿਚਾਰਾਂ ਦੀ ਇਨੀ ਤਾਕਤ ਹੋਵੇ ਕਿ ਵਿਚਾਰਾਂ ਦੇ ਸਿਰ ਤੇ ਕੰਮ ਚੱਲ ਜਾਂਦਾ ਹੋਵੇ ਕਿ ਸਾਡੇ ਕੋਲ ਬੜਾ ਮਹਾਨ ਵਿਚਾਰ ਹੈ ਜੀ ਕਈ ਤੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਅੱਗੇ ਨਹੀਂ ਲੱਗੇ ਜਾਂਦੇ ਗੁਰੂ ਨਾਨਕ ਪਾਤਸ਼ਾਹ ਦਾ 10ਵੇਂ ਜਾਮੇ ਦੇ ਵਿੱਚ ਗੁਰੂ ਸਾਹਿਬ ਨੇ ਤਤ ਕੱਢਿਆ ਸਿੱਖ ਨੂੰ ਜਿਹੜਾ ਸੀ ਉਹਨਾਂ ਸ਼ਸ਼ਤਰਹੀ ਬਣਾਇਆ ਸਾਰਾ ਕੁਝ ਕੀਤਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਸਾਰਾ ਕੁਝ ਸਾਨੂੰ ਇਹ ਇਹ ਸਿੱਖੀ ਨੂੰ ਪਿੱਛੇ ਨਾ ਬ੍ਰੇਕ ਲਾ ਲਿਆ ਕਰੋ ਇਹ ਸੰਪੂਰਨ ਤੌਰ ਤੇ ਵੇਖਿਆ ਕਰੋ ਕਿ ਗੁਰੂ ਸਾਹਿਬ ਨੇ ਸਿੱਖ ਦਾ ਕਿਰਦਾਰ ਕੀ ਬਣਾਇਆ ਸਿੱਖ ਨੂੰ ਕੀ ਹੁਕਮ ਦਿੱਤੇ ਆ ਤੇ ਇਹ ਜਿਹੜੀਆਂ ਚੀਜ਼ਾਂ ਇਹ ਨਹੀਂ ਮੈਂ ਕਹਿੰਦਾ ਵੀ ਸਾਰੀ ਦੁਨੀਆ ਉਹਨਾਂ ਹੁਕਮਤ ਤੇ ਚੱਲਦੀ ਭਟ ਘਟੂ ਘਟ ਐਡਮਿਟ ਤੇ ਕਰੋ ਵੀ ਹਾਂ ਅਸੀਂ ਜਿੱਥੇ ਗਲਤੀਆਂ ਕਿ ਸਾਡੀ ਗਲਤੀ ਹੈ ਹੈ ਇਹ ਨਾ ਕਹਿਣ ਲੱਗ ਪਿਆ ਕਰੋ ਵੀ ਨਹੀਂ ਆ ਗੁਰੂ ਸਾਹਿਬ ਤੇ ਆ ਗੱਲ ਕਹਿੰਦੇ ਨਹੀਂ ਨਹੀਂ ਗੁਰੂ ਸਾਹਿਬ ਕਹਿੰਦੇ ਆ ਉਹ ਅਸੀਂ ਨਹੀਂ ਮੰਨਦੇ ਵੱਖਰੀ ਗੱਲ ਹੈ ਉਹਦੇ 'ਚ ਗੁਰੂ ਸਾਹਿਬ ਨੇ ਇਹਦੇ ਵਿੱਚ ਇਸ ਗੱਲ ਦਾ ਕੋਈ ਨਹੀਂ ਹੈਗਾ ਵੀ ਗੁਰੂ ਸਾਹਿਬ ਨਹੀਂ ਕਹਿੰਦੇ ਹੁਣ ਇਹੋ ਹੀ ਆ ਵੀ ਜਿਹੜਾ ਇਸ ਤੋਂ ਬਾਅਦ ਚ ਸੰਘਰਸ਼ ਤੋਂ ਬਾਅਦ ਜੋ ਵੀ ਕੁਝ ਹੁੰਦਾ ਉਹ ਲੀਡ ਕਰਨਾ ਸਿੱਖਾਂ ਵਾਸਤੇ ਕੋ ਬਹੁਤਾ ਵਧੀਆ ਦੌਰ ਨਹੀਂ ਪਰ ਜੇ ਅਸੀਂ ਇਸ ਚੀਜ਼ ਨੂੰ ਕਹੀਏ ਤੇ ਉਹ ਦੌਰ ਵਧੀਆ ਵੀ ਹੈ ਕਿਉਂਕਿ ਜਦੋਂ ਜਿੰਨਾ ਜਦੋਂ ਸਾਡੀ ਕੌਮ ਦੇ ਉੱਤੇ ਕਿਸੇ ਕਿਸਮ ਦਾ ਜ਼ੁਲਮ ਹੋਇਆ ਤੇ ਅਸੀਂ ਕਲੈਕਟਿਵ ਤੌਰ ਤੇ ਇਕੱਠੇ ਹੋਏ ਆ ਅਸੀਂ ਇਹਦਾ ਮੁਕਾਬਲਾ ਕੀਤਾ ਭਾਵੇਂ ਉਹ ਵੱਡੇ ਉਹ ਘੱਲੂ ਘਰ ਹੋਇਆ ਸੀ ਤੇ ਭਾਵੇਂ ਉਹ ਛੋਟੇ ਘੱਲੂ ਘਰ ਹੋਏ ਸਨ ਬਾਅਦ ਚ ਉਸ ਤੋਂ ਬਾਅਦ ਅਸੀਂ ਕਲੈਕਟਿਵ ਤੌਰ ਤੇ ਇਕੱਠੇ ਹੋ ਕੇ ਮੁਕਾਬਲਾ ਕੀਤਾ ਤੇ ਆਜ਼ਾਦੀ ਵੀ ਪ੍ਰਾਪਤ ਕੀਤੀ ਹੈ ਤੇ ਇਹ ਜਿਹੜੀ ਗੱਲ ਆ ਵੀ ਇਹ ਸਾਨੂੰ ਜਿਹੜੀ ਆ ਸਿਸਟਮ ਹੈ ਨਾ ਇਲੈਕਸ਼ਨ ਦਾ ਦੂਜਾ ਇਲੈਕਟਰੋਲ ਸਿਸਟਮ ਦੂਜਾ ਸਿਸਟਮ ਹੈ ਸਾਰਾ ਸਿਸਟਮ ਇਹਨਾਂ ਨੂੰ ਥੋੜਾ ਜਿਹਾ ਵਾਈਟ ਉਸ ਚ ਸੁਣਨਾ ਪੈਣਾ ਕਿਉਂਕਿ ਇਹਦੇ ਵਿੱਚ ਰਹਿ ਕੇ ਇਹ ਉਹ ਪਿੰਜਰੇ ਚ ਰਹਿ ਜਿੰਨੇ ਮਰਜ਼ੀ ਬਦਲਾ ਕਰੀ ਜਾਈਏ ਜਿਹੜਾ ਪਿੰਜਰਾ ਹਕੂਮਤ ਨੇ ਸਾਨੂੰ ਦਿੱਤਾ ਹੈ ਨਾ ਵੀ ਇਹਦੇ ਚ ਰਹਿਣਾ ਉਹਨੂੰ ਜਿੰਨਾ ਮਰਜ਼ੀ ਸ਼ਿੰਗਾਰ ਲੋ ਉਹ ਉਹਨੂੰ ਕਹੋ ਵੀ ਨਹੀਂ ਆ ਨੁਕਰਚੀ ਬਹਿਣਾ ਸੇ ਸੰਘਰਸ਼ ਕਰਨ ਲੈ ਉਹ ਪ੍ਰਾਣੀ ਨੁਕਰਚੀ ਪਿੰਜਰੇ ਦੀ ਚ ਜਾ ਕੇ ਅਸੀਂ ਬਹਿ ਜਾਣਾ ਹੈ ਜਾਂ ਇਹ ਕਹਿਣ ਲੱਗਾ ਵੀ ਪਿੰਜਰੇ ਨੂੰ ਆ ਰੰਗ ਕਰ ਦਿਓ ਜੀ ਸਾਡੇ ਨੂੰ ਇਹ ਸੰਘਰਸ਼ ਕਰਨਾ ਸੀ ਜਾਂ ਉਹ ਕਹੋ ਵੀ ਆ ਪਿੰਜ ਅਸੀਂ ਪਿੰਜਰੇ ਨੂੰ ਮਤਲਬ ਜੀ ਸਾਡੇ ਪਿੰਜਰੇ ਚ ਆ ਟੀਮਾਂ ਬਣਾ ਦਿਓ ਹੈ ਇਹ ਜਿਹੜਾ ਸਾਰਾ ਕੁਝ ਅਸੀਂ ਕਰ ਰਹੇ ਹਾਂ ਨਾ ਅੱਜ ਦੇ ਸਮੇਂ ਚ ਇਹ ਸਾਰਾ ਕੁਝ ਗੁਲਾਮੀ ਨੂੰ ਅਸੀਂ ਕਿਤੇ ਨਾ ਕਿਤੇ ਮਾਰ ਰਹੇ ਹਾਂ ਤੇ ਗੁਲਾਮੀ ਨੂੰ ਹੀ ਅਸੀਂ ਸੁਧਾਰਨ ਦੇ ਯਤਨ ਕਰੀ ਜਾਂਦੇ ਆ ਅਸੀਂ ਇਹ ਇਹ ਗੱਲ ਐਡਮਿਟ ਕਰਨ ਨੂੰ ਤਿਆਰ ਨਹੀਂ ਕਿ ਇਹਦੀ ਸਾਰੇ ਦੀ ਜੜ ਇਸ ਕਰਕੇ ਆ ਵੀ ਅਸੀਂ ਗੁਲਾਮ ਆ ਸੋ ਇੰਨੀ ਇੱਕ ਬੇਨਤੀ ਹੈ ਜੇ ਕੋਈ ਵੱਧੂ ਘਾਟੂ ਸ਼ਬਦ ਕਿਸੇ ਨੂੰ ਬੋਲਿਆ ਗਿਆ ਹੋਵੇ ਤੇ ਉਹਦੇ ਤੋਂ ਆਪਾਂ ਮਾਫੀ ਮੰਗਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ